ਕਰੀ ਜਾਂਦੇ ਆ ਮੰਮੀ ਜੀ। ਹਾਂ ਮੰਮੀ ਫਟਾਫਟ ਕਰ ਲਓ, ਕੁੜੀ ਦੇ ਪਰੌਣੇ ਨੇ ਆਉਣਾ ਅੱਜ। ਅੱਛਾ ਦੀਦੀ ਆਉਣਗੇ? ਹਾਂ ਚਲੋ ਵਧੀਆ ਫਿਰ ਤਾਂ। ਕੱਪੜੇ ਛੇਤੀ ਧੋ ਲੈ। ਕੱਪੜੇ ਧੋਤੇ, ਸੁੱਕਣੇ ਪਾਉਣੇ ਆ ਬਸ। ਅੱਛਾ ਬਸ ਆਹੀ ਰਹਿ ਗਏ ਮੰਮੀ ਧੋਣ ਵਾਲਾ, ਫਿਰ ਅਸੀਂ ਰੋਟੀ ਦਾ ਕਰ ਲੈਣੇ ਆ। ਚੰਗਾ ਚੰਗਾ। ਕਦੋਂ ਆਉਣਗੇ ਮੰਮੀ? ਬਸ ਆ ਬਣਾ ਲਈ ਲੈਗੇ। ਅੱਛਾ ਹਾਂ ਚਲ ਫਿਰ ਜਲਦੀ ਮਿਲ ਲੈਣੇ ਆ ਕੰਮ। ਭਾਜੀ ਵੀ ਆਉਣੇ? ਨਾਲ ਹੀ ਆਉਣਗੇ, ਤੁਹਾਨੂੰ ਪਤਾ ਹੈ ਵਧੀਆ ਸਬਜ਼ੀ ਖਾਂਦਾਗਾ ਪਰੌਣਾ। ਨਖਰੀ ਵਾਲਾ ਕਿੰਨਾ? ਕੋਈ ਨਾ ਤੁਸੀਂ ਉਹਨੂੰ ਕਹਿ ਦਿਓ ਈਸ਼ੂ ਨੂੰ ਵਧੀਆ ਜੀ ਕੋਈ ਹਰੀ ਸਬਜ਼ੀ ਲਿਓ, ਉਹ ਬਣਾ ਦਾਂਗੇ। ਹਾਂ ਮੰਗਾਉਣੀ ਆ ਪੁੱਤ। ਹਾਂਜੀ ਛੇਤੀ ਕਰ ਲਿਓ। ਹਾਂਜੀ ਹਾਂਜੀ ਬਸ ਕਰ ਲਿਆ ਬਸ ਮੰਮੀ। ਦੇਸ਼ੂ ਗੱਲ ਸੁਣਾ, ਠੰਡਾ ਫੜ ਲਿਆ ਨਾਲੇ ਬਿਸਕੁਟ ਫੜ ਲਿਆ, ਲਾਪਰੀ ਤੇ ਪੁਰਾਣਾ ਆਉਣਗੇ। ਅੱਛਾ ਹਾਂ ਤੇ ਪਨੀਰ ਵੀ ਲਿਆਈ? ਅੱਛਾ ਹੁਣੇ ਲਿਆ ਜਾ ਕੇ ਆਉਣ ਵਾਲੇ ਨੇ ਉਹ। ਚੱਲ ਲਿਆਉਣਾ ਮੈਂ। ਕੋਈ ਹਰੀ ਸਬਜ਼ੀ ਵੀ ਲਿਆਇਓ ਨਾਲ। ਹਰੀ ਸਬਜ਼ੀ ਨੂੰ ਕੀ ਲਿਆਵਾਂ ਹੁਣ, ਪਨੀਰ ਲਿਆਵਾਂਗੇ ਪਹਿਲੇ। ਪਹਿਲਾਂ ਪਨੀਰ ਥੋੜੀ ਬਣਾਉਣਾ, ਫਿਰ ਵੀ ਪਰੌਣਾ ਇਸ ਘਰ ਦਾ ਉਹ, ਨਾਲ ਖੀਰੇ ਖੂਰੇ ਫੜ ਲਈ। ਹਾਂ ਸਲਾਦ ਲਿਆਇਓ। ਚੰਗਾ ਰਹਿ ਗਿਆ ਦੀਦੀ ਮੈਂ ਪਾ ਦਿੰਦੀ, ਬਸ ਆਹੀ ਰਹਿ ਗਿਆ ਪ੍ਰੀਤਾ ਪਾ ਦੂੰ ਮੈਂ। ਝਾੜੂ ਲਾਈ ਜਾਂਦੀ ਸੀ, ਐ ਕਰ ਤੂੰ ਆਪਦੀ ਚਾਚੀ ਨੂੰ ਕਹਿ ਦੇ ਉਹ ਬਣਾ ਕੇ ਦੇ ਦੂਗੀ ਤੈਨੂੰ। ਚੰਗਾ ਚਾਹ ਬਣਾ ਦੋ। ਹਾਂ ਪੁੱਤ ਬਣਾ ਦਿੰਦੀ, ਇੱਕ ਮਿੰਟ ਖੜ ਜਾ। ਕੀ ਬਣਾ ਦੋ? ਬਣਾਉਣੀ ਆ ਉਹ, ਬਸ ਮੇਰੇ ਥੋੜੇ ਹੀ ਰਹਿ ਗਏ, ਅਸਾਂ ਫਿਰ ਕੇ ਫਿਰ ਬਣਾ ਦਿੰਨੀ ਆ। ਪਨੀਰ ਬਣਾ ਦੋ। ਕਿਹ ਤੇ ਦਿੱਤਾ ਬਣਾ ਦਿੰਨੀ ਆ? ਬਣਾ ਦੋ। ਤੈਨੂੰ ਸਮਝ ਨਹੀਂ ਆਉਂਦੀ, ਤੈਨੂੰ ਕਹੀ ਨਹੀਂ ਮੈਂ ਬਣਾ ਦਿੰਨੀ ਆ ਬਣਾ ਦਿੰਨੀ ਆ। ਬਣਾ ਦੋ। ਵੱਡਿਆਂ ਦੀ ਗੱਲ ਨਾ ਸਮਝੀ ਦੀ ਹੁੰਦੀ ਆ, ਐਵੇਂ ਜਿੱਦ ਨਹੀਂ ਕਰੀਦੀ ਹੁੰਦੀ। ਤੂੰ ਬਹਿ ਜਾ ਅੰਦਰ, ਮੈਂ ਬਣਾਉਣੀ ਆ ਜਾ। ਕੀ ਹੋ ਗਿਆ ਪੁੱਤ? ਮੈਂ ਚਾਚੀ ਨੂੰ ਥਾਪੜਾ ਮਾਰਿਆ। ਥਾਪੜਾ ਮਾਰਿਆ ਕਿਉਂ? ਮੈਂ ਚਾਹ ਕਿਹਾ ਸੀ, ਇਹਨਾਂ ਚਾਹ ਨਹੀਂ ਬਣਾ ਕੇ ਦਿੱਤੀ। ਅੱਛਾ ਚਾਹ ਨਹੀਂ ਬਣਾ ਕੇ ਦਿੰਦੀ, ਥਾਪੜਾ ਮਾਰਿਆ। ਪ੍ਰੀਤਾ ਪ੍ਰੀਤਾ ਨਾ ਥਾਪੜਾ ਕਿਉਂ ਮਾਰਿਆ ਜਵਾਕ ਦੇ? ਜੇ ਚਾਹ ਨਹੀਂ ਬਣਾਉਣੀ ਸੀ ਥਾਪੜਾ ਮਾਰਨ ਦੀ ਕੀ ਜ਼ਰੂਰਤ ਸੀ? ਕਿਹਨੇ ਮਾਰਿਆ ਥਾਪੜਾ? ਤੂੰ ਹੀ ਮਾਰਿਆ, ਹੋਰ ਕਿਹਨੇ ਮਾਰਿਆ? ਮੈਂ ਤੇਰੇ ਕੋਲ ਭੇਜਿਆ ਸੀ, ਮੈਂ ਚਾਹ ਬਣਾ ਦੇ ਚਾਚੀ ਨੂੰ ਕਹਿ ਦੇ, ਚਾਹ ਬਣਾ ਦੂੰਗੀ। ਦੀਦੀ ਮੇਰਾ ਦਿਮਾਗ ਖਰਾਬ ਹੈ, ਮੈਂ ਥਾਪੜਾ ਮਾਰੂ? ਮੈਂ ਥਾਪੜਾ ਕਿਉਂ ਮਾਰਨਾ? ਆ ਤਾਂ ਕਹੀ ਜਾਂਦਾ ਥਾਪੜਾ ਮਾਰਿਆ। ਤੇਰੇ ਥਾਪੜਾ ਕਦੋਂ ਮਾਰਿਆ? ਮਾਰਿਆ ਪੁੱਤ? ਫੇਰ ਇੱਕ ਝੂਠ ਬੋਲਦਾ। ਝੂਠੇ ਬੋਲੀ ਜਾਂਦਾ ਦੀਦੀ, ਮੈਂ ਤਾਂ ਹੱਥ ਵੀ ਨਹੀਂ ਲਾਇਆ। ਤੇ ਚਾਹ ਨਹੀਂ ਬਣਾਉਣੀ ਸੀ ਪ੍ਰੀਤ, ਪਿਆਰ ਨਾਲ ਕਹਿ ਦਿੰਦੀ ਮੈਂ ਤਾਂ ਨਹੀਂ ਬਣਦੀ, ਥਾਪੜਾ ਮਾਰਨ ਦੀ ਕੀ ਜ਼ਰੂਰਤ ਸੀ? ਕੀ ਹੋ ਗਿਆ? ਮੰਮੀ ਦੇਖ ਲਓ ਥਾਪੜਾ ਮਾਰਿਆ ਆਜੂਗੀ ਦੇ। ਦੀਦੀ ਮੈਂ ਮਰ ਜਾ, ਉਹਦੇ ਜਵਾਕ ਦੇ ਲੱਪੜ ਕਾਥੋਂ ਮਾਰਿਆ ਤੂੰ? ਮੰਮੀ ਨਹੀਂ ਮਾਰਿਆ ਮੈਂ, ਮੈਂ ਕਿਉਂ ਮਰਨਾ? ਨਾ ਝੂਠ ਬੋਲਦਾ ਮੰਮੀ। ਜੂਬੀ ਸੱਚ ਸੱਚ ਦੱਸ, ਮੈਂ ਤੈਨੂੰ ਇਹ ਕਿਹਾ ਸੀ ਨਾ ਪੁੱਤ ਮੈਂ ਬਣਾ ਦਿੰਦੀ, ਇੱਕ ਮਿੰਟ ਖੜ ਜਾ। ਦੱਸ ਪੁੱਤ ਥਾਪੜਾ ਮਾਰਿਆ? ਤੇਰੇ ਥਾਪੜਾ ਮਾਰਿਆ ਨਾ ਹੈ? ਦੇਖ ਲੈ ਮੰਮੀ ਕੀ ਕਰਤੂਤਾ ਕਰਦੀ ਆ, ਝੂਠ ਮੇਰਾ ਜਵਾਕ ਹੈ ਨਹੀਂ ਤਾਂ ਮਾਰਦੀ ਆ। ਹਾਂ ਨਹੀਂ ਕੁੜਕੇ ਗੱਲ ਸੁਣ ਲੈ, ਜਵਾਕ ਤਾਂ ਰੱਬ ਦਾ ਰੂਪ ਹੁੰਦਾ ਆ। ਨਹੀਂ ਮਾਰਿਆ ਮੰਮੀ ਮੈਂ, ਨਾਲੇ ਮੈਂ ਤਾਂ ਯੂਵੀ ਨੂੰ ਕਿੰਨਾ ਪਿਆਰ ਕਰਦੀ ਆ, ਮੈਂ ਕਿਉਂ ਮਾਰੂੰਗੀ? ਜੇ ਮੈਨੂੰ ਪਤਾ ਹੁੰਦਾ ਮੰਮੀ ਥਾਪੜਾ ਮਾਰੂਗਾ, ਭੇਜਦੀ ਆ ਨਾ। ਤੂੰ ਆਪ ਬਣਾ ਦਿੰਦੀ? ਮੈਂ ਝਾੜੂ ਲਾਈ ਜਾਂਦੀ ਸੀ ਮੰਮੀ, ਮਾਂ ਚਾਚੀ ਬਣਾ ਦੂਗੀ, ਚਲੋ ਉਹਨੂੰ ਕਹਿ ਦੇ। ਸਵੇਰੇ ਸਵੇਰੇ ਜਵਾਕ ਦਾ ਮੂੰਹ ਲਾਲ ਕਰਤਾ ਮਾਰ ਕੇ ਲੱਪੜ, ਵਿਚਾਰਾ ਹੁਣ ਉੱਠਿਆ ਸੀ। ਕਿਉਂ ਨੀ ਦੀਦੀ ਯਕੀਨ ਕਰਦੇ? ਨਹੀਂ ਮਾਰੇ, ਮੈਂ ਜਾਣ ਕੇ ਝੂਠ ਬੋਲੀ ਜਾਂਦਾ। ਜਾ ਪੁੱਤ ਮੈਂ ਬਣਾ ਦੂੰਗੀ ਚਾਹ। ਚੰਗਾ ਚੱਲ ਬਾਗ ਜਾ, ਤੇਰੀ ਚਾਹ ਬਣਾ ਕੇ ਦਿੰਨੀ ਆ। ਚੰਗਾ ਮੰਮੀ। ਦੀਦੀ ਮੈਨੂੰ ਇਹ ਉਮੀਦ ਨਹੀਂ ਸੀ ਤੁਹਾਡੇ ਤੋਂ।
ਨਹੀਂ ਮਾਰਿਆ ਮੈਂ ਦੀਦੀ, ਯਕੀਨ ਤਾਂ ਕਰੋ ਮੇਰਾ, ਮੈਂ ਕਿਉਂ ਮਾਰਨਾ, ਨਾਲ ਮੈਂ ਪਹਿਲਾਂ ਕਿੰਨਾ ਕੁ ਜੂਬੀ ਤੇ ਹੱਥ ਚੁੱਕਿਆ ਕਦੇ। ਅੱਛਾ ਜੇ ਮਾਰਿਆ ਨੀ ਨਾ ਜਵਾਬ ਝੂਠ ਬੋਲਦਾ ਹੋਣਾ। ਪ੍ਰੀਤ ਤੈਨੂੰ ਸਿਆਣੀ ਤੇ ਸਮਝਦਾਰ ਸਮਝਦੀ ਸੀਗੀ, ਪਰ ਤੈਨੂੰ ਤਾਂ ਭੋਲਾ ਅਕਲ ਨੀ ਹੈਗੀ। ਮੰਮੀ ਕਿਉਂ ਨੀ ਤੁਸੀਂ ਦੋਵੇਂ ਜਣੇ ਮੇਰੇ ਯਕੀਨ ਕਰਦੇ ਆ, ਤੁਸੀਂ ਜਵਾਕ ਦੇ ਪਿੱਛੇ ਲੱਗ ਕੇ ਮੇਰੇ ਨਾਲ ਲੜੀ ਜਾਂਦੇ ਹੋ। ਪੁੱਤ ਉਹ ਝੂਠ ਨਹੀਂ ਬੋਲਦਾ, ਬੱਚਾ ਕਹਿੰਦੇ ਹੁੰਦਿਆ ਰੱਬ ਦਾ ਰੂਪ ਹੁੰਦਾ, ਸਾਂਝੀ ਗੱਲ ਕਰਦਾ ਹੁੰਦਾ। ਚਲੋ ਜੇ ਮੈਂ ਮਾਰਿਆ ਵੀ ਹੋਇਆ ਤਾਂ ਫਿਰ ਮੈਂ ਕੀ ਉਹਨੂੰ ਕੁਛ ਲੱਗਦੀ ਨੀ ਹੈਗੀ। ਚੱਲ ਕੋਈ ਗੱਲ ਨੀ, ਗਾਹਾਂ ਨੂੰ ਧਿਆਨ ਰੱਖੀ। ਆਹੋ ਦੀਦੀ ਗਾਹਾਂ ਤੋਂ ਧਿਆਨ ਰੱਖਿਓ। ਹਾਂ ਅੱਗੇ ਵਾਸਤੇ ਨਾ ਮਾਰਿਓ, ਠੀਕ ਆ ਕਰ ਲਓ ਕੰਮ। ਗੱਲ ਸੁਣ ਲੈ ਮੰਮੀ, ਜਵਾਕ ਨੂੰ ਆਪ ਚਾਹ ਪਾਣੀ ਦਿਆ ਕਰ। ਮੈਨੂੰ ਐਂ ਸੀ ਮੰਮੀ ਮੈਂ ਸਫਾਈ ਕਰ ਦੂੰ, ਦੀਦੀ ਹੋਰੀ ਆਉਣਗੇ, ਮੈਂ ਚਲੋ ਬਣਾ ਦੂੰਗੀ। ਚੱਲ ਮੈਨੂੰ ਕੀ ਪਤਾ ਸੀ ਮਾਰੂਗੀ, ਉਹ ਵੀ ਕੰਮ ਧੰਦੇ ਲੱਗੀ ਹੋਣੀ, ਕੋਈ ਗੱਲ ਨੀ। ਚੱਲ ਕੋਈ ਨਾ ਆਹੋ, ਚੱਲ ਉਹਦਾ ਵੀ ਕੁਛ ਲੱਗਦਾ ਹੈ। ਚੰਗਾ ਹੋਰ ਯੂਵੀ ਬਹਿ ਜਾ ਪੁੱਤ ਨੀਚੇ, ਚਾਦਰ ਖਰਾਬ ਹੋਈ ਜਾਂਦੀ ਆ। ਮੈਂ ਖੇਡੀ ਨਾ। ਕੋਈ ਨਾ ਬਾਅਦ ਚ ਖੇਡੀ, ਨੀਚੇ ਆ ਕੇ ਖੇਡ ਲੈ, ਗੱਲ ਮੰਨੀ ਦੀ ਹੁੰਦੀ ਆ ਕਿਸੇ ਦੀ। ਬਹਿ ਜਾ। ਤੈਨੂੰ ਸਮਝ ਨੀ ਲੱਗਦੀ, ਮੈਂ ਤੈਨੂੰ ਕਹੀ ਨੀ ਬਹਿ ਜਾ ਇੱਕ ਵਾਰੀ। ਦੀਦੀ ਮੈਂ ਬੁਲਾਉਂਦੀ ਤੇਰੀ ਮੰਮਾ ਨੂੰ, ਦੀਦੀ ਸਾਰੀ ਚਾਦਰ ਖਰਾਬ ਕਰਤੀ ਤੂੰ। ਆ ਦੇਖ ਲੋ ਫਿਰ ਤੁਸੀਂ ਮੈਨੂੰ ਕਹਿਣਾ, ਹਾਰਦਾ ਨੀ ਹੈਗਾ ਚੌੜ ਕਰੀ ਜਾਂਦਾ। ਲੈ ਫਿਰ ਕੀ ਹੋ ਗਿਆ, ਜਵਾਕ ਹੈ ਤਾਂ ਚੌੜ ਤਾਂ ਕਰਨੀ ਹੋਏ ਨੀ। ਦੀਦੀ ਜਵਾਕ ਤਾਂ ਹੈਗਾ, ਮੈਂ ਬੈਡਸ਼ੀਟ ਕਰੀ ਜਾਂਦੀ ਹਾਂ ਸਹੀ। ਮੈਂ ਕਿਹਾ ਦੀਦੀ ਹੋਰੀ ਆਉਣ ਵਾਲੇ ਨੇ, ਆਪਣੇ ਕੰਮ ਵੀ ਹੋਰ ਕਿੰਨੇ ਪਏ ਆ। ਕੋਈ ਨਾ ਉਹ ਵੀ ਆ ਜਾਣਗੇ ਤਾਂ ਜਵਾਕ ਇਹਨੂੰ ਕੰਮ ਸਮਝਾਵੇ। ਪਹਿਲਾਂ ਤੁਸੀਂ ਥਾਪੜਾ ਮਾਰਿਆ ਵਿਚਾਰੇ ਦੇ, ਉਹ ਦਿਨ ਮੈਂ ਬੋਲੀ ਮੈਂ ਚੱਲ ਕੋਈ ਨਾ ਤੂੰ ਸਿਰੇ ਸਿਰ ਚੜੀ ਜਾਂਦੀ ਨਾ, ਸਾਡਾ ਘਰੇ ਨੀ ਹੈਗਾ। ਦੀਦੀ ਪਹਿਲਾਂ ਵੀ ਮੈਂ ਥਾਪੜਾ ਨਹੀਂ ਸੀ ਮਾਰਿਆ, ਤੇ ਦੂਜੀ ਗੱਲ ਮੈਨੂੰ ਰੋਕਦੀ ਨੀ ਹੈਗੀ ਵੀ ਇਹ ਖੇਡੇ ਨਾ, ਇਹ ਖਾ ਕੇ ਖੇਡ ਲੈ ਜਾਂ ਬਹਿ ਕੇ ਟੀਵੀ ਵੇਖ ਲੈ। ਕੋਈ ਨਾ ਕੋਈ ਨਾ ਦੇਖ ਲੈਣ ਦੇ, ਸੈੱਟ ਹੋ ਜੂਗੀ ਬੈਡ ਵੀ, ਕਿਧਰੇ ਭੱਜਦੀ ਨੀ ਹੈਗੀ ਇਹ। ਭੱਜਦੀ ਤਾਂ ਮੈਨੂੰ ਵੀ ਪਤਾ ਨੀ ਦੀਦੀ, ਕੰਮ ਤਾਂ ਖਰਾਬ ਹੁੰਦਾ ਨਾ। ਜੋ ਵੀ ਇਹ ਕੰਮ ਚ ਬੜਿਆ ਨਾ ਕਰ, ਤੈਨੂੰ ਦੇਖ ਕੇ ਤਾਂ ਪਹਿਲੀ ਨੀ ਰਾਜੀ ਹੈਗੀ ਇਹ, ਜਾਂ ਭੱਜ ਜਾਂਦਰ ਖੇਡ ਜਾ ਕੇ। ਲੈ ਦੀਦੀ ਮੈਂ ਕਦੋਂ ਰੋਕੇ ਵੀ ਮੇਰੇ ਕਮਰੇ ਚ ਨਾ ਆਓ। ਰੋਕੇ ਹੀ ਹੈ, ਪਹਿਲਾਂ ਥਾਪਣਾ ਮਾਰਿਆ ਹੁਣ ਕਹਿੰਦੀ ਬੈਡਾਂ ਤੇ ਕੁੱਦੀ ਜਾਂਦਾ। ਹੁਣ ਜਵਾਕ ਨੂੰ ਰੋਕਣਾ ਤਾਂ ਹੈਗਾ, ਹੁਣ ਜੇ ਨਾ ਰੋਕੇ ਫਿਰ ਅੱਗੇ ਹੋਰ ਸ਼ੈਤਾਨੀ ਕਰੂਗਾ। ਕੋਈ ਨਾ ਕਿਧਰੇ ਸ਼ੈਤਾਨੀਆਂ ਕਰਦਾ। ਆਜਾ ਪੁੱਤਾ, ਇਹ ਤਾਂ ਹੀ ਕਰਦੀ ਹੁੰਦੀ ਹੈ, ਤੈਨੂੰ ਦੇਖ ਕੇ ਕਾਹਨੂੰ ਰਾਜੀ ਹੈ। ਸਮਝਾਉਣਾ ਹੀ ਗੁਣਾ ਹੈ ਅੱਜ ਕੱਲ੍ਹ ਤਾਂ, ਕਿਸੇ ਨੂੰ ਕੋਈ ਫਾਇਦਾ ਨਹੀਂ। ਮੰਜੇ ਤੇ ਕੱਪੜਾ ਸਿਉਣ ਵਾਲਾ ਸੀ, ਦੇਖ ਲੈ ਮਾਂ ਪਹਿਲਾਂ ਤਾਂ ਥਾਪੜਾ ਮਾਰਿਆ ਹੈ ਮੇਰੇ ਪੁੱਤ ਦੇ, ਕਮਰੇ ਚ ਬਾਹਰ ਕੱਢਤਾ, ਕਹਿੰਦੇ ਚਾਦਰ ਖਰਾਬ ਕਰੀ ਜਾਂਦਾ, ਨਾ ਚਾਦਰ ਦੁਬਾਰੇ ਸੈੱਟ ਹੋ ਜਾਂਦੀ, ਐ ਕਰਦੇ ਹੁੰਦੇ ਨੇ ਜਵਾਕ ਨਾਲ ਬਿਤਕਰਾ। ਇਹ ਤਾਂ ਦਿਨੋ ਦਿਨ ਚੰਬਲਦੀ ਜਾਂਦੀ ਹੈ। ਆਹੋ ਮੈਨੂੰ ਆਏ ਸੀ ਪੁੱਤ, ਕਾਹਨੂੰ ਫਰਕ ਪਵੇ ਤੁਹਾਡੇ ਚ, ਹਨਾ ਕਾਹਨੂੰ ਲੜਾਈਆਂ ਕਰਦੇ। ਮੈਂ ਤਾਂ ਫੇਰ ਵੀ ਮੰਮੀ ਚੁੱਪ ਕਰਦੀ ਸੀ ਪਹਿਲਾਂ, ਵੀ ਚੱਲ ਥਾਪੜਾ ਮਾਰਿਆ ਫਿਰ ਕੀ ਹੋ ਗਿਆ, ਵੀ ਇਹਦਾ ਕਿਹੜਾ ਕੁਛ ਲੱਗਦਾ ਨੀ। ਆ ਦੇਖ ਲੈ ਹੁਣ ਕਿਹੀ ਜਿਹੀ ਕਦੂਤਾ ਕਰਦੀ ਫਿਰਦੀ ਹੈਗੀ, ਐ ਅੱਛਾ ਜਵਾਕ ਘਰੋਂ ਬਾਹਰ ਵਗ ਜੇ ਹੁਣ। ਜੱਸੀ ਪੁੱਤ ਮੈਂ ਤਾਂ ਐ ਸੋਚਦੀ ਆ, ਤੁਸੀਂ ਲੜੋਂਗੀਆਂ, ਲੋਕ ਤਮਾਸਾ ਦੇਖਣਗੇ। ਮੈਂ ਲੜਦੀ ਸੀ, ਗੱਲਾਂ ਬਣਾਉਂਦਾ ਮੈਂ ਲੜਦੀ ਸੀ ਮੰਮੀ, ਹੁਣ ਜਵਾਕ ਨੇ ਤਾਂ ਚੌੜ ਵੀ ਕਰਦੀ ਆ ਭਈ, ਘਰੇ ਵੀ ਰਹੂਗਾ। ਹਾਂ ਇਹ ਤੇ ਚੌੜ ਰਹੂਗਾ, ਕੋਈ ਨਾ ਪੁੱਤ ਜੇ ਕੁਛ ਕਹੇ ਤਾਂ ਅਸੀਂ ਗੁੱਸਾ ਨਾ ਕਰਿਆ ਕਰ, ਠੀਕ ਹੈ। ਤਾਂ ਕਿ ਮੈਂ ਨਾ ਕਰੀਏ ਮੰਮੀ, ਸਮਝਾ ਦੂੰਗੀ। ਚੱਲ ਕੋਈ ਸਮਝਾ ਦੇਂਗੀ ਤੂੰ? ਹਾਂ ਪਹਿਲਾਂ ਤੇ ਪਹਿਲਾਂ ਥਾਪੜਾ ਮਾਰਿਆ, ਮੈਂ ਉਦੋਂ ਬੋਲੀ ਹੈਗੀ ਚੁੱਪ ਕਰ ਗਈ। ਫਿਰ ਜਵਾਕ ਨੇ ਤਾਂ ਖੇਡਣਾ ਹੀ ਆ, ਹੁਣ ਖੇਡਣਾ।
ਉਹਦਾ ਵਾਲੀ ਫਰਕ ਰੱਖਣ ਲੱਗ ਗਈ। ਉਹਦਾ ਹੋ ਜਾ ਆ ਦੇਖ ਲੈ ਬਈ, ਤੇਰੇ ਘਰ ਵਾਲੀ ਕੀ ਕਤੂਤਾ ਕਰਦੀ ਹੈ, ਪਹਿਲਾਂ ਤਾਂ ਮੁੰਡੇ ਥੱਪੜ ਮਾਰਿਆ, ਹੁਣ ਤਾਂ ਮੇਰੇ ਚ ਬਾਹਰ ਪੜਤਾ ਕਹਿੰਦੀ ਚਾਦਰ ਸੈੱਟ ਹੋ ਰਹੀ ਹੈਗੀ, ਖਰਾਬ ਕਰੀ ਜਾਂਦਾ। ਨਾ ਇਹਨੇ ਖੇਡਣਾ ਨੀ ਜਵਾਕ ਨੇ, ਜਵਾਕ ਨੇ ਕਿਉਂ ਨੀ ਖੇਡਣਾ ਭਾਬੀ, ਖੇਡਣਾ ਜਵਾਕ ਨੇ। ਮੈਨੂੰ ਪਿਆਰਾ ਨੀ, ਚਾਹ ਪਿੱਛੇ ਲੱਪੜ ਮਾਰਿਆ ਇੱਕਦਮ ਤਾਂ। ਜੇ ਉਹਦਾ ਕਸੂਰ ਹੋਇਆ ਮੈਂ ਉਹਨੂੰ ਕਹੂੰਗਾ। ਹਾਂ ਪੁੱਤ ਕਾਏ ਉਹਨੂੰ ਸਮਝਾ, ਚੰਗਾ ਨੀ ਲੱਗਦੇ ਲੜਦੀਆਂ। ਏਕਾ ਸੀ ਅਗਲਾ ਕਹਿੰਦਾ, ਹੁਣ ਇਹਨਾਂ ਦਾ ਏਕਾ ਰਹਿ ਗਿਆ, ਆ ਟੁੱਟ ਗਿਆ ਨਾ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ ਪੁੱਤ, ਨਾਲੇ ਲੋਕ ਤਾਂ ਘਰ ਪੜਵਾ ਕੇ ਖੁਸ਼ ਹੁੰਦੇ ਨੇਗੇ। ਜਵਾਕ ਕਿੱਥੇ ਜਾਊਗਾ, ਉਹਦੇ ਕਮਰੇ ਚ ਬੈਠੂਗਾ, ਸਾਰੇ ਕਮਰੇ ਚ ਬੈਠੂਗਾ, ਤੋੜ ਵੀ ਤਰੂਗਾ ਜਵਾਕ ਦਾ, ਇਹਨੂੰ ਕੀ ਪਤਾ ਹੋਣਾ। ਜਵਾਕ ਨੇ ਕਿੱਥੇ ਜਾਣਾ, ਲੈ ਇੰਨਾ ਤਾਂ ਜਿੰਨਾ ਇਹ ਸੋਨੂੰ ਪਿਆਰਾ ਇੰਨਾ ਹੀ ਸਾਨੂੰ ਪਿਆਰਾ, ਐਂ ਗੱਲ ਨੀ ਉਹਦੇ ਨਾਲ ਕਰ ਬਈ ਗੱਲ। ਤੈਨੂੰ ਤਾਂ ਮੈਂ ਕਹਿੰਦੀ ਵੀ ਨੀ ਚੱਲ, ਉਹਦੀ ਗਲਤੀ ਹੈਗੀ, ਉਹਨੂੰ ਸਮਝਾ ਦੇ ਚੰਗਾ। ਚਲ ਕੋਈ ਹੋ ਜਾਂਦੀਆਂ ਗਲਤ, ਇਹਨੂੰ ਵੀ ਕਿਹਾ ਗਾ ਮੈਂ, ਤੂੰ ਵੀ ਸਮਝਦਾ। ਪਹਿਲਾਂ ਤਾਂ ਚਾਹ ਘਰ ਨੂੰ ਕਿਹਾ, ਮੈਂ ਚਾਹ ਕਰਕੇ ਦੇ ਦੇ, ਮੈਂ ਸਫਾਈ ਕਰੀ ਜਾਂਦੀ ਸੀ, ਥਾਪੜਾ ਮਾਰਿਆ, ਮੈਥੋਂ ਨੀ ਕਹਿੰਦੀ ਚਾਹ ਬਣਦੀ ਹੈਗੀ, ਇਹ ਰੋਣ ਲੱਗ ਗਿਆ ਵਿਚਾਰਾ ਆ ਕੇ ਮੇਰੇ ਕੋਲ। ਚੱਲ ਕੋਈ ਨਾ, ਆਪੇ ਸਮਝਾ ਦੂਗਾ ਮੁੰਡਾ, ਠੀਕ ਹੈ ਨਾ। ਕੋਈ ਨਾ ਕੋਈ, ਹਾਂ ਗੁੱਸਾ ਨਾ ਕਰਿਆ ਕਰ, ਇੰਨਾ ਵਿਤਕਰਾ ਤਾਂ ਨੀ ਕਰਦੇ ਹੁੰਦੇ ਮਾਂ। ਉਹ ਭਾਬੀ ਵਿਤਕਰਾ ਕਰਨ ਵਾਲੀ ਇਹ ਚ ਕੀ ਗੱਲ ਹੈ, ਨਾਲੇ ਮੇਰੀ ਗੱਲ ਸੁਣ, ਜੇ ਇਹਨੂੰ ਪਿਆਰ ਕਰਦੇ ਆ ਕਿਸੇ ਟਾਈਮ ਭਾਈ ਮੈਥੋਂ ਵੀ ਝੜਕਿਆ ਜਾ ਸਕਦਾ। ਐਂ ਤਾਂ ਪੁੱਤ ਕੋਈ ਗੱਲ ਨੀ, ਝੜਕਾ ਜਾਂਦਾ ਹੀ ਆਪਦਾ ਜਵਾਬ ਹੈ। ਐਂ ਤਾਂ ਮੈਂ ਪਹਿਲਾਂ ਗੁੱਸਾ ਕਰਿਆ ਵੀ ਚੱਲ ਥਾਪੜਾ ਮਾਰਿਆ, ਚੱਲ ਕੋਈ ਨਾ, ਹੁਣ ਫੇਰ ਹੁਣ ਕਮਰੇ ਚੋਂ ਬਾਹਰ ਕੱਢ ਤਾਂ ਫਿਰ ਮੈਂ ਕੀ ਕਰਾਂ, ਹੁਣ ਬੋਲੂੰਗੀ ਮੈਂ ਤੱਕ ਕੇ। ਜੇ ਉਹਨੇ ਕਮਰੇ ਚੋਂ ਬਾਹਰ ਕੱਢੇ ਫਿਰ ਉਹਦੇ ਲਾਵਾਂਗੇ ਛਿੱਤਰ। ਚੱਲ ਕੋਈ ਨਾ ਪੁੱਤ, ਖੂਨ ਮਚਾਈ ਜਾਂਦੀ ਹੈ, ਤੂੰ ਸਮਝਾ ਦੇ, ਇਹ ਤਾਂ ਨਿਆਣੀਆਂ ਸਿਆਣੀਆਂ ਨੇ। ਚਲੋ ਕੋਈ ਗੱਲ ਨੀ, ਹਨਾ ਕੋਈ ਨਾ, ਤੂੰ ਕਾਹਨੂੰ ਖੂਨ ਮਚਾਇਆ, ਆ ਵੀ ਆਪਾਂ ਬਾਹਰ ਕਿਹੜਾ ਦੇਖ ਕੇ, ਬਸ ਆਪੀ ਸਮਝਾ ਤੇ। ਇਹ ਤਾਂ ਮੈਨੂੰ ਪਤਾ ਹੈ ਬਥੇਰਾ ਪਿਆਰ ਕਰਦਾ ਹੈ, ਹੋਰ ਹੈਗੀ ਹੈ ਜਵੀ ਜੀ ਦੇਖ, ਇਹ ਤਾਂ ਮੂੰਹ ਦੀ ਗਾਲੀ ਦਿੰਦਾ ਹੈਗਾ, ਹਾਂ ਐਡਾ ਸਿਆਣਾ ਹੈਗਾ। ਚਲੋ ਇਹ ਤਾਂ ਭਤੀਜਾ, ਇਹ ਤਾਂ ਖੂਨ ਵੀ ਮੱਚੂਗਾ ਭਾਈ, ਉਹਦਾ ਥੋੜੀ ਮੱਚੂਗਾ, ਉਹਦਾ ਕੀ ਲੱਗਿਆ ਮੇਰਾ ਜਵਾਬ। ਕੋਈ ਨਾ ਮੈਂ ਵੀ ਸਮਝਾਉਂਗੀ ਉਹਨੂੰ। ਹਾਂ ਉਹਨਾਂ ਪਤਾ ਕੀ ਆ ਪੁੱਤ, ਇੰਨੀ ਕੁ ਗੱਲ ਤਾਂ ਮਨਾਂ ਚ ਫਰਕ ਪੈ ਗਏ, ਮੁੜ ਕੇ ਜੁੜਨੇ ਨੀ। ਜਵਾਕਾਂ ਪਿੱਛੇ ਤਾਂ ਪੈਂਦੇ ਨੇ ਮੰਮੀ ਹੋਣਾ, ਜਵਾਕ ਦਾ ਵਿਤਕਰਾ ਕਰੂਗੀ ਬਈ, ਮੇਰਾ ਤਾਂ ਫਿਰ ਮੇਰੀ ਕੀ ਲੱਗੀ, ਜਦੋਂ ਮੇਰਾ ਜਵਾਕ ਨੂੰ ਉਹਦਾ ਕੁਛ ਲੱਗਿਆ। ਜਦੋਂ ਉਹਦੇ ਹੋ ਗਏ ਨਾ ਫਿਰ ਪਤਾ ਲੱਗੂ ਉਹਨੂੰ ਵੀ ਜਵਾਕ ਕੀ ਚੀਜ਼ ਹੁੰਦੀ ਆ। ਜਦੋਂ ਮੈਂ ਝੜਕੇ ਕਰੂੰ ਫਿਰ ਪਤਾ ਲੱਗੂ ਵੀ ਹਾਂ ਵੀ ਜਵਾਕ ਦੀ ਝੜਕ ਕੀ ਹੁੰਦੀ ਆ, ਅੱਗੇ ਲਾ ਕੇ ਦੇਖੇ ਬੰਦਾ। ਚਲ ਕੋਈ ਨਾ, ਤੂੰ ਗੁੱਸਾ ਨਾ ਕਰ, ਤੂੰ ਕੰਮ ਧੰਦਾ ਕਰ ਜਾਂ ਕਰ ਲਓ ਨਿਮੇੜ ਲਓ ਰੋਟੀ। ਮੈਂ ਤਾਂ ਕਰੀ ਜਾਂਦੀ ਸੀ, ਹਾਂ ਕਰਦੀ ਆ। ਚਲ ਕੋਈ ਨਾ, ਬੋਲੀ ਨਾ ਹੁਣ ਤੂੰ, ਮੈਂ ਨਹੀਂ ਬੋਲਦੀ ਹੈਗੀ ਹੁਣ। ਆਹੋ ਲੈ, ਮਾੜੀ ਮਾੜੀ ਗੱਲ ਤੋਂ ਉਹਨੇ ਜਵਾਕ ਨੂੰ ਝਿੜਕਤਾ, ਉਹਨੇ ਐਂ ਕਰਤਾ, ਇੰਨੀ ਇੰਨੀ ਗੱਲ 'ਤੇ ਫਰਕ ਪਾਈ ਜਾਂਦੀਆਂ ਨੇ। ਉਹ ਵੀ ਕਮਲੀ ਆ ਵੀ ਤੂੰ ਜਵਾਕ ਨੂੰ ਝਿੜਕਦੀ ਕਿਉਂ ਹੈ, ਊਂ ਕਹਿ ਦੇ ਪੁੱਤ ਇੱਕ ਪਾਸੇ ਹੋ ਕੇ ਬਹਿ ਜਾ, ਪਰ ਜਦੋਂ ਆਪਦੇ ਨਹੀਂ ਹੈਗਾ ਦੂਜੇ ਨੂੰ ਤਾਂ ਅਗਲਾ ਝਿੜਕ ਹੀ ਦਿੰਦਾ ਗਾ, ਸਮਾਂ ਹੀ ਇਹ ਜਾਗ। ਚੱਲ ਆਪੇ ਸਮਝ ਜਾਣਗੀਆਂ ਹੌਲੀ ਹੌਲੀ। ਕੀ ਕਰੀਏ ਨੀ ਬਰੀ, ਦਰਾਜ ਜੀ ਦੀ ਸਫਾਈ ਕਰੀਏ ਜੀ। ਅੱਜ ਕੀ ਗੱਲ ਹੋਈ ਹੈ, ਤੂੰ ਜਵਾਕ ਦੇ ਕੰਮ ਆ ਰਿਹਾ?
ਨਾਲੇ ਉਹਨੂੰ ਕਮਰੇ ਚੋਂ ਬਾਹਰ ਕਰਦੋ ਕੱਢੇ ਪ੍ਰੀਤ। ਤੁਸੀਂ ਵੀ ਉਹਦੇ ਪਿੱਛੇ ਲੱਗ ਗਏ, ਭਾਬੀ ਨੇ ਤੁਹਾਡੀ ਨੇ ਭਰਤੇ ਹੋਣੇ ਕੰਨ ਤੁਹਾਡੇ। ਉਹ ਮੈਂ ਪਿੱਛੇ ਨਹੀਂ ਲੱਗਿਆ, ਮੈਂ ਤੈਨੂੰ ਗੱਲ ਪੁੱਛੀ ਆ ਕੇ। ਮੈਂ ਨਹੀਂ ਮਾਰਿਆ ਕਿਸੇ ਦੀ, ਮੈਨੂੰ ਯੂਵੀ ਨੇ ਆ ਕੇ ਸਵੇਰੇ ਕਿਹਾ, ਕਹਿੰਦਾ ਚਾਚੀ ਚਾਹ ਬਣਾ ਦਿਓ। ਮੈਂ ਕਿਹਾ ਪੁੱਤ ਮੈਂ ਬਣਾ ਦਿੰਦੀ ਹਾਂ, ਮੈਂ ਸ਼ੀਸ਼ੇ ਸਾਫ਼ ਕਰੀ ਜਾਂਦੀ ਸੀ, ਮੈਂ ਇੱਕ ਮਿੰਟ ਬਹਿ ਜਾ। ਉਹ ਹਿੰਡ ਕਰੀ ਗਿਆ, ਹਿੰਡ ਕਰੀ ਗਿਆ। ਮਾਂ ਪੁੱਤ ਬਹਿ ਜਾ ਇੱਕ ਵਾਰੀ, ਮੈਂ ਸਿਰਫ ਇੰਨਾ ਕੁ ਭੱਜ ਕੇ ਪਈ ਹਾਂ ਉਹਨੂੰ। ਆਪ ਆਪਦੀ ਮਾਂ ਨੂੰ ਜਾ ਕੇ ਕਹਿੰਦਾ ਥੱਪੜ ਮਾਰਿਆ, ਤੁਹਾਨੂੰ ਲੱਗਦਾ ਮੈਂ ਥੱਪੜ ਮਾਰੂੰਗੀ? ਅਤੇ ਨਾਲੇ ਆਹ ਵੀ ਕਮਰੇ 'ਚੋਂ ਕੱਢਤਾ, ਆ ਮੈਂ ਚਾਦਰ ਬੈੱਡਸ਼ੀਟ ਸਹੀ ਕਰੀ ਜਾਂਦੀ ਸੀ, ਇੱਥੇ ਮੈਂ ਜੰਪ ਕਰਨ ਲੱਗ ਗਿਆ, ਕੁੱਦਣ ਲੱਗ ਗਿਆ। ਮੈਂ ਕਿਹਾ ਪੁੱਤ ਚਾਦਰ ਖਰਾਬ ਹੁੰਦੀ ਆ, ਤੇਰੀ ਉਹਨੇ ਆਉਣਾ, ਭੂਆ ਨੇ ਆਉਣਾ, ਫੁੱਫੜ ਨੇ। ਮੈਨੂੰ ਵੀ ਇੰਨਾ ਕੁਛ ਬੋਲ ਕੇ ਗਈ, ਅਸੀਂ ਤੁਹਾਡੇ ਕਮਰੇ ਚ ਨੀ ਵੜਦੇ, ਤੂੰ ਮੇਰੇ ਪੁੱਤ ਨੂੰ ਦੇਖ ਕੇ ਨੀ ਰਾਜੀ। ਕਿਸੇ ਦਾ ਕਿੰਨਾ ਮਰਜ਼ੀ ਕਰ ਲਓ, ਕੋਈ ਨੀ ਗੁਣ ਪਾਉਂਦਾ। ਉਹ ਨਾਲੇ ਆਪਣੇ ਕਿਹੜਾ ਪ੍ਰੀਤ, ਕੋਈ ਜਵਾਕ ਹੈ, ਇੱਕ ਘਰ ਚ ਜਵਾਕ ਹੈ, ਆਪਾਂ ਤਾਂ ਉਸੇ ਦਾ ਕਰਾਂਗੇ। ਨਾਲੇ ਦੱਸ ਮੈਂ ਕਿਉਂ ਮਾਰੂੰਗੀ ਜਵਾਕ ਦੇ, ਮੇਰਾ ਕੀ ਦੁਸ਼ਮਣ ਹੈ ਉਹ ਕੋਈ, ਵੀ ਮੈਂ ਤਾਂ ਉਹਤੇ ਗੁੱਸਾ ਕੱਢੂੰਗੀ। ਇਹ ਤਾਂ ਪਤਾ ਨਹੀਂ ਕਾਹਤੋਂ ਦਿਲ 'ਚ ਖਾ ਰੱਖੀ ਫਿਰਦੇ ਆ ਭਾਬੀ। ਹੁਣ ਭਾਬੀ ਨੂੰ ਕੌਣ ਸਮਝਾਵੇ ਯਾਰ ਪ੍ਰੀਤ, ਉਹੀ ਗੱਲਾਂ ਨੇ। ਹੁਣ ਮੈਂ ਤਾਂ ਚਲੋ ਉੱਥੇ ਕਿਹਾ ਆ, ਮਹਾਂ ਚੱਲ ਕੋਈ ਗੱਲ ਨਹੀਂ, ਨਾਲੇ ਉਹ ਤਾਂ ਜਵਾਕ ਹੈ, ਉਹਨੂੰ ਕੀ ਪਤਾ ਚੰਗੇ ਮਾੜੇ ਦਾ। ਉਹਨੂੰ ਤਾਂ ਉਹਨੂੰ ਤਾਂ ਭਾਬੀ ਝਿੜਕ ਦਿੰਦੀ ਆ, ਉਹ ਤਾਂ ਬੇਬੇ ਕੋਲੇ ਜਾ ਕੇ ਐਡੀ ਗੱਲ ਬਣਾ ਕੇ ਕਹਿ ਦਿੰਦਾ। ਉਹਨਾਂ ਨੇ ਨਾ ਮੁੰਡਾ ਵੀ ਅਮਤਾਪਤੇ ਵਰਗੇ ਬਣਾ ਰੱਖਿਆ, ਸੱਚ ਤਾਂ ਜਮਾਂ ਨਹੀਂ ਬੋਲਦਾ, ਝੂਠੇ ਬੋਲਦਾ। ਚੱਲ ਕੋਈ ਨਾ ਪ੍ਰੀਤ, ਮੁੰਡਾ ਉਹਨਾਂ ਕੱਲਾਂ ਦਾ ਨਹੀਂ, ਆਪਣਾ ਵੀ ਹੈ। ਪਤਾ ਮੈਨੂੰ ਆਪਣਾ ਵੀ ਹੈ। ਫਿਰ ਤੂੰ ਗੁੱਸਾ ਨਾ ਕਰਿਆ ਕਰ, ਕੋਈ ਗੱਲ ਨਹੀਂ, ਜੇ ਭਾਬੀ ਤੈਨੂੰ ਬੋਲੂਗੀ ਤੂੰ 2 ਮਿੰਟ ਚੁੱਪ ਕਰ ਜਾ। ਮੈਂ ਤਾਂ ਕਾਹਨੂੰ ਗੁੱਸਾ ਕਰਦੀ, ਮੈਂ ਤਾਂ ਕੁਛ ਬੋਲੀ ਵੀ ਨਹੀਂ। ਕੋਈ ਨਾ, ਮਾਪੀ ਸਮਝਾ ਦੂ, ਕਦੋਂ ਆਉਣਗੇ ਲਾਪਰੀ ਤੋਰੀ? ਆਉਣ ਵਾਲੀ ਹੁਣੇ। ਲਿਆਂਦਾ ਸਾਰਾ ਸਮਾਨ ਤੁਸੀਂ? ਸਮਾਨ ਤਾਂ ਲਿਆਂਦਾ, ਉੱਥੇ ਰਸੋਈ 'ਚ ਪਿਆ, ਠੰਡਾ ਫਰਿੱਜ ਧਰਤਾ। ਚਲੋ ਫਿਰ ਮੈਂ ਵੀ ਸਬਜ਼ੀ ਬਣਾਵਾਂ ਜਾ ਕੇ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਦੇਖੀ ਉਹ ਆਉਣਗੇ ਦੋਨੇ ਜਾਣੇ, ਹੁਣ ਭਾਬੀ ਮੂੰਹ ਫਲਾਈ ਫਿਰਦੀ ਹੈ। ਮੈਨੂੰ ਪਤਾ ਉਹਨਾਂ ਨੇ ਦੀਦੀ ਕੋਲੇ ਵੀ ਗੱਲ ਕਰਨੀ ਆ, ਦੀਦੀ ਦੱਸ ਕੀ ਸੋਚਣਗੇ ਮੇਰੇ ਬਾਰੇ। ਉਹਨਾਂ ਨੇ ਐਂ ਚੰਗਾ ਥੋੜ੍ਹੀ ਲੱਗਦਾ ਹੈ, ਬੰਦਾ 4-5 ਮਹੀਨਿਆਂ ਬਾਅਦ ਆਉਂਦਾ, 6 ਮਹੀਨਿਆਂ ਬਾਅਦ ਹੈਂ, ਕਿੱਥੇ ਤਾਂ ਉਹ ਖੁਸ਼ ਟੱਬਰ ਨੂੰ ਦੇਖਣ ਆ ਕੇ 4 ਗੱਲਾਂ ਕਰਨ, ਕਿੱਥੇ ਉਹਦਾ ਤਾਂ ਨਾਲੇ ਤੈਨੂੰ ਪਤਾ ਹੈ ਮੂੰਹ ਮਰੋੜ ਕੇ ਪੈ ਜਾਂਦੀ ਹੈ, ਨਾ ਕਿਸੇ ਲੜੀ ਕਿਸੇ ਹੋਰ ਨਾਲ ਹੁੰਦੀ ਹੈ, ਦਿਖਾਈ ਗੁੱਸਾ ਕਿਸੇ ਹੋਰ ਨੂੰ ਜਾਂਦੀ ਹੁੰਦੀ ਹੈ। ਨਾਲੇ ਉਹਨਾਂ ਨੇ ਤਾਂ ਕੁਛ ਕਰਨਾ ਵੀ ਨਹੀਂ, ਉਹਨਾਂ ਨੂੰ ਤਾਂ ਬਹਾਨਾ ਲੱਭ ਗਿਆ ਹੋਣਾ, ਕੰਮ ਵੀ ਸਾਰੇ ਮੈਨੂੰ ਹੀ ਕਰਨੇ ਪੈਣਗੇ। ਚੱਲ ਕੋਈ ਨਾ, ਕੰਮ ਤੇਰੇ ਨਾਲ ਮੈਂ ਕਰਾ ਦੂੰ, ਤੂੰ ਬਸ ਜੇ ਭਾਬੀ ਕੁਛ ਬੋਲੂਗੀ ਤੂੰ ਬੋਲੀ। ਗਰਮੀ ਬਹੁਤ ਹੈ ਜੀ, ਰੋਟੀਆਂ ਪਤਾ ਕਿੰਨੀਆਂ ਹੋਣਗੀਆਂ, ਕਿਵੇਂ ਪਕਾਉਂਗੀ ਮੈਂ ਇੰਨੀ ਗਰਮੀ 'ਚ? ਕੋਈ ਨਾ, ਤੂੰ ਵੇਲ ਵੇਲ ਪਾਈ ਚੱਲੀ, ਮੈਂ ਰਾੜੀ। ਭਾਬੀ ਤਾਂ ਤੁਹਾਡੀ ਕੋਲੇ ਵੀ ਨਹੀਂ ਲੱਗਦੀ ਹੁੰਦੀ। ਫਿਰ ਹੁਣ ਕੀ ਕਰੀਏ ਪ੍ਰੀਤ, ਜਦੋਂ ਉਹਦਾ ਦਿਮਾਗ ਹੀ ਇੰਨਾ ਕੁ ਹੈ। ਦਿਮਾਗ ਨਹੀਂ ਹੈਗਾ ਇੰਨਾ ਕੁ, ਚਲਾਕੀਆਂ ਕਰਦੀ ਹੈ ਮੇਰੇ ਨਾਲ। ਚੱਲ ਕੋਈ ਨਾ, ਕਰੀ ਜਾਣਾ ਤੇ ਚਲਾਕੀਆਂ। ਚੱਲ ਮੇਰੀ ਗੱਲ ਸੁਣ, ਆਟਾ ਗੁੰਨ ਲੈ, ਨਾਲੇ ਪੁੱਛ ਨਹੀਂ ਲਾ ਪ੍ਰੀਤ ਨੂੰ ਕਦੋਂ ਕਹੂਗੀ। ਚੰਗਾ, ਮੈਂ ਮਾੜਾ ਜਿਹਾ ਬਾਹਰ ਜਾ ਕੇ ਆਉਣਾ, ਮੈਨੂੰ ਫੋਨ ਕਰਦੀ ਜੇ ਪਹਿਲਾਂ ਆ ਗਈ। ਠੀਕ ਹੈ। ਕੁੜੇ ਦੱਸੀ ਸਫਾਈ ਹੋ ਗਈ ਨਾ, ਰੋਟੀ ਰੋਟੀ ਬਣਵਾ ਦੇ, 2 ਬਣਾਉਣੀਆਂ ਨੇ, ਬਣਵਾ ਦੂ ਸਾਰੀ ਸਫਾਈ ਵੀ ਮੈਂ ਕੀਤੀ ਆ, ਕਰ ਲੂਗੀ ਹੁਣ ਆਪੇ। ਕੁੜੀ ਪਰਾਉਣੇ ਨੇ ਆਉਣਾ ਗਾ, ਅੱਜ ਤਾਂ ਬਣਾ ਦੇ, ਕਰਵਾ ਦੂੰਗੀ ਫਿਰ।
ਰੋਟੀ ਬਣਵਾ ਦੂੰਗੀ, ਸਬਜ਼ੀ ਰੱਖ ਦੂੰਗੀ। ਨਾਲੇ ਮੇਰੀ ਗੱਲ ਸੁਣ, ਬਿਸਤਰਾ ਬੁਸਤਰਾ ਵਧੀਆ ਕੱਢ ਕੇ ਰੱਖ ਦੇ। ਕਿਹੜਾ ਬਿਸਤਰਾ? ਪ੍ਰਾਹੁਣੇ ਨੇ ਆਉਣਾ। 5 ਸਾਲ ਹੋ ਗਏ ਮੰਮੀ ਮੇਰੇ ਬਿਸਤਰੇ ਉਹ ਕਰਦੀ ਨੂੰ, ਮੈਨੂੰ ਮੇਰੇ ਕੋਲ ਤਾਂ ਇੱਕ ਬਿਸਤਰਾ ਨੀ ਹੈਗਾ। ਹੁਣ ਭਾਈ ਉਹਨੂੰ ਕਹਿ ਦੋ ਕੱਢ ਦੂਗੀ। ਪੁੱਤ ਸਰੀਕੇ ਕਾਹਤੋਂ ਕਰਦੀਆਂ ਮੰਮੀ? ਸਰੀਕੇ ਕਰਦੀਆਂ ਤੁਸੀਂ ਆਪ ਨੂੰ ਪਤਾ ਨੀ, 5 ਸਾਲ ਹੋ ਗਏ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਮੈਂ ਕੱਢ ਕੇ ਦਿੰਦੀ ਹਾਂ ਬਿਸਤਰਾ। ਆ ਭਾਂਡੇ ਭੁੰਡੇ ਸਾਰੇ ਮੇਰੇ ਲੱਗੇ ਹੋਏ ਨੇ, ਉਦੋਂ ਮੈਡਮ ਦਾ ਇੱਕ ਬਿਸਤਰਾ ਵੀ ਨੀ ਹੈਗਾ ਨਾ ਭਾਂਡਾ ਹੈਗਾ, ਹੁਣ ਉਹ ਆਪ ਕੱਢ ਲੇ। ਮੇਰੀ ਗੱਲ ਸੁਣ, ਜੇ ਆਪਾਂ ਸਾਰੇ ਭਾਂਡੇ ਕੱਢ ਕੇ ਰੱਖਤੇ ਉਹਦੇ ਵੀ ਤੇਰੇ ਵੀ, ਫਿਰ ਸਾਰੇ ਮਾਂਜਣ ਵਾਲੇ ਹੋ ਜਾ ਕਰਨਗੇ, ਕੰਮ ਵੱਧਦਾ। ਫਿਰ ਹੁਣ ਤਾਂ ਮੰਮੀ ਮੇਰੇ ਕੋਲ ਇੱਕ ਬਿਸਤਰਾ ਵੀ ਨੀ ਹੈਗਾ, ਜਾਂ ਤਾਂ ਤੁਸੀਂ ਕੱਢ ਦੋ, ਤੁਹਾਡੇ ਕੋਲ ਹੋਊਗਾ, ਜਾਂ ਉਹਨੂੰ ਕਹਿ ਦੋ ਉਹ ਕੱਢ ਦੂਗੀ। ਮੇਰੇ ਤਾਂ ਮੇਰੇ ਸਾਰੇ ਹੀ ਨੀ, ਉਦੋਂ ਸਾਰੇ ਤਾਂ ਲੱਗੇ ਪਏ ਨੇ। ਮੇਰੇ ਲੈ ਲਿਓ, ਮੇਰੇ ਵੀ ਸਾਰੇ ਲੱਗੇ ਹੋਏ ਨੇਗੇ, ਠੀਕ ਹੈ। ਤੁਹਾਡੇ ਤਾਂ ਲੱਗੇ ਹੋਏ ਨੇ, ਮੇਰੇ ਵੀ ਲੱਗੇ ਹੋਏ ਨੇ, ਉਹਦੇ ਤਾਂ ਪਏ ਨੇ ਨਵੇਂ, ਉਹਨੂੰ ਤਾਂ ਪੇਟ ਨੂੰ ਹਵਾ ਵੀ ਨੀ ਲਵਾਈ ਕਦੇ, ਆਪੇ ਕੱਢ ਲੂਗੀ। ਜਦੋਂ ਕੋਈ ਉਹਦਾ ਰਿਸ਼ਤੇਦਾਰ ਆਉਂਦਾਗਾ ਆਪਾਂ ਨੂੰ ਕਹਿੰਦੀ ਆ ਉਹ ਆਪਦੀ ਪੇਟੀ ਚੋਂ ਕੱਢ ਕੇ ਉਹਦੀ ਦੇ ਦਿੰਦੀ ਆ। ਫਿਰ ਹੁਣ ਤੈਨੂੰ ਮੈਂ ਕਹਿੰਦੀ ਆ, ਹੁਣ ਕੀ ਹੁੰਦਾ ਮੈਂ ਆਈ ਵਾਰ ਲਪ੍ਰੀਤ ਨੂੰ ਕੱਢ ਕੇ ਦਿੰਨੀ ਆ, ਜੇ ਹੁਣ ਉਹ ਦੇ ਦੂਗੀ ਫਿਰ ਕੀ ਹੋ ਜਾਊਗਾ? ਬਸ ਭਾਈ ਮੈਂ ਸੁਣ ਲਈਆਂ ਸਾਰੀਆਂ ਗੱਲਾਂ, ਸਾਰੀਆਂ ਸਰੀਕਾ ਕਰ ਦਿਓ। ਸਰੀਕਾ ਸਰੂਕਾ ਮੰਮੀ ਕੋਈ ਨੀ ਕਰਦੀ, ਜਾਂ ਮੇਰੀ ਪੇਟੀ ਪੇਟੀ ਫਰੋਲ ਲਓ, ਦੂਜੇ ਕਿੰਨੇ ਕੁ ਬਿਸਤਰੇ ਨੇ ਸਾਰੇ ਲਾਈ ਬੈਠੀ ਆ। ਚੱਲ ਇਹ ਵੀ ਗੱਲ ਠੀਕ ਹੈ, ਉਹਨੂੰ ਕਹਿ ਦਿੰਦੀ ਆ, ਉਹਨੇ ਵੀ ਨੀ ਕੋਈ ਬਿਸਤਰਾ ਕੱਢਿਆ ਹਜੇ ਤੱਕ। ਪ੍ਰਾਹੁਣਾ ਆਊਗਾ ਫਿਰ ਵੀ ਪ੍ਰਾਹੁਣੇ ਵਾਸਤੇ ਤਾਂ ਨਵਾਂ ਬਿਸਤਰਾ ਚਾਹੀਦਾ ਆ, ਕੁੜੀ ਤਾਂ ਚੱਲ ਪੁਰਾਣੇ ਚ ਵੀ ਪੈ ਜੂਗੀ। ਕਹਿ ਦਿੰਦੀ ਆ ਉਹਨੂੰ ਪ੍ਰੀਤ ਨੂੰ। ਕੁੜੇ ਪ੍ਰੀਤ! ਆਹੋ ਮੰਮੀ, ਨਾਲੇ ਉਹਦੀ ਕਿਹੜਾ ਕੁਛ ਲੱਗਦੀ ਨੀ, ਜੇ ਮੇਰੀ ਨੰਦ ਲੱਗਦੀ ਹੈ ਲਪ੍ਰੀਤ, ਉਹਦੀ ਵੀ ਤਾਂ ਨੰਦ ਲੱਗਦੀ ਹੋਈ ਹੈ। ਇਹ ਗੱਲ ਤਾਂ ਸਿਆਣੀ ਹੈ, ਰਿਸ਼ਤੇਦਾਰ ਤਾਂ ਸਾਂਝਾ ਹੀ ਹੁੰਦਾ, ਨਣਦ ਤੇਰੀ ਵੀ ਹੈ, ਨਣਦ ਉਹਦੀ ਵੀ ਹੈ। ਅਸੀਂ ਤਾਂ ਕਹਿੰਦੀ ਆ ਫਿਰ ਉਹ ਕੱਢ ਦੂਗੀ। ਹੁਣ ਪਤਾ ਕੀ ਹੈ, ਵੀ ਪ੍ਰਾਹੁਣਾ ਤਾਂ ਗੁੱਸਾ ਕਰੂਗਾ ਵੀ ਮੇਰੇ ਵਾਸਤੇ ਪੁਰਾਣੇ ਸਿਰ ਤੇ, ਕੁੜੀ ਤਾਂ ਆਪਦੀ ਹੈ। ਇਹ ਵੀ ਗੱਲ ਸੋਚ, ਕੋਈ ਗੱਲ ਨਹੀਂ ਪ੍ਰੀਤ। ਹਾਂਜੀ ਮੰਮੀ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਸਬਜ਼ੀ ਬਣਾਈ ਜਾਂਦੀ ਸੀ। ਮੈਂ ਤਾਂ ਸਬਜ਼ੀ ਬਣਾਈ ਜਾਂਦੀ ਸੀ? ਅੱਛਾ, ਬਣਾ ਲਈ? ਨਹੀਂ, ਧਰੀ ਜਾਂਦੀ ਹਾਂ ਮੰਮੀ ਇਸ ਤਾਂ। ਅੱਛਾ ਚੱਲ ਤੂੰ ਨਾਲ ਕਰਾ ਦੇ, ਚੰਗਾ ਰੋਟੀ ਬਣਵਾ ਦੂੰਗੀ ਮੰਮੀ। ਹਾਂ ਸਬਜ਼ੀ ਧਰ ਦੂਗੀ। ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਪੁੱਤ ਵੀ ਨਵਾਂ ਬਿਸਤਰਾ ਕੱਢ ਦੇ, ਚੰਗਾ ਪ੍ਰਾਹੁਣਾ ਆਊਗਾ। ਕੋਈ ਨਾ, ਕੱਢ ਦੂੰਗੀ ਮੰਮੀ ਮੈਂ। ਹਾਂ ਹਾਂਜੀ, ਕੋਈ ਨਾ, ਆਏ ਨਾ ਪ੍ਰਾਹੁਣਾ ਆਖੂਗਾ ਫਿਰ, ਪੁਰਾਣੇ ਪਛਾਣਦੇ ਉਹੀ, ਨਵੇਂ ਕੱਢਦੇ ਨੀ। ਮੈਂ ਤਾਂ ਡਿਨਰ ਸੈੱਟ ਵੀ ਕੱਢ ਕੇ ਰੱਖ ਰੱਖਿਆ। ਬਿਸਤਰਾ ਹੈਗਾ 5 ਸਾਲ ਹੋ ਗਏ ਮੈਨੂੰ ਕੱਢਦੀ ਨੂੰ, ਨਵੇਂ ਬਿਸਤਰੇ ਆਪਦੇ, ਭਾਂਡਾ ਨੀ ਹੈਗਾ ਮੇਰਾ ਨਵਾਂ, ਸਾਰੇ ਪਤਾ ਤਾਂ ਹੈਗਾ। ਸੁੱਖ ਨਾਲ ਮੇਰੀ ਮੰਮੀ ਨੇ 21 ਬਿਸਤਰੇ ਦਿੱਤੇ ਸੀ ਮੈਨੂੰ। ਹਾਂ ਪੁੱਤ, ਅੱਛਾ 21 ਦਿੱਤੇ ਸੀ, ਮੈਨੂੰ ਕਿਹੜਾ ਪਤਾ ਸੀ ਵੀ ਆਪ ਹੀ ਕੱਢ ਦੂਗੀ। ਮੈਂ ਤਾਂ ਤੈਨੂੰ ਕਹਿੰਦੀ ਸੀ ਤੂੰ ਗੱਲ ਨੀ ਪਰਾ ਲੈ ਗਈ ਗਾਹਾਂ, ਘੁਮਾ ਫਰਿਆ ਕੇ ਕਿੱਥੇ ਕਮਾਈ ਫਰਾਈ ਹੈ ਮੰਮੀ। ਹੋਰ ਪੁੱਤ ਵਧਾਈ ਦੇ ਨੀ ਹੁੰਦੀ ਗੱਲ। ਚੱਲ ਕੋਈ ਨੀ, ਰਲ ਮਿਲ ਕੇ ਰੋਟੀ ਰੁਟੀ ਬਣਾ ਲਓ, ਬਣਾ ਲਾਂਗੇ, ਸਬਜ਼ੀ ਬਣਾ ਲਓ, ਜੇ ਪ੍ਰਾਹੁਣਾ ਆ ਗਿਆ ਰਹਿ ਗਈ ਬਾਕੀ ਸਾਰੀ ਸਫਾਈ ਹੋ ਗਈ। ਅਗਲਾ ਕਹਿੰਦਾ ਜਦੋਂ ਆ ਕੇ ਫੇਰ ਬਣਾ ਲਾਂਗੇ ਗਰਮ ਗਰਮ। ਚੱਲ ਇਹ ਵੀ ਠੀਕ ਹੈ, ਉਹਨੂੰ ਠੰਡੀ ਹੋ ਜਾਊਗੀ ਫਿਰ। ਹਾਂ ਹਾਂ, ਚੱਲ ਇਹ ਵੀ ਠੀਕ ਹੈ, ਚੰਗਾ ਪੁੱਤ ਕੱਢ ਕੇ ਰੱਖ ਦੇ। ਮੈਂ ਸਬਜ਼ੀ ਬਣਾਉਂਦੀ ਸੀ ਦੀਦੀ, ਮਾੜਾ ਜਿਹਾ ਹੋਰ ਰਾਇਤਾ ਬਣਾ ਦਿੰਦੇ। ਹਾਂ ਮੈਂ ਬਣਾ ਦੂੰਗੀ, ਚੱਲ ਕੋਈ ਨਾ ਆਉਂਦੀ ਆ। ਠੀਕ ਹੈ, ਹਾਂ ਰੋਟੀ ਉਹਦੀ ਬਣਾ ਲਾਂਗੇ ਗਰਮ ਗਰਮ, ਫਿਰ ਠੰਡੀ ਹੋ ਜੂ। ਬਣਵਾ ਦੀ, ਕੰਮ ਬਣਵਾਉਂਦੀ ਆ ਮੰਮੀ, ਸਾਰੀ ਸਫਾਈ ਕਰਕੇ 5 ਮਿੰਟ ਵੀ ਨਹੀਂ ਦਮ ਲੈਣ ਦਿੰਦੇ ਤੁਸੀਂ ਤਾਂ ਮੈਨੂੰ। ਇਹ ਬਸ ਕਰ,
ਬਸ ਕਰ ਕੀ ਮੈਂ ਵਿਹਲੀ ਬੈਠੀ ਆ। ਨਹੀਂ ਕੋਈ ਨੀ ਪੁੱਤ, ਰਲ ਮਿਲ ਕੇ ਕਰ ਲੋ। ਸੁਭਾਕ ਵਰਗੀ ਰੀਸ ਨੀ, ਲੋਕ ਤਾਂ ਪਹਿਲੀ ਤੋੜ ਮੈਨੂੰ ਫਿਰਦੇ ਆ, ਕਾਮਲੀਆਂ ਗੱਲਾਂ ਕਿਉਂ ਕਰਦੀਆਂ? ਚੰਗਾ ਦੇਖਦੀਆਂ, ਮੰਮੀ ਨੇ ਆਪ ਤਾਂ ਕੁਛ ਕਰਨਾ ਨੀ, ਸਾਨੂੰ ਹੀ ਵਾਧੂ ਦਾ ਵੀ ਸਫਾਈ ਤਾਂ ਸਾਰੀ ਕਰਕੇ ਬੈਠੀਆਂ, ਹੁਣ ਦਾਮ ਵੀ ਨੀ ਲੈਣ ਦਿੱਤਾ। ਬੜਾ ਕਤੀਰਾ ਜਾਣੇ ਲਹੂ ਪੀਤਾ ਸਾਲੇ, ਸਾਰਾ ਕੁਛ ਇੱਥੇ ਗੰਦ ਪਾ ਜਾਂਦੇ ਆ। ਚੱਲ ਖਾਈਏ ਰੋਟੀ ਮਨਾ, ਫਿਰ ਜਾ ਕੇ ਆਵਾਂਗੇ ਜੇ ਬਣ ਗਈ ਹੋਈ ਤਾਂ। ਕਿਉਂ ਪੁੱਤ ਐ ਬੈਠੀ ਹੋ? ਕੁਛ ਨੀ, ਰੇਡੀਓ ਸਫਾਈ ਕਰਕੇ ਬੈਠੀ ਸੀ। ਅੱਛਾ ਅੱਛਾ, ਹਾਂ ਲਿਆ ਫਿਰ ਰੋਟੀ ਖਾ ਲਈਏ। ਰੋਟੀ ਤਾਂ ਹਲੇ ਬਣਾਈ ਨੀ, ਸਬਜ਼ੀ ਰੱਖੀ ਜਾਂਦੀ ਹੈ ਪ੍ਰੀਤ। ਚੱਲ ਪੁੱਤ ਪ੍ਰੀਤ ਸਬਜ਼ੀ ਬਣਾਉਂਦੀ ਆ, ਫਿਰ ਤੂੰ ਜਾ ਕੇ ਰੋਟੀ ਲਾ ਲਾ। ਡੈਡੀ ਕਿੱਥੇ ਰੋਟੀ ਲਾ ਲਾ, ਲਾਪ੍ਰੀਤ ਆਊਗੀ, ਉਹਦੀ ਗਰਮ ਗਰਮ ਲਾਵਾਂਗੇ। ਮਹਾ ਲੈ ਆ ਕੇ ਲਾਪ੍ਰੀਤ ਆਊਗੀ। ਹੋਰ ਪੁੱਤ ਉੱਤੋਂ ਤਾਂ ਗਰਮੀ ਪਈ ਜਾਂਦੀ ਆ, ਕੀ ਆਪਾਂ ਭੁੱਖੇ ਮਰਾਂਗੇ ਉਹਨਾਂ ਚਿਰ? ਫਿਰ ਭੁੱਖੇ ਕੀ ਡੈਡੀ ਆ, ਹੁਣ ਆ ਜਾਣਗੇ। ਲੈ ਹੁਣ ਦਾ ਮਤਲਬ ਕੀ ਹੋਇਆ, ਤੁਸੀਂ ਰੋਟੀ ਲਾ ਲਓ ਉਹਨਾਂ ਨੂੰ, ਦੁਬਾਰੇ ਲਾ ਦੋ। ਹਾਂ ਡੈਡੀ ਸਫਾਈ ਕਰਕੇ ਬੈਠੀਆਂ ਹੁਣ, ਪਹਿਲਾਂ ਮੈਂ ਵੀ ਤਾਂ ਕੱਲੀ ਕਰਦੀ ਹੁੰਦੀ ਸੀ, ਉਹ ਕਰ ਲਈ ਫਿਰ ਕਿੱਡੀ ਸੀ, ਇਹ ਤਾਂ ਭੁੱਖਾ ਹੈਗਾ। ਡੈਡੀ ਜਦੋਂ ਮੈਂ ਕੱਲੀ ਕਰਦੀ ਹੁੰਦੀ ਸੀ, ਮੇਰੇ ਨਾਲ ਕਿਸੇ ਨੇ ਸਹਾਰਾ ਨੀ ਲਵਾਇਆ। ਇਸ਼ੂ ਤੋਂ ਬਾਪੂ ਇਹ ਵੀ ਕੱਲੀ ਕੀ ਕਰੇ ਵਿਚਾਰੀ, ਸਾਰਾ ਕੰਮ ਕਰਕੇ ਹਟੀ ਆ, ਹੁਣ ਪ੍ਰੀਤ ਦਾ ਹੱਕ ਬਣਦਾ ਹੁਣ ਰੋਟੀ ਬਣਾ ਕੇ ਦੇਣ ਦਾ। ਉਹ ਤਾਂ ਠੀਕ ਆ, ਹੁਣ ਅਖੇ ਸਹਾਰਾ ਸਹਾਰਾ ਤਾਂ ਭਾਈ ਤੁਹਾਡਾ ਗਵਾਂਢੀ ਤਾਂ ਕੋਈ ਆ ਕੇ ਬਣਦਾ ਨੀ, ਤੁਸੀਂ ਰਲ ਮਿਲ ਕੇ ਕਰੋ ਕੰਮ, ਨਾ ਇਹਦਾ ਕੰਮ ਸੌਖਾ ਹੋ ਜਾਣਾ, ਨਿਬੜੇ ਛੇਤੀ, ਉਦੋਂ ਬਾਅਦ ਆਰਾਮ ਕਰਨ ਦੀ ਹੁੰਦੀ ਸੀ। ਗੱਲ ਸੁਣੋ, ਸਾਰੀ ਤਾਂ ਸਫਾਈ ਕਰੀ ਐ ਮੈਂ, ਉਹਨੇ ਸਬਜ਼ੀ ਬਣਾਤੀ, ਮੈਂ ਕਹਿਤਾ ਮੈਂ ਰੋਟੀ ਬਣਵਾ ਦੂੰਗੀ ਨਾਲ ਲੱਗ ਕੇ, ਆ ਲਾਪਰੀ ਤੋਂ ਉਹਨਾਂ ਨੂੰ ਆ ਜਾਂਦੇ ਹੁਣ, ਆ ਜਾਣਗੇ 10 ਮਿੰਟਾਂ 'ਚ। ਆਪਣੀਆਂ ਤਾਂ 4 ਰੋਟੀਆਂ ਲਾ ਦਿੰਦੀ ਉਹ, ਅਸੀਂ ਵੀ ਤਾਂ ਭੁੱਖੇ ਬਣਨ ਲੱਗ ਰਹੇ ਆ। ਚੱਲ ਤੂੰ ਜਾਂਦੀ ਤਾਂ ਵੀ ਕੀ ਸੀ, ਸਫਾਈਆਂ ਕਰੀ ਜਾਂਦੇ ਸੀ ਤਾਂ ਕੀ ਹੋ ਗਿਆ ਸੀ? ਡੈਡੀ ਕਿਵੇਂ ਹੋਊਗਾ ਹੁਣ ਸਾਰੀ ਸਫਾਈ ਕਰੀਏਗੀ, ਵਿੱਚ ਉਹ ਜਵਾਕ ਲੱਗ ਜਾਂਦਾ ਆ, ਉਹਨੂੰ ਵੀ ਬਣਾ ਕੇ ਦੇਣਾ ਪੈਂਦਾ ਕੁਛ। ਉਹ ਤਾਂ ਭਾਈ ਹੁਣ ਕੰਮ ਕਰਕੇ ਬਹਿ ਜਾਂਦੀ ਹੈਗੀ, ਇਹ ਸਾਰਾ ਕੰਮ ਕਰਦੀ ਹੈਗੀ, ਜਵਾਕ ਨੂੰ ਵੀ ਸਾਹਮਣਾ ਪੈਂਦਾ ਵਿੱਚ। ਉਹ ਭਾਈ ਵਿੱਚ ਕੰਮ ਕਰਦੀ ਹੈ ਪੁੱਤ, ਉਹ ਸੌਰੀ ਹੈ ਜਿੱਲੀ ਆ, ਫਿਰ ਉਹਦਾ ਕੀ ਕਰੀਏ ਹੁਣ, ਹੁਣ ਸਾਰੇ ਦਿਨ ਸਰੀਕੇਬਾਜ਼ੀ ਤਾਂ ਨਹੀਂ ਹੁੰਦੀ। ਸਬਜ਼ੀ ਤੇ ਬਣਾ ਲੂਗੀ, ਰੋਟੀ ਮੈਂ ਬਣਵਾ ਦੂੰਗੀ ਨਾਲ ਲੱਗ ਕੇ। ਚੱਲ ਕੋਈ ਨਹੀਂ, ਮਰਜ਼ੀ ਆ ਭਾਈ, ਖਾ ਲਾਂਗੇ, ਘੰਟਾ ਠਹਿਰ ਕੇ ਖਾ ਲਾਂਗੇ। ਚੱਲ ਕੋਈ ਨਹੀਂ, ਮੈਂ ਦੇਖਦੀ ਆ ਜੀ, ਤੁਸੀਂ ਲਾ ਦਿਓ 4, ਫਿਰ ਮੈਂ ਬਣਵਾ ਦੂੰਗੀ। ਕੋਈ ਨਹੀਂ, ਲਾ ਦਿੰਦੀ। ਗੱਲ ਤਾਂ ਐ ਵੀ ਉੱਤੋਂ ਗਰਮੀ ਪਈ ਜਾਂਦੀ ਆ, ਬਿਮਾਰ ਹੋ ਜਾਵੇ ਮੁੜ ਕੇ ਤੇ ਡਾਕਟਰਾਂ ਦੇ ਘਰ ਭਰੀ ਚੱਲਿਓ। ਕੋਈ ਨਾ ਡੈਡੀ, 10-15 ਮਿੰਟਾਂ ਨਾਲ ਕੀ ਫਰਕ ਪੈਂਦਾ ਤੁਹਾਨੂੰ, ਖਾ ਲਓ ਰੋਟੀ। 10-15 ਮਿੰਟਾਂ ਦਾ ਹੁਣ ਕੀ ਪਤਾ ਪੁੱਤ, ਬੰਦੇ ਦਾ ਕਿੰਨੇ ਵਜੇ ਹੋਣ, ਆਪਾਂ ਉਹਨਾਂ ਨੂੰ ਝਾਕੀ ਚੱਲਾਂਗੇ, ਕੁੱਤੇ ਝਾਕ ਹੋ ਗਈ ਫਿਰ ਤਾਂ। ਆ ਜਾਣਗੇ ਮੰਮੀ, ਕਹਿੰਦੇ ਸੰਦਈ ਆਉਣਗੇ, ਸੰਦਈ ਆਉਣਗੇ ਹੁਣ। ਮੰਮੀ ਦਾ ਕਹਿੰਦੇ ਸੀ ਚੱਲ ਕੋਈ ਨਾ ਆ ਜਾਣਗੇ, ਧੁੱਪ ਚੜ ਜੂਗੀ ਆ ਹੁਣ ਆ ਜਾਣਗੇ। ਚੱਲ ਠੀਕ ਆ ਪੁੱਤ, ਕੋਈ ਨਾ ਫਿਰ। ਹਾਂ ਯੂਵੀ, ਇਹ ਕੀ ਖੇਡ ਰੋਟੀ ਕਿ ਕੋਈ ਮੇਰੇ ਤੋਂ, ਆ ਫੜਾ ਇੱਧਰ ਰੋਟੀ, ਫੜਾ ਮੈਂ ਰੋਟੀ ਖਾਣੀ ਆ, ਬਹੁਤ ਭੁੱਖ ਲੱਗੀ ਮੈਨੂੰ। ਯੂਵੀ ਮੈਂ ਚਪੇੜ ਮਾਰ ਦਿੰਦੀ ਤੇਰੇ, ਸੱਚੀ ਪਹਿਲੇ ਤਾਂ ਮਾਰੀ ਨਹੀਂ ਸੀ, ਦੇ ਰੋਟੀ ਮੈਨੂੰ। ਨਹੀਂ ਨਹੀਂ, ਤੂੰ ਆਖੇ ਲੱਗਦਾ ਫਿਰ। ਯੂਵੀ ਇਹ ਖੇਡ ਹੈ ਕੋਈ, ਰੋਟੀ ਵੀ ਨਹੀਂ ਖਾਣ ਦਿੰਦਾ ਤੂੰ ਟਾਈਮ ਤੇ ਮੈਨੂੰ, ਫੜਾ ਰੋਟੀ ਫੜਾ ਦੇ, ਨਹੀਂ ਚੌੜ ਕਰੀ ਦੀ ਹੁੰਦੀ ਰੋਟੀ ਦੇ ਨਾਲ, ਤੂੰ ਆਪ ਤਾਂ ਰੋਟੀ ਖਾ ਲਈ ਨਾਲ ਮੈਨੂੰ, ਨਹੀਂ ਖਾਣ ਦੇਣੀ ਤੂੰ, ਫੜਾ ਰੋਟੀ ਮੈਨੂੰ ਫੜਾ ਦੇ, ਮੰਨੀ ਦੀ ਹੁੰਦੀ ਹੈ ਗੱਲ। ਉਹ ਟਿਕਦਾ ਨੀ।
ਦੇਖ ਲੋ ਜੀ, ਹੁਣ ਰੋਟੀ ਚੱਕ ਕੇ ਭੱਜ ਗਏ ਚ ਵੀ ਮੇਰਾ ਕਸੂਰ ਆ। ਲੈ ਪੁੱਤ ਤੁਰਿਆ ਰੋਟੀ ਦੇ, ਯੂ ਵੀ ਰੋਟੀ ਫੜਾ ਫੜਾ ਰੋਟੀ ਫੜਾ। ਆ ਕੀ ਹੋਈ ਜਾਂਦਾ ਵੀਰੇ, ਤੁਸੀਂ ਥੱਪੜ ਤੇ ਥੱਪੜ ਥੱਪੜ ਤੇ ਥੱਪੜ, ਕਦੇ ਇਹ ਮਾਰ ਦਿਓ, ਕਦੇ ਤੁਸੀਂ ਮਾਰ ਦਿਓ, ਨਾ ਤੁਸੀਂ ਮਾਰਨਾ ਜਵਾਕ। ਉਹ ਮੈਂ ਇੰਨਾ ਵੀ ਨਹੀਂ ਮਾਰਿਆ ਥੱਪੜ, ਵੀ ਇਹ ਰੋਣ ਲੱਗ ਜੇ ਮਾੜਾ ਜਿਹਾ ਲਾਇਆ ਇਹਦੇ। ਤੁਸੀਂ ਤਾਂ ਕਹਿੰਦੇ ਸਬਾਲਾ ਪਿਆਰ ਕਰਦੇ ਹੋ, ਕੀ ਪਿਆਰ ਕਰਦੇ ਹੋ, ਕਦਮ ਕਮਰੇ ਚ ਬਾਹਰ ਕੱਢ ਦਿੰਦੇ ਹੋ, ਅਸੀਂ ਘਰੋਂ ਹੀ ਵਗ ਜਾਂਦੇ ਜੇ ਬਾਹਰ। ਦੀਦੀ ਤੁਸੀਂ ਥੱਪੜ ਦਾ ਦੇਖ ਲਿਆ, ਐਂ ਨਹੀਂ ਨਾ ਦੇਖਿਆ ਮੈਂ ਰੋਟੀ ਚੱਕੀ ਫਿਰਦਾ ਸੀ। ਭਾਬੀ ਇੰਨਾ ਟਾਈਮ ਜਵਾਕ ਹੈ ਬਈ। ਲੈ ਉਹ ਭਾਬੀ ਇੰਨਾ ਵੀ ਨਹੀਂ ਚਮੜਾ ਇੰਨਾ ਹੁੰਦਾ। ਕੀ ਚਮੜਾ ਹੈ, ਹੋਰ ਚਮੜਾ ਉੱਟੇ ਆ ਇਹ, ਮਾਰ ਮਾਰ ਹੀ ਮਾਰਨਾ ਸਾਰਾ ਦਿਨ, ਸਾਡੀਆਂ ਭਰਦੀ ਰਹੀ ਹੈ। ਐਡਾ ਤਾਂ ਮਾਰਿਆ ਵੀ ਨਹੀਂ ਦੀਦੀ, ਮਾਰਿਆ ਨਹੀਂ, ਚੋੜ ਚ ਇਹਨੇ ਏਦਾਂ ਏਦਾਂ ਕੀਤਾ, ਥੱਪੜ ਮਾਰ ਮਾਰੀ ਮਾਰ ਨਾਲ ਕਾ ਛੱਡਿਆ ਜਵਾਕ। ਉਹ ਭਾਬੀ ਮਾਰਨ ਵਾਲੇ ਨੂੰ ਜੇ ਜੇ ਇਹਨੂੰ ਮਾੜਾ ਮੋਟਾ ਘੂਰ ਦਿੰਦੇ ਆ ਤਾਂ ਪਿਆਰ ਵੀ ਕਰਦੇ ਆ, ਐਡੀ ਕੋਈ ਗੱਲ ਵੀ ਨਹੀਂ। ਪਿਆਰ ਕਰਦਾ ਤੂੰ ਨਾ, ਇਹ ਦੇਖੀ ਮੇਰੀ ਗਲਤੀ ਹੈਗੀ। ਕਿੱਥੇ ਤੁਹਾਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਭਾਈ ਉਹ ਵੀ ਤੇਰੀ ਉਹਦੀ ਤੇਰੀ ਚਾਚੀ ਦੀ ਰੋਟੀ ਖਾਣਾ ਤੇਰੇ ਛੱਤਰ ਲੱਗਣਗੇ, ਐਂ ਕਹਿਣਾ ਚਾਹੀਦਾ ਸੀ ਵੀ ਚੱਲ ਵਧੀਆ ਕਰਿਆ ਤੂੰ ਲਾਤਾ ਨਹੀਂ ਚੌੜ ਕਰਦਾ। ਅੱਜ ਰੋਟੀ ਖਾਂਦਾ ਗੱਲ ਨੂੰ ਕੁਛ ਹੋਰ ਕਰੂਗਾ, ਜੇ ਹੁਣ ਨਾ ਸਮਝਾਇਆ ਜਵਾਕ ਨੂੰ ਵਿਗੜੂ ਨੀ, ਉੱਪਰੋਂ ਸ਼ਹਿ ਦੇਈ ਜਾਂਦੇ ਨੇ ਇਹਨੂੰ। ਇਹੀ ਤਾਂ ਮਾੜੀਆਂ ਗੱਲਾਂ ਨੇ, ਚੱਲ ਤੂੰ ਰੋਟੀ ਖਾ ਲੈ। ਲਾਪਰੀ ਤਰ੍ਹਾਂ ਨੂੰ ਕਰੇ ਨੀ ਹੁਣ, ਮੈਂ ਨੀ ਖਾਣੀ ਜੀ, ਮੇਰਾ ਤਾਂ ਮੂਡ ਜਿਹਾ ਖਰਾਬ ਹੋ ਗਿਆ। ਉਹ ਯਾਰ ਚੱਲ ਤੂੰ ਰੋਟੀ ਖਾ, ਘੰਟਾ ਹੋ ਗਿਆ ਪਹਿਲਾਂ ਮੈਨੂੰ ਰੋਟੀਆਂ ਪਕਾਉਂਦੇ ਨੂੰ, ਮਸਾਂ ਤਾਂ ਰੋਟੀ ਖਾਣ ਦਾ ਟਾਈਮ ਮਿਲਿਆ ਸੀ। ਰੋਟੀ ਖਾ, ਲਾਪੀ ਤੋਰਾ ਨੂੰ ਪੁੱਛੋ ਨਾਲੇ ਫੋਨ ਕਰਕੇ। ਕੋਈ ਨਾ ਮੈਂ ਪੁੱਛ ਲੂੰਗਾ ਫੋਨ ਕਰਕੇ, ਤੂੰ ਰੋਟੀ ਖਾ ਲੈ। ਜੇ ਹੁਣ ਜਵਾਕ ਨੂੰ ਬੁਲਾਉਂਦੇ ਨੀ ਤਾਂ ਐਂ ਕਹੂਗੀ ਵੀ ਮੇਰੇ ਜਵਾਕ ਨੂੰ ਬੁਲਾਉਂਦੇ ਨੀ, ਨਾਲੇ ਜਵਾਕ ਦਾ ਕੀ ਕਸੂਰ ਹੈ, ਸਾਰਾ ਦਿਨ ਭਾਬੀ ਸ਼ਹਿ ਦਿੰਦੀ ਹੈ ਉਹਨੂੰ, ਸਮਝ ਨਹੀਂ ਆਉਂਦੀ ਪਤਾ ਨਹੀਂ। ਚੱਲ ਕੋਈ ਨਾ, ਤੂੰ ਲੱਸੀ ਲੁੱਸੀ ਪਾ ਲਿਆ? ਚੱਲ ਮੈਂ ਲਿਆ ਕੇ ਦਿੰਦਾ, ਕੋਈ ਨਾ। ਮੈਨੂੰ ਪੱਕਾ ਪਤਾ ਅੱਜ ਜਦੋਂ ਲਾਪਰੀ ਤੋਂ ਹੋਰੀ ਆ ਗਏ ਨਾ ਜਲੂਸ ਨਿਕਲੂ, ਤੂੰ ਦੇਖ ਲਈ ਦੇਖ ਲਈ ਹਰ ਇੱਕ ਵਾਰੀ ਨਿਕਲਦਾ। ਚੱਲ ਕੋਈ ਨਾ, ਤੂੰ ਰੋਟੀ ਖਾ, ਮੈਂ ਲੱਸੀ ਲੈ ਕੇ ਦਿੰਦਾ ਮੈਨੂੰ। ਕਿੱਧਰ ਚੱਲੇ ਪੁੱਤ? ਉਹ ਕੁਛ ਨੀ, ਮੈਂ ਤਾਂ ਲਾਪਰੀਤ ਨੂੰ ਅੱਡੇ ਤੇ ਲੈ ਕੇ ਆਉਣਾ, ਅੱਡੇ ਤੇ ਆ ਰਹੀ ਆ ਉਹ। ਕਿਉਂ ਤਾਂ ਪ੍ਰਾਹੁਣਾ ਨਹੀਂ ਆਇਆ? ਓਏ ਉਹਨੂੰ ਤਾਂ ਕੋਈ ਕੰਮ ਕੁੰਮ ਹੋ ਗਿਆ ਹੋਣਾ, ਮੈਨੂੰ ਫੋਨ ਆਇਆ ਸੀ ਕਹਿੰਦਾ ਲਾਪਰੀਤ ਆਉਂਦੀ ਹੈ, ਕਹਿੰਦਾ ਤੂੰ ਉਹਨੂੰ ਲੈ ਜਾਈ। ਹੁਣ ਮੈਂ ਲਾਪਰੀਤ ਨੂੰ ਫੋਨ ਕਰਿਆ ਸੀ, ਉਹ ਕਹਿੰਦੀ ਬਸ ਕਹਿੰਦੀ ਮੈਂ ਇੱਥੇ ਖਡਾਲਾ ਤੱਕ ਆ ਗਈ, ਕਹਿੰਦੀ ਤੂੰ ਆ ਜਾ। ਲੈ ਆਪ ਤਾਂ ਭੱਜ ਕੇ, ਹੋਰ ਕਿੱਥੇ ਖੜੇ ਰਹੋ ਜਵਾਕੜੀ, ਛੇਤੀ ਜਾ। ਦੱਸ ਕੱਲੀ ਨੂੰ ਭੇਜ ਦਿੱਤੀ ਹੈ, ਪ੍ਰਾਹੁਣਾ ਨਾਲ ਆ ਜਾਂਦਾ, ਇੱਕ ਦਿਨ ਰਹਿ ਜਾਂਦਾ, ਆਉਣ ਜਾਣ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ, ਕੰਮ ਤਾਂ ਰੋਜ਼ ਹੀ ਨਹੀਂ ਮੁੱਕਦੇ, ਇਹਦਾ ਕੰਮ ਤਾਂ ਹੁੰਦੇ ਹੀ ਰਹਿੰਦੇ ਨੇਗੇ। ਕਮਲਾ ਹੀ ਆ ਜੰਮੀ, ਕੱਲੀ ਨੂੰ ਬੱਸ ਚੜਾ ਤਾ, ਅੱਜ ਕੱਲ੍ਹ ਟਾਈਮ ਪਤਾ ਕਿੰਨਾ ਮਾੜਾ ਹੈਗਾ, ਮੈਂ ਤਾਂ ਕਹਿੰਦੀ ਸੀ ਇਕੱਠੇ ਆ ਜਾਂਦੇ, ਉਹਦੇ ਵਰਗੀ ਰੀਸ ਨਹੀਂ, ਹੁਣ ਮੈਨੂੰ ਫਿਕਰ ਜਿਹਾ ਲੱਗ ਰਿਹਾ ਜਿੰਨਾ ਚਿਕਰ ਘਰੇ ਨਹੀਂ ਆਉਂਦੀ, ਚੱਲ ਲੈਣ ਤਾਂ ਗਿਆ ਗਾ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ ਪੁੱਤ, ਕਿਵੇਂ?
ਹਾਂ ਠੀਕ ਠਾਕ ਵਧੀਆ। ਕੀ ਗੱਲ ਪ੍ਰਾਹੁਣਾ ਨਹੀਂ ਆਇਆ? ਪ੍ਰਾਹੁਣਾ ਵਿਚਾਰਾ ਕੀ ਕਰੇ, ਕੰਮ ਏ ਬਹੁਤ ਨੇ। ਨਾਲੇ ਜੇ ਪ੍ਰਾਹੁਣਾ ਆ ਜਾਂਦਾ ਨਾ, ਮੈਨੂੰ ਹੱਥੀ ਮੋੜ ਕੇ ਲੈ ਜਾਣਾ ਸੀਗਾ। ਆ ਹੁਣ ਮੈਂ ਦੋ ਚਾਰ ਦਿਨ ਲਾ ਜੂੰਗੀ। ਚਲੇ ਵੀ ਠੀਕ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਭਾਬੀ, ਕਿਵੇਂ ਹੋ? ਵਧੀਆ, ਤੁਸੀਂ ਦੱਸੋ? ਠੀਕ ਹੈ ਵਧੀਆ। ਬਹਿ ਜਾਓ, ਮੈਂ ਪਾਣੀ ਲੈ ਕੇ ਆਈ। ਭਾਜੀ ਨਾਲੇ ਕਿੱਥੇ ਨੇ? ਉਹ ਦੱਸ ਕੇ ਹਟੀ ਆ, ਉਹਨਾਂ ਨੂੰ ਜ਼ਰੂਰੀ ਕੰਮ ਹੋ ਗਿਆ, ਆਇਆ ਨਹੀਂ ਗਿਆ ਹੈਗਾ। ਅੱਛਾ, ਕੰਮ ਹੋ ਗਿਆ ਉਹਨੂੰ, ਚਲ ਕੋਈ ਨਹੀਂ, ਪਾਣੀ ਪੁਣੀ ਲਿਆਓ। ਸਤਿ ਸ਼੍ਰੀ ਅਕਾਲ ਭਾਬੀ, ਕਿਵੇਂ ਲੱਗਦੀ ਸਾ? ਠੀਕ ਹੈ ਵਧੀਆ, ਤੁਸੀਂ ਦੱਸੋ? ਵਧੀਆ। ਬਾਈ ਨਹੀਂ ਆਇਆ? ਨਾ, ਮੈਂ ਹੀ ਆ ਗਈ ਬਸ, ਮੈਂ ਦੋਵਾਂ ਦੇ ਬਰਾਬਰ ਆ। ਕੱਲੀਏ ਦੋਵਾਂ ਨੇ ਆਉਣਾ ਸੀ ਪਹਿਲਾਂ ਤਾਂ, ਕੰਮ ਜ਼ਿਆਦੇ ਆ ਪਰਾਉਣੇ ਨੂੰ, ਤਾਂ ਕਰਕੇ ਫੋਨ ਆ ਗਿਆ ਉਹਨਾਂ ਨੂੰ ਜਾਣਾ ਪੈ ਗਿਆ। ਹਵਲਾ ਲਿਆ ਵੀ ਤੇਰਾ ਪਿਆਰ ਪੂਰ ਨਹੀਂ ਹੈਗਾ ਉਰੇ, ਪਰਾਉਣੇ ਤਾਂ ਜ਼ਿਆਦੇ ਆ। ਆਹੋ, ਕੁੜੀ ਨੂੰ ਭੁੱਲ ਗਏ, ਪਰਾਉਣਾ ਯਾਦ ਹੈ। ਮੰਮੀ ਕਹੇ ਸੀ ਦੋਨੇ ਆਉਣਗੇ। ਦੇਲ ਜਾਂਦੀ ਆਈਏ, ਤੈਨੂੰ ਕਿਸੇ ਨੇ ਪੁੱਛਿਆ ਹੀ ਭਈ ਲਵਪ੍ਰੀਤ ਕਿਵੇਂ ਹੈ? ਮੇਰੇ ਵਾਸਤੇ ਤਾਂ ਕੱਲਾ ਗਲਾਸ ਹੀ ਆਇਆ ਪਾਣੀ ਦਾ, ਜੇ ਪਰਾਉਣਾ ਹੁੰਦਾ ਵਿੱਚ ਟ੍ਰੇ ਵੀ ਆਉਂਦੀ। ਲੈ ਦੱਸ, ਪਾਣੀ ਵੀ ਗਰਮੀ ਲਿਆ ਤਾ, ਠੰਡਾ ਤਾਂ ਲਿਆ ਦਿੰਦੀ ਆ। ਕੁੜੇ ਠੰਡਾ ਨਹੀਂ ਲਿਆਂਦਾ ਪਾਣੀ, ਠੰਡਾ ਹੀ ਲਿਆਂਦਾ ਮੰਮੀ, ਚੌੜ ਕਰਦੀਆਂ। ਅੱਛਾ, ਲੈ ਦੀਦੀ, ਤੁਸੀਂ ਤਾਂ ਹੁਣ ਸਾਰ ਲਾ ਕੇ ਮਜ਼ਾਕ ਕਰਨੇ ਹੈ। ਨਾ, ਕੋਲਡ ਡਰਿੰਕ ਤਾਂ ਮੰਗਵਾਈ ਦਿੰਦੇ, ਕੱਲਾ ਪਾਣੀ ਮੱਥੇ ਮਾਰਿਆ ਮੰਗਵਾਇਆ ਗਿਆ। ਹਾਂ, ਪ੍ਰਾਹੁਣੇ ਵੀ ਲੈ। ਆਹਾ, ਸਾਡੀ ਭਾ ਫੇਰ ਆ ਗਈ। ਕੀ ਕਹਿੰਦਾ? ਹਾਪੜਾ ਮਾਰੂਗੀ ਕਾ ਕੇ ਮੇਰੇ ਲਈ, ਇਹ ਜਾਂ ਕੁਛ ਨੀ ਚੱਲਦਾ ਹੈਗਾ। ਇਹਨੂੰ ਆਖਲ ਸਿਖਾ ਦੋ, ਸਤਿ ਸ਼੍ਰੀ ਅਕਾਲ ਬਣਾਉਣੇ ਸਿਖਾ ਦੋ ਇਹਨੂੰ, ਕਿਵੇਂ ਬੋਲਦਾ। ਚੱਲ ਕੋਈ ਗੱਲ ਨੀ, ਲਵਪ੍ਰੀਤ ਜਵਾਕ ਹੈ, ਲੈਣਾ ਹੈਗਾ ਕੋਈ ਜਵਾਕ ਹੈ ਕਿ ਕਿ ਇਹਨੂੰ ਸਰਚ ਗੋਲੀਆਂ ਕਰਵਾ ਲਓ, ਸਮਝ ਜੂਗਾ ਪੁੱਤ। ਕੋਈ ਨੀ, ਐਵੇਂ ਨੀ ਬੋਲਦੇ ਹੁੰਦੇ ਪੁੱਤ। ਪੁੱਤ ਇੱਧਰ ਆਇਆ, ਜੇ ਗੁੱਦ ਚੁੱਕੇ ਬੈਠਦਾ, ਇੱਧਰ ਬੈਠਾ, ਇੱਧਰ ਆ ਜਾ। ਚੱਲ ਫਿਰ ਕੀ ਹੁੰਦਾ ਸੀਗਾ ਜੱਸੀ, ਜੇ ਉੱਥੇ ਬਹਿ ਗਿਆ ਸੀ ਪ੍ਰੀਤ ਕੋਲੇ? ਕਿਉਂ ਭਾਬੀ, ਛੋਟੀ ਭਾਬੀ ਦੀ ਗੁੱਦ ਚ ਕੀ ਕਰੰਟ ਆ ਗਿਆ ਸੀ? ਸੋਨੂੰ ਪਤਾ ਨੀ, ਪਤਾ ਨੀ, ਇਹ ਤਾਂ ਰੋਜ਼ ਹੀ ਲੜਦੇ ਰਹਿੰਦੇ ਆ, ਇਹਦੇ ਥੱਪੜ ਮਾਰਦੇ। ਇਹ ਜਿਹੀ ਸ਼ਰਾਰਤੀ ਨੇ ਕਿ ਕਾ ਕੇ ਥਾਪੜਾ ਮਾਰਿਆ ਕਰੋ, ਇੱਕ ਬੋਲਣ ਦੀ ਅਕਲ ਤੈਨੂੰ ਕਿੰਨੇ ਸਿਖਾਈ ਹੈ? ਇਹ ਜਿਹੇ ਜੀ ਸਿਖਾਓ ਉਹਨਗੇ, ਉਹੋ ਜਿਹੇ ਸਿੱਖੂਗਾ ਬੱਚਾ। ਦੀਦੀ ਚਾਹ ਬਣਾਵਾਂ ਜਾਂ ਫਿਰ ਠੰਡਾ ਹੀ ਲਿਆਵਾਂ? ਚਾਹ ਬਣਾ ਲਓ ਥੋੜੀ ਜੀ, ਨਾਲੇ ਮੈਂ ਰੋਟੀ ਖਾਣੀ ਸੀ, ਭੁੱਖ ਲੱਗੀ ਆ ਮੈਨੂੰ। ਫਿਰ ਰੋਟੀ ਬਣਾ ਦਿੰਦੀ ਆ ਮੈਂ ਪਹਿਲਾਂ। ਰੋਟੀ ਬਣਾ ਦਿਓ, ਚਾਹ ਚੱਲ ਠਹਿਰ ਕੇ। ਆਪਾਂ ਮਟਰ ਪਨੀਰ ਮੰਗਾਇਆ ਸੀ, ਉਹ ਮੂੰਗੀ ਬਣਾ ਲਿਓ। ਬਾਈ ਮੈਂ ਤਾਂ ਮਟਰ ਪਨੀਰ ਖਾਣਾ ਵੀ ਨਹੀਂ, ਮੈਥੋਂ ਤਾਂ ਹਾਜ਼ਮ ਹੀ ਨਹੀਂ ਹੁੰਦਾ, ਬਹੁਤ ਭਾਰਾ ਹੁੰਦਾ। ਸਬਜ਼ੀ ਸੁਬਜ਼ੀ ਸਾਰਾ। ਚਲੋ ਮੈਂ ਸਬਜ਼ੀ ਵੀ ਬਣਾਈ ਸੀ ਨਾਲ ਕੱਦੂ ਦੀ, ਉਹ ਖਾ ਲਓ। ਕੱਦੂ ਦੀ ਲਿਆ ਦਿਓ, ਮੈਂ ਤਾਂ ਸਿੰਪਲ ਸਾਦੀ। ਹੋਰ ਹੁਣ ਚਲ ਮੈਂ ਬਣਾ ਲੈਂਦੀ। ਹਾਂ, ਦੋਏ ਜਣੀਆਂ ਬਣਾਓ ਤੁਸੀਂ ਰੋਟੀ, ਤੂਰੇ ਬਹਿ ਜਾ ਪੁੱਤ, ਚੌੜ ਨਾ ਕਰੀ, ਠੀਕ ਹੈ? ਆਏ ਨਹੀਂ ਬੋਲਦੇ ਹੁੰਦੇ ਚੰਗਾ ਭੂਆ ਜੀ ਨੂੰ? ਨਾ, ਤੂਰੇ ਆ, ਉਰੇ ਆ, ਤੂੰ ਸਕੂਲ ਜੀ ਜਾਂਦਾ, ਤੇਰੇ ਟੀਚਰ ਤੈਨੂੰ ਕੀ ਸਿਖਾਉਂਦੇ ਨੇ? ਹੈ ਕਹਿੰਦੇ ਭੂਆ ਜੀ, ਹੁਣ ਨਹੀਂ ਮੈਂ ਬੋਲਦਾ, ਸੌਰੀ ਮੰਗ। ਸੌਰੀ ਭੂਆ ਜੀ, ਸੌਰੀ ਭੂਆ ਜੀ, ਮਾਂ ਇਹਨੂੰ ਮਾੜੀ ਮੋਟੀ ਸਤਿ ਸ਼੍ਰੀ ਅਕਾਲ ਬਣਾਉਣੀ ਸਿਖਾ ਦੇ ਕਿਸੇ ਨੂੰ। ਪੁੱਤ ਮੈਂ ਤਾਂ ਬਥੇਰਾ ਸਿਖਾਉਣੀ ਆ, ਉਹ ਜੱਸੀ ਹੈਗੀ ਤਾਂ ਕਹਿ ਦਿੰਦੀ ਆ, ਮੇਰੇ ਮੁੰਡੇ ਨੂੰ ਤੁਸੀਂ ਐਂ ਕਹਿੰਦੇ, ਮੇਰੇ ਮੁੰਡੇ ਨੂੰ ਤੁਸੀਂ ਐਂ ਕਹਿੰਦੇ। ਵੱਡਾ ਬਾਈ ਹੁੰਦਾ ਘਰੇ ਤੇ ਥਾਪੜਾ ਮਾਰਦਾ ਕਾ ਕੇ ਕੰਨ ਤੇ ਟੀ ਟੀ ਗਰ ਲਾ ਦਿੰਦਾ ਇਹਨੂੰ। ਉਹ ਕਹਿੰਦੇ ਹੁੰਦਾ ਨਾ, ਮੈਂ ਤਾਂ ਵਿੱਚ ਵਿਚਾਲੇ ਫਸੀ ਪਈ ਆਗੀ, ਜੇ ਤਾਂ ਇਹ ਕੁਛ ਕਹਿੰਦੇ ਆ ਤਾਂ ਗੁੱਸਾ ਕਰਦੀ ਆਗੀ, ਹੈ ਕਦੇ ਪ੍ਰੀਤ ਨਾਲ ਕਦੇ ਇਹਦੇ ਨਾਲ, ਆਈ ਗੁੱਸੇ ਹੋਈ ਰਹਿੰਦੀ ਆ ਜੱਸੀ ਬਾਈ। ਇਹ ਤਾਂ ਜਵਾਬ, ਸਾਰੀਆਂ ਛੁੱਟੀਆਂ ਨੂੰ ਮੇਰੇ ਲਈ ਭੇਜ ਦੋ, ਮੈਂ ਬੰਦਾ ਬਣਾ ਕੇ ਤੋੜ ਦੂੰ, ਛੁੱਟੀਆਂ ਤਾਂ ਹੋ ਰਹੀਆਂ ਨੇ ਇਹਨੂੰ। ਪਿਆਰ ਕਰਦੇ ਆ ਤਾਂ ਹੀ ਸਾਰਾ ਦਿਨ ਇਹਦੀਆਂ ਲਾਣਾ ਚੱਟਦੇ ਆ। ਗੱਲ ਕੀ ਹੋਈ ਹੈ? ਗੱਲ ਬਈ ਕੁਛ ਨੀ ਹੋਈ, ਇਹ ਚੌੜ ਚੂੜ ਕਰਦਾ ਹੋਊਗਾ, ਇੱਕ ਵਾਰੀ ਪ੍ਰੀਤ ਨੇ ਇਹਨੂੰ ਘੂਰਤਾ ਹੋਊਗਾ, ਉੱਥੇ ਬੈੱਡ ਦੀ ਉਹ ਚਾਦਰ ਵਿਛਾਉਂਦੀ ਹੋਊ ਵੀ ਚੱਲ ਤੁਸੀਂ ਨੇ ਆਉਣਾ, ਇਹਨੂੰ ਆਏ ਸੀ ਵੀ ਤੂੰ ਤੇ ਰਾਮ ਨੂੰ ਆਉਂਗੇ, ਉਹ ਕਹਿੰਦੀ ਵੀ ਪੁੱਤ ਤੇਰੀ ਭੂਆ ਹੋਰੀ ਆਉਣਗੇ ਵੀ ਤੂੰ ਮਾੜਾ ਜਿਹਾ ਚਾਦਰ ਵਿਛਾ ਲੈਣ ਦੇ। ਇਹਨੇ ਜਾ ਕੇ ਆਏ ਕਹਿਤਾ ਮਾੜਾ ਜਿਹਾ, ਬਸ ਤੈਨੂੰ ਪਤਾ ਜਵਾਕ ਨੂੰ ਬਈ ਕੀ ਪਤਾ ਹੁੰਦਾ ਵੀ ਮੰਮੀ ਮੈਨੂੰ ਚਾਚੀ ਨੇ ਬਾਹਰ ਕੱਢਤਾ।
ਜਵਾਕ ਨੂੰ ਮੰਨ ਲਿਆ ਵੀ ਕੁਛ ਨਹੀਂ ਪਤਾ ਹੁੰਦਾ, ਪਰ ਜਵਾਕ ਨੂੰ ਸਿਖਾਇਆ ਵੀ ਕਰਦੇ ਨੇ ਮਾਂ। ਆਉਣ ਸਰ ਦੇਖ ਲੈ ਮੈਂ ਸੜੀ ਜੀ ਭੂਆ ਕੇ ਲੈ। ਹਾਂ ਕਿੱਥੇ ਸਤਿ ਸ੍ਰੀ ਅਕਾਲ ਕਹਿਣਾ ਸੀ, ਸਤਿ ਸ੍ਰੀ ਅਕਾਲ ਬੁਲਾਈ ਤੇਰੀ। ਤੂੰ ਉਹਦੀ ਚਾਚੀ ਨੂੰ ਕਿਉਂ ਤੰਗ ਕਰਦਾ? ਅੱਜ ਸਵੇਰੇ ਉਹਨੂੰ ਰੋਟੀ ਨਹੀਂ ਖਾਣ ਦੇ, ਜੇ ਜਾ ਕੇ ਅੰਦਰ ਕੰਮ ਕਰ ਲੈ ਆਪਦਾ ਸਕੂਲ ਦਾ। ਅੱਜ ਸਵੇਰੇ ਉਹ ਰੋਟੀ ਖਾਣ ਲੱਗ ਰਹੀ ਸੀ, ਪਤਾ ਨਹੀਂ ਕੀਤੇ ਗਏ ਲੈ ਤਾਂ ਪਤਾ ਨਹੀਂ ਪਤਾ। ਬਾਈ ਤਾਂ ਕੋਈ ਨਹੀਂ ਹੈਗਾ ਇਹੋ ਜਿਹਾ। ਉਹ ਬਾਈ ਕਾਹਨੂੰ, ਕੋਈ ਵੀ ਨਹੀਂ ਹੈਗਾ। ਭਾਬੀ ਸਾਰਾ ਦਿਨ ਇਹਦੀਆਂ ਸਾਦੀਆਂ ਭਰਦੇ, ਜੇ ਮਾੜਾ ਜਿਹਾ ਘੂਰਦੀ ਹੈ ਕਹਿੰਦੇ ਮੇਰੇ ਮੁੰਡੇ ਨੂੰ। ਪਤਾ ਕੀ ਚੱਕਰ ਹੈ, ਆਪਾਂ ਜਵਾਕ ਨੂੰ ਐਂ ਸਿਰ ਚੜਾਉਂਦੇ ਹੁੰਦੇ ਹਾਂ, ਕਹਿ ਕਹਿ ਕੇ ਜਵਾਕ ਹੈ ਜਿਹੀ ਜੀ ਆਦਤ ਇਹਨੂੰ ਹੁਣ ਪਾ ਦਾਂਗੇ ਅਸੀਂ ਜੀ ਪੈ ਜੂਗੀ। ਇਹ ਤਾਂ ਹੀ ਤਾਂ ਚੰਬਲ ਗਿਆ, ਨੀ ਵਧੀਆ ਸਤਿ ਸ੍ਰੀ ਅਕਾਲ ਬੁਲਾਉਂਦਾ ਸਭ ਨੂੰ ਆਇਆ ਨੂੰ, ਇਸੇ ਦੀ ਭਿੱਤੀ ਪੜ੍ਹਾਈ ਹੋਈ ਹੈ। ਚੱਲ ਕੀ ਪਤਾ ਕਹਿਤਾ ਹੋ, ਅਤਰਿਆ ਬਾਈ ਮੇਰਾ ਬੈਗ ਜਾ ਅੰਦਰ ਆ ਜਾ ਮਾਂ, ਆਪਾਂ ਵੀ ਪੱਖੇ ਥੱਲੇ ਜਾ ਕੇ ਆਰਾਮ ਕਰੀ ਜਾਂਦੇ, ਰੋਟੀ ਰੁਟੀ ਬਣਾਉਂਦੀਆਂ ਨੇ ਲੜਦੀਆਂ, ਰੋਟੀ ਪਕਾਉਂਦੀਆਂ ਪਕਾਉਂਦੀਆਂ ਦੀਦੀ। ਮਾੜੇ ਜਾ ਕੇ ਰੋਟੀ ਰਾੜੇ ਦੋ ਛੇਤੀ ਪੱਕ ਜਾਣਗੀਆਂ। ਮੈਥੋਂ ਨੀ ਪੱਕਦੀ ਪ੍ਰੀਤਾ, ਜੇ ਤਾਂ ਬਣਾਉਣੀ ਬਣਾ ਲੈ ਭੈਣੇ, ਮੈਂ ਤਾਂ ਤੇਰਾ ਨਾਮ ਜਾ ਕਰਾਈ, ਮੈਂ ਰੋਟੀ ਬਣਾਉਣੀ ਆ, ਮੈਥੋਂ ਨੀ ਰੋਟੀ ਪੱਕਦੀ ਹੈਗੀ, 5 ਸਾਲ ਪਹਿਲਾਂ ਮੈਂ ਹੀ ਖਵਾਈਆਂ ਨੇ ਲਾ ਲਾ ਕੇ ਇਹਨਾਂ ਨੂੰ। ਚਲੋ ਰੋਟੀ ਤਾਂ ਮੈਂ ਬਣਾ ਲੂੰਗੀ, ਉਹ ਤੂੰ ਭਾਰੀ ਸੀ, ਮੈਂ ਤਾਂ ਕਹਿੰਦੀ ਸੀ ਮੈਂ ਜਲਦੀ ਪੱਕ ਜਾਣੀ ਆ, ਫਿਰ ਤੁਸੀਂ ਉਹ ਰਾਇਤਾ ਜਿਹਾ ਕਰ ਦਿਓ ਤਿਆਰ। ਰਾਇਤਾ ਬਣਾਇਆ ਨੀ ਹਲੇ, ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਬਣਾ ਦਿਓ। ਰੋਟੀ ਪਕਾ ਕੇ ਬਣਾ ਲਈ ਭੈਣ ਬਣ ਕੇ, ਮੇਰਾ ਤਾਂ ਸਿਰ ਬੜਾ ਦੁਖੀ ਜਾਂਦਾ, ਮੈਨੂੰ ਤਾਂ ਇਹ ਲੱਗਦਾ ਬੁਖਾਰ ਹੋ ਰਿਹਾ ਜਿਵੇਂ। ਫਿਰ ਤੁਸੀਂ ਇਹ ਕਰੋ ਅੰਦਰ ਜਾ ਕੇ ਰੈਸਟ ਕਰ ਲਓ। ਮੈਂ ਰੈਸਟ ਕਰ ਲੂ, ਮੂਰੀ ਪੈ ਜਾਂਦੀ ਉਹਨਾਂ ਨੂੰ, ਐਂ ਹੋ ਜੂਗਾ ਉਹ ਬੈਠੀ ਹੈ ਵਿਹਲੀ, ਆਉਂਦੀ ਨਹੀਂ ਉਹਨਾਂ ਨੂੰ, ਐਂ ਤਾਂ ਹੋ ਜੂਗਾ ਵੀ ਉਹ ਤੇਰੇ ਸੋਚ ਕੰਮ ਲੱਗ ਗਈ ਹੈ ਕਰਨਾ। ਹੋਰ ਬਣਾ ਲੈ ਥੋੜੀ ਜਿਹੀ ਤੇ ਰੋਟੀਆਂ ਨੇ, ਹੁਣ ਪੱਕ ਜੂਗੀ। ਦੁਪਹਿਰ ਦਾ ਟਾਈਮ ਹੋ ਰਿਹਾ ਹੁਣ ਦੀਦੀ, ਸਾਰਿਆਂ ਨੇ ਰੋਟੀ ਖਾਣੀ ਆ। ਕੋਈ ਨਾ, ਥੋੜੀਆਂ ਹੀ ਤਾਂ ਹੈਗੀਆਂ ਨੇ, ਆ ਹੁਣ ਬਣ ਜਾਣਗੀਆਂ। ਪਹਿਲਾਂ ਮੈਂ ਹੀ ਖਵਾਉਂਦੀ ਹੁੰਦੀ ਸੀ ਬਣਾ ਬਣਾ ਕੇ ਉਹਨਾਂ ਨੂੰ, ਬਥੇਰੀਆਂ ਖਵਾਈਆਂ ਨੇ ਰੋਟੀਆਂ ਲਾ ਲਾ ਕੇ, ਇਕੱਲੀ ਹੁੰਦੀ ਸੀ ਉਦੋਂ ਵੀ। ਚਲੋ ਕੋਈ ਨਾ, ਮੈਂ ਹੀ ਬਣਾ ਲੈਂਦੀ ਹਾਂ। ਹੋਰ ਬਣਾ ਲਾ। ਬਣਾ ਲਈ ਰੋਟੀ ਭਾਬੀ? ਹਾਂਜੀ ਦੀਦੀ, ਬਸ ਬਣ ਗਈ, ਥੋੜਾ ਟਾਈਮ ਲੱਗੂ। ਲੈ ਆ ਕੇ ਭਾਬੀ, ਤੂੰ ਇਕੱਲੀ ਹੋ ਲੱਗ ਰਹੀ ਹੈ, ਤੂੰ ਭਾਬੀ ਨਾਲ ਲੱਗ ਜਾ। ਉਹ ਤਾਂ ਲੱਭ ਰਹੀ, ਤੇ ਮੈਨੂੰ ਪ੍ਰੀਤ ਨੀ ਕਹਿਤਾ, ਕਹਿੰਦੀ ਰੋਟੀ ਤਾਂ ਮੈਂ ਆਪ ਬਣਾ ਲੂੰਗੀ, ਤੂੰ ਰਾਇਤਾ ਬਣਾ ਦੇ। ਮੈਂ ਨੀ ਰਾਇਤਾ, ਰੋਟੀ ਖਾਂਦੀ ਹੁੰਦੀ, ਮੈਂ ਤਾਂ ਕੱਦੂ ਦੀ ਸਬਜ਼ੀ ਨਾਲ ਰੋਟੀ ਖਾਊਂਗੀ ਇਕੱਲੀ, ਧੁੱਪ ਚ ਲੱਗ ਰਹੀ ਹੈ ਵਿਚਾਰੀ ਇਕੱਲੀ, ਤੂੰ ਇਹਦੇ ਨਾਲ ਲੱਗ ਜਾ। ਸੋਰੀ, ਇਕੱਲਿਆਂ ਨੇ ਤਾਂ ਲਾਉਣੀਆਂ ਨੇ ਦੋ ਰੋਟੀਆਂ, ਲੱਭਰੀ ਤਾਂ ਲਾ ਦੂਗੀ। ਕਿਉਂ, ਮੈਂ ਕੀ ਇਕੱਲੀ ਖਾਊਂਗੀ ਰੋਟੀ, ਦੁਪਹਿਰਾ ਹੋ ਰਿਹਾ, ਸੁੱਖ ਨਾਲ ਸਾਰੇ ਖਾਣਗੇ ਰੋਟੀ, ਟੱਬਰ ਹੈ ਆਪਣੇ। ਹੋਰ ਦੀਦੀ, ਸਵੇਰ ਦੀ ਖਾਧੀ ਹੋਈ ਹੈ ਸਾਰੇ ਨੇ ਰੋਟੀ, ਤੇ ਹੁਣ 2:30 ਵੱਜ ਗਏ, ਭੁੱਖ ਤਾਂ ਲੱਗੀ ਹੋਊਗੀ, ਉਦੋਂ ਤੁਹਾਨੂੰ ਡਿੱਕੀ ਜਾਂਦੇ ਸੀਗੇ ਸਾਰੇ ਜਣੇ। ਤਾਂ ਹੀ ਤਾਂ ਮੈਂ ਕਹਿੰਦੀ ਹਾਂ ਵੀ ਦੋਏ ਜਣੀਆਂ ਰਲ ਮਿਲ ਕੇ ਪਕਾ ਲਓ, ਤੂੰ ਤਾਂ ਭਾਬੀ ਐਂ ਬੈਠ ਗਈ ਜਿਵੇਂ ਹੁਣੇ ਹੁਣੇ ਤੇਰਾ ਨਵਾਂ ਵਿਆਹ ਹੋਇਆ ਹੁੰਦਾ। ਚੰਗਾ, ਬਣਾ ਦੂੰਗੀ ਲਵਪ੍ਰੀਤ, ਐਂ ਕਰ ਤੂੰ ਰੈਸਟ ਕਰ ਲੈ ਜਾ ਕੇ ਅੰਦਰ। ਲਵਪ੍ਰੀਤ ਤੂੰ ਖੜੀ ਹੋ, ਮੈਂ ਬਣਾ ਦਿੰਦੀ ਹਾਂ। ਕੋਈ ਨਾ ਦੀਦੀ, ਮੈਂ ਬਣਾ ਲੈਂਦੀ ਹਾਂ ਰੋਟੀ ਦਾ, ਤੁਸੀਂ ਰਾਇਤਾ ਬਣਾ ਦਿਓ ਮਾੜਾ ਜਿਹਾ ਬਸ। ਮੈਂ ਰਾਇਤਾ ਰੂਤਾ ਨਹੀਂ ਖਾਣਾ, ਤੁਹਾਨੂੰ 20 ਵਾਰ ਕਹਿਤਾ, ਤੁਸੀਂ ਦੋਏ ਜਣੀਆਂ ਰਲ ਮਿਲ ਕੇ ਰੋਟੀ ਪਕਾ ਲਓ, ਮੈਂ ਆਰਾਮ ਕਰਦੀ ਹਾਂ। ਦੇਖ ਲੈ ਤੇਰੀ ਤਾਂ ਕਿੰਨੀ ਫਿਕਰ ਹੈਗੀ, ਹੈ ਮੇਰੀ ਜਮਾ ਵੀ ਨੀ ਹੈਗੀ, ਜਿਹੜੀ 5 ਸਾਲ ਰੋਟੀਆਂ ਖਵਾਈਆਂ ਨੇ ਲਾ ਲਾ ਕੇ, ਬਈ ਤੇਰੀ ਫਿਕਰ ਹੋ ਗਈ ਜ਼ਿਆਦੇ, ਮੈਂ ਤਾਂ ਉਹੀ ਫਿਰਦੀ ਆ। ਦੀਦੀ ਫਿਕਰ ਦੀ ਗੱਲ ਨੀ ਹੈਗੀ, ਦੀਦੀ ਤਾਂ ਕਹਿੰਦੀ ਸੀ ਵੀ ਚੱਲ ਟਾਈਮ ਨਾਲ ਕੰਮ ਨਿਬੜ ਜੂਗਾ, ਸਾਰੇ ਰੋਟੀ ਖਾ ਲੈਣਗੇ। ਗੱਲ ਸੁਣ, ਪਹਿਲਾਂ ਮੈਂ ਇਕੱਲੀ ਕਰਦੀ ਹੁੰਦੀ ਸੀ, ਮੇਰੇ ਨਾਲ ਕੌਣ ਕਰਾਉਂਦਾ ਹੁੰਦਾ ਸੀ, ਧੁੱਪ ਚ ਵੀ ਰੋਟੀਆਂ ਲਾਈਆਂ ਹੋਈਆਂ ਨੇ, ਹੁਣ ਉਹਨੂੰ ਜ਼ਿਆਦਾ ਫਿਕਰ ਹੋ ਗਈ ਤੇਰੀ, ਮੈਨੂੰ ਤਾਂ ਕਦੇ ਕਿਹਾ ਨੀ ਧੁੱਪ ਚ ਰੋਟੀ ਲਾਉਣੀ ਆ, ਉਹਦੀ ਮਾਂ ਨੂੰ ਵੀ ਹਾਂ ਤੂੰ ਇਹਦੇ ਨਾਲ ਲੱਗ ਜਾ। ਚਲੋ ਦੀਦੀ, ਟਾਈਮ ਟਾਈਮ ਦੀ ਗੱਲ ਹੁੰਦੀ ਆ,
ਹੁਣ ਆਪਾਂ ਦੋ ਜਣੇ ਤਾਂ ਕਰਕੇ ਕਹਿੰਦੀ ਹੁਣ ਵੀ ਚੱਲ ਵੰਡ ਕੇ ਕੰਮ ਕਰ ਲੈਣਗੀਆਂ, ਛੇਤੀ ਹੋ ਜੂਗਾ। ਵੰਡ ਕੇ ਕੰਮ ਕਰ ਲਿਆ ਕਰਾਂਗੇ ਕੋਈ ਨਾ, ਮੇਰੇ ਤਾਂ ਸਿਰ ਬਾਹਰ ਦੁਖੀ ਜਾਂਦਾ ਪਹਿਣਾ, ਜੇ ਤਾਂ ਪਕਾਉਣੀਆਂ ਨੇ ਪਕਾ ਦੇ, ਨਹੀਂ ਮੈਥੋਂ ਤਾਂ ਨਹੀਂ ਪੱਕਦੀਆਂ ਹੈਗੀਆਂ। ਦੇਖ ਕੋਈ ਨਾ, ਮੈਂ ਆਪੇ ਪਕਾ ਲੈਣੀ ਆ। ਦੀਦੀ ਕਿੱਧਰੋਂ ਆ ਗਈ ਲੈ ਉਰੇ ਮੰਮੀ। ਹਾਂ ਪੁੱਤ ਪੈ ਗਏ ਸੀ, ਸਟੂਈ ਜੀ ਸਿੱਧੀ ਕਰਦੀ ਸੀ, ਮੈਂ ਕਿਹਾ ਚੱਲ ਤੁਸੀਂ ਰੋਟੀ ਰੋਟੀ ਤਾਂ ਮੈਂ ਤੈਨੂੰ ਦੱਸਦੀ ਆ, ਮੇਰਾ ਵੀ ਸਿਰ ਜਾ ਦੁਖੀ ਜਾਂਦਾ ਸੀ। ਮੈਂ ਤਾਂ ਲਾਪਰੀਤ ਨੂੰ ਹੀ ਕਹਿਤਾ ਸੀ ਖੋਦੋ, ਮੈਂ ਜਾਣੀ ਆ ਰੋਟੀ ਬਣਵਾ ਦਿੰਨੀ ਆ, ਮੈਥੋਂ ਕਿੱਥੇ ਰੋਟੀ ਪੱਕਦੀ ਐ। ਲਾਪਰੀਤ ਆ ਕੇ ਕਹਿੰਦੀ ਰੋਟੀ ਤੂੰ ਬਣਵਾ ਦੇ ਨਾਲ ਲੱਗ ਕੇ ਪ੍ਰੀਤ ਦੇ, ਗਰਮੀ ਇੰਨੀ ਐ ਨਾ ਨੂੰ ਐ ਨੀ ਆਉਂਦਾ ਹੈਗਾ ਵੀ 5 ਸਾਲ ਏਸੀ ਨੇ ਖਵਾਈਆਂ ਨੇ ਪਹਿਲਾਂ ਮੇਰੀ ਰੋਟੀਆਂ, ਵੀ ਜੇ ਹੁਣ ਲਾ ਦੂਗੀ ਫੇਰ ਕਿੱਡੀ ਗੱਲ ਹੋ ਜੂਗੀ। ਮੈਨੂੰ ਸਾਰਾ ਪਤਾ ਪੁੱਤ, 5 ਸਾਲ ਤੂੰ ਹੀ ਕੰਮ ਕੀਤਾ ਗਾ, ਉਹ ਤਾਂ ਹੁਣ ਆ ਕੇ ਕਰਨ ਲੱਗੀ ਆ। ਫੇਰ ਲਾਪਰੀਤ ਨੂੰ ਤਾਂ ਮੈਂ ਆਪੇ ਸਮਝਾ ਦੂ ਨਾ ਕਰਨਾ। ਪਹਿਲਾਂ ਮੈਨੂੰ ਕਿਸੇ ਨੇ ਕਿਹਾ ਸੀ ਬਈ ਤੂੰ ਆਰਾਮ ਕਰ ਲੈ, ਜਦੋਂ ਆਉਂਦੀ ਹੁੰਦੀ ਸੀ ਮੈਂ ਇਕੱਲੀ ਕਰਦੀ ਸੀ ਸਾਰਾ ਕੰਮ। ਹਾਂ ਪੁੱਤ ਤੂੰ ਹੀ ਕਰ, ਜੇ ਹੁਣ ਇਹ ਕਰ ਦੂਗੀ ਫੇਰ ਕਿੱਡੀ ਗੱਲ ਹੋ ਜੂਗੀ। ਤੂੰ ਤਾਂ ਕਹਾ ਹੈ ਨਹੀਂ ਸੀ ਕਿਸੇ ਤੋਂ ਕੁਛ, ਹਾਂ ਵੀ ਆ ਕਰ ਲਓ ਆ ਕਰ ਲਓ, ਕਦੇ ਨਹੀਂ ਸੀ ਮੇਰਾ ਤਾਂ ਪੈਰ ਪੁੰਜੇ ਲਾਉਣ ਦਿੱਤਾ ਤੂੰ। ਹਾਂ ਦੇਖ ਲੈ, ਹੁਣ ਮੈਂ ਤੈਨੂੰ ਐ ਕਹਿੰਦੀ ਆ ਵੀ ਤੇਰੇ ਤਾਂ ਧੀ ਆ ਚੱਲ, ਹਨਾ ਵੀ ਤੇਰਾ ਸਮਝਾਉਣ ਦਾ ਹੱਕ ਬਣਦਾ ਵੀ 5 ਸਾਲ ਹੋ ਗਏ ਇਹੀ ਕਰਦੀ ਸੀ, ਜੇ ਇਹ ਕਰ ਲੂਗੀ ਫੇਰ ਕੀ ਲੋੜਾ ਆਜੂਗਾ। ਤੂੰ ਉਹਦੀ ਫਿਕਰ ਤਾਂ ਕਰਨਾ, ਉਹਨੂੰ ਤਾਂ ਮੈਂ ਆਪੇ ਸਮਝਾ ਦੂ, ਉਹ ਲਾਈ ਲੱਗ ਗਈ, ਉਹਨੇ ਕਹਿਤਾ ਹੋਣਾ ਕੁਛ ਉਹਦੇ ਮਗਰ ਲੱਗ ਗਈ ਹੋਣੀ ਕੀ ਪਤਾ। ਹਾਂ ਮਨ ਕਰਿਓ ਇਸ ਖੁੰਦੀ ਹੋਵੇ ਵੀ ਇਹ ਕਰਦੀ ਨਹੀਂ ਹੈਗੀ, ਦੇਖ ਕਰਦੀ ਨਹੀਂ ਹੈਗੀ, ਖਬਰ ਕੋਈ ਮਾੜੀ ਮੋਟੀ ਗੱਲ ਕਰਤੀ ਹੋਵੇ ਬੁਝਕ ਦੇਣੇ, ਨਾਲੇ ਤਾਂ ਮੇਰੇ ਜਵਾਕ ਨੂੰ ਦੇ ਲੈ ਕਿਵੇਂ ਪੁੱਠਾ ਸਿੱਧਾ ਬੋਲਦੇ ਨੇ, ਹਲੇ ਮੈਂ ਕੰਮ ਵੀ ਕਰ ਕਰਕੇ ਦੇਵਾਂ ਇਹਨਾਂ ਦੇ ਮੂਹਰੇ। ਥੋੜਾ ਜਿਹਾ ਨਾ ਜਵਾਕ ਨੂੰ ਕਹਿ ਦੇ ਕਿ ਭੂ ਆ ਗਈ ਫਿਰ ਵੀ, ਉਹ ਤਾਂ ਚੱਲ ਮੈਂ ਸਮਝਾ ਦੂੰਗੀ, ਉਹ ਤਾਂ ਮੈਂ ਕਹਿੰਦੀ ਆ ਭਈ ਗਲਤੀ ਹੈ ਜੁਬੀ ਦੀ, ਐ ਨਹੀਂ ਬੋਲਦੇ ਹੁੰਦੇ ਫਿਰ ਵੀ ਭੂ ਆ ਗਈ, ਫਿਰ ਵੀ ਭੂ, ਪਰ ਉਹਨਾਂ ਦਾ ਹੱਕ ਤਾਂ ਨਹੀਂ ਬਣਦਾ ਛਿੱਤਰ ਛਿੱਤਰ ਲਾਉਣ ਦਾ, ਉਹ ਤਾਂ ਥੱਪੜ ਦੇ ਥੱਪੜ ਦੇ ਲੈ ਮੰਮੀ। ਲੈ ਮੈਂ ਕਿਵੇਂ ਮਰਨ ਦੇਊ, ਫਿਰ ਵੀ ਮੇਰਾ ਪੋਤਾ ਹੈਗਾ, ਥੱਪੜ ਕਿਵੇਂ ਮਰ ਜਾਣਗੇ, ਮੈਂ ਦੋਨਾਂ ਨੂੰ ਲੜੂੰਗੀ ਵੀ ਭਾਈ ਜਵਾਕ ਦੇ ਹੱਥ ਨਹੀਂ ਲਾਉਣਾ, ਵੀ ਸਮਝਾਉਣ ਤਾਂ ਇਹਨੂੰ ਪਿਆਰ ਨਾਲ ਸਮਝਾਓ, ਜੇ ਕੋਈ ਗਲਤੀ ਕਰਦਾ ਗਾ ਐਂ ਥੋੜੀ ਜਵਾਕ ਨੂੰ ਹੀ ਕੁੱਟੀ ਜਾਓ। ਉਹੀ ਤਾਂ ਗੱਲ ਹੈ ਮੰਮੀ, ਜੇ ਆਪਾਂ ਪਿਆਰ ਨਾਲ ਸਮਝਾਵਾਂਗੇ ਬੱਚੇ ਨੂੰ ਤਾਂ ਸਮਝੂਗਾ, ਉਹ ਛਿੱਤਰਾਂ ਨਾਲ ਥੋੜੀ ਸਮਝਦਾ ਹੁੰਦਾ, ਜੇ ਕੋਈ ਗਲਤੀ ਕਰਦਾ ਪਿਆਰ ਨਾਲ ਸਮਝਾਉਂਦੇ ਥੱਪੜ ਮਾਰਨ ਦੀ ਕੀ ਗੱਲ ਸੀ। ਚੱਲ ਕੋਈ ਨਾ ਤੂੰ ਵੀ ਲੜਾਈ ਨਾ ਕਰ, ਮੈਂ ਆਪੇ ਕਹਿ ਦੂ ਸਾਰਿਆਂ ਨੂੰ। ਲੜਾਈ ਨੀ ਕਰਦੀ ਮੰਮੀ, ਸਾਨੂੰ ਤਾਂ ਇਹਨਾਂ ਨੇ ਉਹੀ ਸਮਝ ਰੱਖਿਆ, ਆਪਦੀ ਚਲਾਉਂਦੇ ਨੇ, ਇਹਨਾਂ ਨੂੰ ਤਾਂ ਐ ਵੀ ਤਾਂ ਉਹੀ ਫਿਰਦੀ ਆ, ਫਿਰ ਮੈਂ ਕਿਉਂ ਕੰਮ ਕਰਾਂ। ਚੱਲ ਕੋਈ ਨਾ ਪੁੱਤ, ਮੁੰਡਾ ਹੈ ਨੀਗਾ ਇੱਥੇ, ਤੂੰ ਰਲ ਮਿਲ ਕੇ ਰਹਿ, ਕਿਉਂ ਮਾਪੂਗਾ ਤੂੰ ਨਹੀਂ। ਛਿੱਤਰ ਨਹੀਂ ਖਾਈ ਜਾਣੇ ਅਸੀਂ ਨੇ ਹੁਣ, ਤੇਰੇ ਨਾਲ ਆ ਮੈਂ, ਛਿੱਤਰ ਕਾਹਤੋਂ ਖਾਣੇਗੀ, ਤੇਰੇ ਕੌਣ ਛਿੱਤਰ ਮਾਰਜੂ, ਲੈ ਕਿਸੇ ਦੀ ਕੀ ਹਿੰਮਤ ਆ। ਚੱਲ ਉਹਨੇ ਤਾਂ ਖਾਧੀ ਕੜੀ, ਤੂੰ ਲਾਪ੍ਰੀਤ ਨੂੰ ਸਮਝਾਈ ਵੀ 5 ਸਾਲ ਭਈ ਇਸ ਨੇ ਕੰਮ ਕੀਤਾ, ਹੁਣ ਇਹਨੂੰ ਕਰ ਲੈਣ ਦੇ, ਕੋਈ ਉਹ ਨੀ ਹੁੰਦੀ ਹੈਗੀ, ਇਹ ਲਿੱਸੀ ਨੀ ਹੁੰਦੀ, ਕੋਈ ਨੀ ਕਰ ਲੂਗੀ, ਸਮਝਾ ਦੂੰਗੀ, ਗੁੱਸਾ ਨਾ ਕਰ। ਵੀ ਇਹ ਵੀ ਤਾਂ ਤੇਰੀ ਭਾਬੀ ਹੈ, ਵੀ ਤੈਨੂੰ ਤਾਂ ਦੋਨੇ ਇੱਕੋ ਜਿਹੀਆਂ ਨੇ ਭਾਈ, ਤੂੰ ਉਹਦਾ ਪੱਖ ਕਿਉਂ ਪੂਰਦੀ ਹੈ। ਕਹੂੰਗੀ ਉਹਨੂੰ ਵੀ ਤੂੰ ਇਹਦੇ ਮਗਰ ਨਾ ਲੱਗ, ਇਹ ਤਾਂ ਬਾਹਲੀ ਲੁੱਤੀ ਚੁੱਕਾ, ਕਹੂੰਗੀ ਉਹਨੂੰ। ਲਾਪ੍ਰੀਤ ਮੇਰੀ ਗੱਲ ਸੁਣ, ਤੂੰ ਉਹਦੇ ਮਗਰ ਕਿਉਂ ਲੱਗਦੀ ਹੁੰਦੀ ਆ, ਛੋਟੀ ਮਗਰ ਕੀ, ਮੈਂ ਕਿਹਦੇ ਮਗਰ ਲੱਗ ਗਈ? ਲੈ ਹੋਰ, ਉਹਨੇ ਹੁਣ ਮੈਨੂੰ ਜੱਸੀ ਨੇ ਕਿਹਾ, ਕਹਿੰਦੀ ਮੇਰੇ ਨਾਲ ਲੜੀ ਗਈ ਦੀਦੀ। ਮੈਂ ਕਦੋਂ ਲੜ ਪਈ ਜੱਸੀ ਭਾਬੀ ਨਾਲ? ਉਹ ਕਹਿੰਦੀ ਮੈਨੂੰ ਕਹੀ ਗਈ ਵੀ ਤੂੰ ਰੋਟੀ ਰੋਟੀ ਬਣਵਾ ਦੇ, ਹੁਣ 5 ਸਾਲ ਹੋ ਗਏ ਖਰਾਬ ਹੈ, ਤਾਂ ਇੰਨੀ ਕੇ ਬੁੜਕੀ ਸੀ ਜੇ ਮੱਛੀ ਰਹਿੰਦੀ ਹੈ ਸਾਰਾ ਦਿਨ, ਮੈਂ ਕੀ ਲੜੀ ਆ। ਮੈਂ ਨਾਰਮਲ ਕਿਹਾ ਸੀ, ਮੈਂ ਕਿਹਾ ਧੁੱਪ ਚ ਰੋਟੀ ਪਕਾ ਰਹੀ ਹੈ ਇਹ ਮਾਂ, ਇੰਨੇ ਜਣੇ ਦੀ ਰੋਟੀ ਕੱਲੀ ਪਕਾਉਣ ਗਈ ਹੈ, ਜਦ ਉਹਦੇ ਦਿਖਾਵਾ ਨਾ ਕਰਕੇ ਜਾਂਦੀ ਆਪਣੇ ਲਵੇ ਉਹ ਜੱਸੀ ਵੀ ਮੈਂ ਰੋਟੀ ਪਕਾਉਣ ਜਾਂਦੀ ਆ, ਜੇ ਉੱਥੇ ਜਾ ਕੇ ਫਿਰ ਪਕਵਾ ਦਿੰਦੀ। ਨਹੀਂ ਪੁੱਤ, 5 ਸਾਲ ਹੋ ਗਏ ਉਹਨੂੰ ਵਿਆਹੀ ਨੂੰ,
ਕਦੇ ਕਿਸੇ ਨੂੰ ਨੀ ਕਿਹਾ ਮੇਰੇ ਨਾਲ ਕੰਮ ਕਰਾ ਦੋ, ਕੱਲੀ ਕਰਦੀ ਸੀ ਸਾਰਾ ਕੰਮ। ਮਾਂ ਫਿਰ ਪਹਿਲਾਂ ਤੂੰ ਵੀ ਕਰਾਉਂਦੀ ਸੀ, ਤੇਰੇ ਵੀ ਹੱਡ ਪੈਰ ਚੱਲਦੇ ਸੀ, ਹੁਣ ਜਦੋਂ ਦੀ ਪ੍ਰੀਤ ਆਈ ਇਹ ਦੋ ਹੋ ਗਈਆਂ, ਹੁਣ ਇਹਨਾਂ ਤੋਂ ਦੋਹਾਂ ਦਾ ਹੱਕ ਹੈ ਕੰਮ ਕਰਨ ਦਾ। ਚੱਲ ਪੁੱਤ ਤੂੰ ਕਾਹਨੂੰ ਐਵੇਂ ਕੌੜੇ ਮੁੱਠੇ ਤੁੰਬੇ ਤੋੜਦੀ ਆਗੀ, ਤੂੰ ਸਾਰਿਆਂ ਨਾਲ ਮਿੱਠੀ। ਮੈਂ ਤਾਂ ਕੁਛ ਬੋਲੀਏ ਨੀ, ਮੈਂ ਤਾਂ ਪਿਆਰ ਨਾਲ ਕਿਹਾ ਅਕੇ ਰੇਤਾ ਬਣਾਉਂਗੀ, ਰੇਤਾ ਮੈਂ ਜ਼ਿੰਦਗੀ ਚ ਕਦੇ ਵੀ ਨਹੀਂ ਖਾਦਾ। ਇਹ ਚਲਾਕ ਵਾਲੀ ਹੈ ਛੋਟੀ, ਤੈਨੂੰ ਨੀ ਪਤਾ। ਛੋਟੀ ਨੀ ਚਲਾਕ, ਵੱਡੀ ਚਲਾਕ ਹੈ ਇਹੀ, ਤਾਂ ਤੈਨੂੰ ਸਾਰੀ ਉਮਰ ਅਕਲ ਨਹੀਂ ਆਉਣੀ ਮਾਂ ਵੀ ਕਿਹੜੀ ਚਲਾਕ ਕਿਹੜੀ ਭੋਲੀ ਹੈ। ਅੱਛਾ ਹਾਂ, ਮੁੰਡੇ ਨੂੰ ਨੁੱਤੀਆਂ ਉਹੀ ਲਾਉਂਦੀ ਹੈ ਵੀ ਸਿੱਧਾ ਨਾ ਬੋਲ ਭੂਆ ਨੂੰ, ਮੈਨੂੰ ਸਭ ਪਤਾ ਹੈ। ਕੀ ਪਤਾ ਪੁੱਤ, ਉਹ ਤਾਂ ਮੈਂ ਕਿਹਾ ਸੀ, ਮੈਂ ਕਿਹਾ ਮੁੰਡੇ ਨੂੰ ਸਮਝਾਈ, ਮੁੰਡਾ ਐਂ ਬੋਲਦਾ ਸੀ ਕੁੜੀ ਨੂੰ, ਕਹਿੰਦੀ ਉਹ ਤਾਂ ਮੈਂ ਕਹਿ ਦੂੰਗੀ। ਜੇ ਜਬਾਈ ਹੁੰਦਾ ਨਾ ਦੋ ਮਾਰਦਾ ਉਹਦੀ ਕੁੱਤਣੀ ਚ, ਨਾਲੇ ਮੁੰਡੇ ਦੇ ਮਾਰਦਾ ਥਾਪੜੀ ਵੀ ਬੋਲਦਾ ਕਹਾਉਂਦਾ ਸੀ। ਤੇ ਇੰਨਾ ਕੁਛ ਬੋਲੀ, ਕਹਿੰਦੀ ਕਿ ਐਂ ਕਹਿਦੀ ਐਂ ਕਹਿਦੀ ਤੂੰ ਐਂ ਕਹਿਦੀ, ਮੈਂ ਚੱਲ ਕੋਈ ਨੀ ਮੇਰੀ ਧੀ ਤਾਂ ਮੈਂ ਸਮਝਾ ਦੂੰਗੀ ਭਾਈ, ਲੈ ਵੀ ਦੋਨਾਂ ਦੀ ਗੱਲ। ਮੇਰੀ ਗੱਲ ਸੁਣ, ਅੱਛਾ ਤੂੰ ਕਹਿ ਨੀ ਵੀ ਜੱਸੀ ਭੋਲੀ ਹੈ, ਜੇ ਜੱਸੀ ਭੋਲੀ ਤੇ ਤੇਰੇ ਲਵੇ ਉਂਗਲਾ ਕਿਉਂ ਲਾ ਗਈ ਫਿਰ, ਉਹ ਦੂਜੇ ਨੇ ਤਾਂ ਲਾਈਆਂ ਛੋਟੀ ਨੇ ਤਾਂ। ਨਾ ਦੂਜੇ ਨੇ ਤਾਂ ਕਾਹਨੂੰ ਲਾਈਆਂ, ਫਿਰ ਕਹਿੰਦੀ ਮੇਰੇ ਉਹਨੇ ਗੱਲ ਵੀ ਨੀ ਬਾਹਰ ਕੱਢੀ ਵਿਚਾਰੀ ਨੇ, ਕਹਿੰਦੀ ਮੇਰੇ ਜਵਾਕ ਦੇ ਲੱਪੜ ਮਾਰਦੇ, ਕਦੇ ਮੇਰੇ ਜਵਾਕ ਨੂੰ ਕੁਛ ਕਹਿੰਦੇ ਕਦੇ ਕੁਛ ਕਹਿੰਦੇ ਨਾਗੇ, ਹੋਰ ਬਾਲਾ ਹੀ ਕੁਛ ਉਹਨਾਂ ਦਾ ਕੁਛ ਲੱਗਦਾ ਨੀ ਜੇ ਥੱਪੜ ਮਾਰਨਗੇ, ਮੈਨੂੰ ਸਾਰੀ ਗੱਲ ਦੱਸਤੀ ਬਾਈ ਨੇ। ਲੱਗਦਾ ਤਾਂ ਹੈਗਾ ਪੁੱਤ ਫਿਰ, ਪਰ ਸੁਭਾਅ ਅੱਡੋ ਅੱਡੀ ਹੁੰਦੇ ਨੇਗੇ, ਉਹ ਤਾਂ ਅਲੱਗ ਦਾ ਸੁਭਾਅ, ਇਹ ਤਾਂ ਅਲੱਗ ਦਾ ਸੁਭਾਅ। ਹੁਣ ਕੀ ਕਰਾਂ, ਮੈਂ ਤਾਂ ਵਿਚਾਲੇ ਫਸ ਗਈ, ਹੁਣ ਕੀ ਨੂੰ ਕਹਾਂ, ਮੈਂ ਤਾਂ ਤੈਨੂੰ ਕਹਿੰਦੀ ਆ ਵੀ ਦੋਨਾਂ ਨੂੰ ਮਿੱਠੀਆਂ ਬੋਲਿਆ ਕਰ। ਮੈਂ ਤਾਂ ਮਿੱਠਾ ਹੀ ਬੋਲਦੀ ਹਾਂ, ਮੈਂ ਕਿਹੜਾ ਉਹਦੇ ਮਾਰੇ ਦੰਦੀ ਵੱਢ ਲਈ, ਊਂ ਹੀ ਹੈ ਇਹੀ ਜੀ ਆ ਤਾਂ ਸ਼ੁਰੂ ਤੋਂ ਹੀ, ਹੋਰ ਮੈਂ ਤਾਂ ਹੁਣ ਵੀ ਘੱਟ ਹੀ ਪਸੰਦ ਹੈ ਸ਼ੁਰੂ ਤੋਂ। ਚੱਲ ਪੁੱਤ ਅੱਜ ਤਾਂ ਕਾਹਨੂੰ ਕਹਿੰਦੀ ਆ, ਹੋਰ ਚੱਲ ਮੈਂ ਕਿਹੜਾ ਉਹਦੇ ਮੂੰਹ ਤੇ ਕਹਿੰਦੀ ਆ, ਮੈਂ ਤਾਂ ਤੈਨੂੰ ਹੀ ਕਹਿੰਦੀ ਆ ਮਾਂ, ਨਾਲੇ ਇਹ ਗਲਤ ਗੱਲ ਹੈ ਜਿਹੜੀ ਆ ਕੇ ਉਹਨੇ ਤੇਰੇ ਲਵੇ ਗੱਲ ਕਰਤੀ। ਚੱਲ ਕੋਈ ਨਾ ਪੁੱਤ ਤੂੰ ਗੁੱਸਾ ਨਾ ਕਰ, ਮੇਰੇ ਨਾਲ ਤਾਂ ਰੋਜ਼ ਜਿਹਾ ਚਰ 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 ਹੁੰਦੇ ਜਿੱਦਾਂ ਦਾ ਛੋਟਾ ਵਿਆਹ ਹੈਗਾ। ਜਿੱਦਾਂ ਦਾ ਛੋਟਾ ਵਿਆਹ ਹੈ ਫਿਰ ਵੱਡੀ ਨੂੰ ਸਰੀਕਾ ਹੋ ਗਿਆ ਛੋਟੀ ਦਾ, ਹੋਰ ਕੀ। ਹੋਰ ਕਦੇ ਬਿਸਤਰਿਆਂ ਪਿੱਛੇ, ਕਦੇ ਕਾਸੇ ਪਿੱਛੇ, ਕਦੇ ਕਾਸੇ ਪਿੱਛੇ, ਨਾ ਤਾਂ ਕਿੜਕੜ ਮੁੱਕ ਗਈ। ਬਿਸਤਰੇ ਆਪਣੇ ਘਰੇ ਹੈ ਨਹੀਂ ਗੇ, ਬਿਸਤਰੇ ਕਿਵੇਂ? ਓਹੋ ਕਹਿੰਦੀ ਕਿ ਉਹਨੂੰ ਕਹਿ ਦੇ ਛੋਟੀ ਨੂੰ ਕੱਢ ਕੇ ਦੇ ਦੂ ਵੱਡੀ ਆਦੀ। ਬਿਸਤਰਾ ਕਾਹਤੋਂ ਕੱਢਣਾ ਸੀ? ਵੀ ਚੱਲ ਤੇਰੇ ਪ੍ਰਾਹੁਣਾ ਆਊਗਾ, ਉਹ ਤਾਂ ਆਇਆ ਨੀ। ਮਾਂ ਤੇਰੀ ਪੇਟੀ ਚ ਬਿਸਤਰੇ ਹੈ ਨੀ ਗੇ? ਮੇਰੀ ਪੇਟੀ ਚ ਹੈਗੇ ਆ, ਉਹ ਕਹਿੰਦੀ ਵੀ ਨਵਾਂ ਲਾਇਓ, ਅਣ ਲੱਗ ਲਾਵਾਂਗੇ ਕਹਿੰਦੀ ਪ੍ਰਾਹੁਣੇ ਨੂੰ। ਮੈਂ ਚੱਲ ਠੀਕ ਹੈ। ਫੇਰ ਕਿਹਦੀ ਪੇਟੀ ਚ ਕੱਢੇ ਬਿਸਤਰਾ? ਕੱਢੇ ਨੀ ਹਜੇ, ਪ੍ਰਾਹੁਣਾ ਤਾਂ ਆਇਆ ਨੀ। ਫਿਰ ਕੀ ਲੋੜ ਹੈ ਬਿਸਤਰਾ ਕੱਢਣ ਦੀ, ਨਾਲੇ ਪ੍ਰਾਹੁਣਾ ਕੀ ਪਹਿਲੀ ਵਾਰ ਆਊਗਾ? ਮਾਂ ਪ੍ਰੀਤ ਤਾਂ ਕਹਿੰਦੀ ਮੈਂ ਬਿਸਤਰਾ ਕੱਢ ਦਿੰਦੀ ਹੈਗੀ, ਉਹਨੇ ਤਾਂ ਕੋਈ ਜਵਾਬ ਨੀ ਦਿੱਤਾ। ਭਾਂਡੇ ਤਾਂ ਹੁਣ ਮੇਰੇ ਵੀ ਸਾਰੇ ਲੱਗੇ ਹੋਏ ਨਾਗੇ, ਹੈਂ ਬਿਸਤਰੇ ਵੀ ਲੱਗੇ ਆ, ਉਹਦੇ ਵੀ ਲੱਗੇ, ਵੱਡੀ ਦੇ ਲੱਗੇ ਨਾ ਇਹ ਤਾਂ। ਮਾਂ ਲੱਗੇ ਤਾਂ ਹੈਗੇ ਨੇ ਛੋਟੀ ਦੇ, ਤੇ ਜਿਹੜੀ ਦੇ ਹੈਗੇ ਨਿਆਣ ਲੱਗ, ਉਹਦੇ ਤਾਂ ਰਹਿਣ ਦੋ, ਹੁਣ ਸਾਰਿਆਂ ਦੀ ਪੇਟੀ ਨੂੰ ਤੁਸੀਂ ਹੱਥ ਲਾਈ ਜਾਊਂਗੀ ਆ। ਕੀ ਕਰਾਂ ਬਾਈ ਮੈਂ, ਕਿਹਦੀ ਮੰਨਾ ਕਿਹਦੀ ਛੱਡਾਂ, ਹੱਕ ਤਾਂ ਵੱਡੀ ਦਾ ਹੀ ਆ ਹਲੇ, ਉਹ ਨਾ ਕਰੇ ਭਾਵੇਂ, ਐਂ ਕਰ ਲਿਆ ਕਰਨ ਫਿਰ ਜਦੋਂ ਆਪਦੇ ਰਿਸ਼ਤੇਦਾਰ ਆਉਂਦੇ ਨੇ ਆਪਦੇ ਰਿਸ਼ਤੇ ਕੱਢ ਲਿਆ ਕਰਨ, ਮੇਰੇ ਵਾਰੀ ਤੁਸੀਂ ਕੱਢ ਦਿਆ ਕਰੋ। ਨਾ ਛੋਟੀ ਤਾਂ ਆਪਦੀ ਕੱਢਦੀ ਹੁੰਦੀ ਆ, ਕੀ ਆਪਦੇ ਜਿੱਦਾਂ ਛੋਟੀ ਤੋਂ ਬਿਸਤਰੇ ਖਰਾਬ ਕਰਾਈ ਜਾਂਦੇ। ਮਾਂ ਤੇਰੇ ਸੁੱਖ ਨਾਲ ਕਿੰਨੇ 52-52 ਬਿਸਤਰੇ ਦੇ ਰਹੇ ਉਦੋਂ? ਮੈਂ ਤਾਂ ਕੁਛ ਵੀ ਨੀ ਕਹਿੰਦੀ ਪੁੱਤ, ਉਹ ਤਾਂ ਆਪ ਹੀ ਕੱਢ ਦਿੰਦੇ, ਮੈਂ ਤਾਂ ਕਿਸੇ ਨੂੰ ਨੀ ਕਹਿੰਦੀ ਵਿਛਾਓ ਨਾ ਵਿਛਾਓ ਕੱਢ ਲਓ ਪੇਟੀ ਚੋਂ, ਪਰ ਇਹਨਾਂ ਦੇ ਸਰੀਕੇ ਨੀ ਮੁੱਕਦੇ। ਮੈਂ ਤਾਂ ਕੋਈ ਨੀ ਹਾਲੇ ਤੱਕ ਆਪਦੀ ਸੱਸ ਵਾਲੇ ਵਰਤਦੀ ਆ, ਮੈਂ ਨੀ ਕਦੇ ਜਿਹੜੇ ਤਾਂ ਦਿੱਤੇ ਦੀ ਪਏ ਨੇ ਉਹਨੇ ਨੀ ਕਦੇ ਕੱਢਣ ਦਿੱਤਾ ਮੈਨੂੰ ਕੋਈ ਬਿਸਤਰਾ। ਵਧੀਆ ਪੁੱਤ ਸਾਂਭ ਕੇ ਰੱਖੀ, ਕੰਮ ਆਉਂਦੇ ਨੇਗੇ। ਮੈਂ ਤੈਨੂੰ ਦੱਸਾਂ ਪਹਿਲਾਂ ਤਾਂ ਬਹੁਤ ਏਕਾ ਸੀ ਇਹਨਾਂ ਦਾ, ਆ ਹੁਣੇ ਪਤਾ ਨੀ ਕਿਉਂ ਹੋ ਗਿਆ। ਕੀ ਪਤਾ ਐਂ ਸਰੀਕਾ ਹੋ ਜਾਂਦਾ ਬਸ। ਚੱਲ ਪੁੱਤ ਮੈਂ ਤਾਂ ਤੈਨੂੰ ਸਮਝਾਉਣਾ ਸੀ, ਠੀਕ ਹੈ ਨਾ? ਹੁਣ ਸਮਝਾਉਣ ਮੈਂ ਕਿਹੜਾ ਗੋਲੀ ਮਾਰਦੀ ਆ, ਮੈਂ ਤਾਂ ਕਿਸੇ ਨੂੰ ਟੋਕਦੀ ਨੀ ਹੈਗੀ, ਬਸ ਮਰਜ਼ੀ ਕਰਨਾ। ਚੱਲ ਕੋਈ ਨੀ, ਤੂੰ ਤਾਂ 4 ਦਿਨ ਆਈ ਆ, ਜਿਹੜਾ ਰਹਿਣਾ ਵਧੀਆ ਰਹੀ। ਮੈਂ ਹੁਣ ਉਹਨੂੰ ਕਹਿ ਦਿੰਦੀ ਹਾਂ ਭਾਈ ਮੇਰੀ ਧੀ ਨੂੰ ਪੈਣੀ ਹੈ, ਮੈਂ ਤਾਂ ਬਿੰਦਕ। ਹਾਂ ਆਰਾਮ ਕਰ ਲੈ ਪੁੱਤ, ਉਰੇ ਨਾ ਕੋਈ ਬੜੇ ਆ ਕੇ ਆਪਦਾ ਉਧਰ ਹੀ ਪੈ ਜਾਣ ਜਿਹਨੇ ਪੈਣਾ। ਚੰਗਾ ਪੁੱਤ, ਚੁਗਲੋ ਖੋਰ ਨੇ ਚੁਗਲੀ ਵੀ ਲਾਤੀ ਮਿੰਟ ਚ ਲੈ।
ਜਾਂ ਪਾਣੀ ਲੈ ਕੇ ਗਲਾਸ ਛੱਡ ਦਿਆ ਕਰ, ਇਹਦਾ ਖੜਾ ਸਾਰਾ ਦਿਨ ਆਹੀ ਚੱਕੀ ਰੱਖੂ, ਪਤਾ ਨੀ ਕੀ ਅੱਛਾ ਆਹ ਲਾਈ ਬੈਠਾ। ਸਾਰਾ ਦਿਨ ਇਹਦਾ ਖੜਾ ਛੱਡ ਦਿਆ ਕਰ ਵੀ ਦੱਸ, ਤਾਂ ਇਹਦਾ ਜਵਾਕਾਂ ਦੀ ਨਿਗਾਹ ਘੱਟਦੀ ਹੈ। ਆਹ ਕੀ ਉਹ ਸਾਰਾ ਦਿਨ ਦੇਖਦਾ ਰਹਿਣਾ ਗਾ, ਫੜਾ ਪਾਣੀ ਗੱਲ ਸਾਬਣਿਆ ਦਾ ਇਹ ਵੀ ਸਿੱਖਿਆ ਦਿੰਦੇ ਇਹਨੂੰ। ਕੀ ਹੋ ਗਿਆ ਪੁੱਤਾ, ਕੀ ਹੋ ਗਿਆ? ਹੋ ਗਿਆ ਪਾਣੀ ਲਿਆ ਕੇ ਮੂੰਹ ਤੇ ਮਰਿਆ, ਦੱਸ ਇਹੋ ਜਿਹਾ ਸਿੱਖਿਆ ਦਿੰਦੇ ਹੋ ਤੁਸੀਂ ਇਹਨੂੰ ਭਾਈ? ਤੁਸੀਂ ਥੱਪੜ ਮਾਰਿਆ ਹੈ ਫਿਰ? ਥੱਪੜ ਮਾਰਨੇ ਆ ਹੁਣ, ਹੋਰ ਕੀ ਹੈ, ਜੇ ਮੇਰੇ ਨਾਲ ਕੋਈ ਹੁੰਦਾ ਉਹਦੇ ਮੂੰਹ ਤੇ ਮਾਰਦਾ? ਜਿਹੜੇ ਤੁਸੀਂ ਖੇੜੇ ਬਣਾ ਛੱਡੀ ਹੈ ਦੀ, ਕਦੇ ਕੋਈ ਥੱਪੜ ਮਾਰਦਾ ਕਦੇ ਕੋਈ ਥੱਪੜ ਮਾਰਦਾ, ਇਹ ਚ ਮਾਰਨ ਵਾਲੀ ਕੀ ਗੱਲ ਆ? ਕੱਲ ਨੂੰ ਦਾੜੀ ਫੜੂਗਾ ਇਹ। ਸਮਝਾ ਸਕਦੇ ਹੋ? ਪਿਆਰ ਨਾਲ ਸਮਝਾ, 20 ਵਾਰ ਸਮਝਾਤਾ ਇਹਨੂੰ ਵੀ ਭਾਈ ਨਾ ਇਹ ਚੌੜ ਨਹੀਂ ਕਰਦੇ ਹੁੰਦੇ, ਮੌਕੇ ਨਾਲ ਚੌੜ ਕਰਦੇ ਹੁੰਦੇ ਆ, ਕੋਈ ਦੇਖ ਕੇ ਚੌੜ ਕਰਦੇ ਹੁੰਦੇ, ਸਾਰਾ ਦਿਨ ਹੀ ਆਇਆ ਹੁੰਦਾ ਗਾ ਆਈ ਸਕੋਸ ਕਿਉਂਦਾ ਸਕੂਲ ਤੋਂ ਤੁਹਾਨੂੰ? ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਬੱਚੇ ਨੂੰ, ਮਾਰ ਕੇ ਥੋੜੀ ਉਹ ਕਰਦੇ ਹੁੰਦੇ ਨੇ। ਉਹ ਮੈਂ ਤਾਂ ਅੱਜ ਮਾਰਿਆ ਵਿਗੜੂਗਾ ਜਾਦੇ। ਭਾਬੀ ਹੁਣ ਅੱਛੇ ਨੂੰ ਪਿਆਰ ਕਰਦੇ ਨਹੀਂ ਅਸੀਂ? ਪਿਆਰ ਤਾਂ ਕਰਦੇ ਹੋਣੇ ਵੀਰੇ, ਪਰ ਮਾਰ ਕੇ ਥੋੜੀ ਨਾ ਸਮਝਾਉਂਦੇ ਹੁੰਦੇ ਨੇ, ਕਦੇ ਤੁਸੀਂ ਮਾਰ ਦੋਗਾ ਡੈਡੀ ਨੇ ਮਾਰਿਆ ਹੋਣਾ। ਉਹ ਪੁੱਤ ਬਥੇਰੇ ਵਾਰੀ ਪਿਆਰ ਨਾਲ ਸਮਝਾ ਕੇ ਦੇਖ ਲਿਆ, ਫੇਰ ਕੀ ਹੋ ਗਿਆ ਜੇ ਲਾਤਾ? ਹਾਂ ਹੁੰਦਾ ਕਿਉਂ ਨਹੀਂ, ਐ ਤੁਸੀਂ ਕੁੱਟ ਕੁੱਟ ਕੇ ਮਾਰ ਦੋਗੇ ਇਹਨੂੰ? ਲੈ ਅਸੀਂ ਦੁਸ਼ਮਣਾ, ਸਾਡਾ ਨਹੀਂ ਕੁਛ ਲੱਗਦਾ ਇਹ। ਡੈਡੀ ਤੁਸੀਂ ਗੱਲ ਤਾਂ ਕਿਉਂ ਨਹੀਂ ਹੁੰਦੇ ਪਿਆਰ ਨਾਲ? ਪਾਣੀ ਮਗਾ ਸੀ ਭਾਈ ਪੁੱਤ, ਲਿਆ ਕੇ ਮੂੰਹ ਤੇ ਮਾਰਿਆ ਲੈ ਦੱਸ। ਦੀਦੀ ਇਹਨਾਂ ਥੋੜੀ ਜਿਹੀ ਜ਼ਿਆਦਾ ਸ਼ਰਾਰਤਾਂ ਕਰਨ ਲੱਗ ਗਏ, ਇਹਨੂੰ ਸਮਝਾਇਆ ਕਰੋ। ਮੇਰੇ ਕੋਲ ਤਾਂ ਚੁੱਪੇ ਕਰ ਜਾ, ਕਿਉਂ ਚੁੱਪੇ ਕਰ ਜਾ? ਮੇਰੇ ਮੂੰਹ ਤੇ ਮਾਰਦੇ ਚੱਲ ਕੋਈ ਚੱਕਰ ਨਹੀਂ, ਹੁਣ ਉਮਰ ਤਾਂ ਦੇਖ ਲੈ ਬਾਪੂ ਜੀ ਦੀ ਕੀ ਹੋ ਰਿਹਾ। ਤੁਸੀਂ ਦੁਪਹਿਰੇ ਤਾਂ ਮੇਰੇ ਕੀ ਰੋਣਾ ਪਾ ਰੱਖਿਆ? ਕਾਹਦਾ ਰੋਣਾ ਭਾਈ, ਪਾਣੀ ਮੰਗਾਇਆ ਸੀ ਬਾਹਰੋਂ ਆ ਕੇ ਘੁੱਟ ਲਿਆ ਕੇ ਕਰਕੇ ਅੱਧਾ ਗਲਾਸ ਮੇਰੇ ਮੂੰਹ ਤੇ ਮਾਰਿਆ, ਇਹਨੇ ਆਏ ਨੇ ਜੁਗੀ ਨੇ ਵੀ ਦੱਸ ਨਾ। ਮੇਰੀ ਗੱਲ ਸੁਣ ਇੱਧਰ, ਤੈਨੂੰ ਕੀ ਨਹੀਂ ਅਕਲ ਸਿਖਾਈ ਹੈ? ਕੁਛ ਕਰਦੇ ਹੁੰਦੇ, ਨਾਲੇ ਗੁੱਸਾ ਨੀ ਭਾਈ ਕਰੀਦਾ ਹੁੰਦਾ। ਚੰਗੀ ਗੱਲ ਸਮਝਾਉਂਗੀ, ਤੁਸੀਂ ਸਮਝਾਓ, ਤੁਸੀਂ ਜੰਮੇ। ਮੈਂ ਤਾਂ ਸਮਝਾਉਂਦੀ ਹਾਂ ਪਿਆਰ ਨਾਲ, ਇਹ ਕਦੇ ਉਹ ਮਾਰਦਾ ਥੱਪੜ, ਕਦੇ ਉਹ ਮਾਰਦਾ। ਕੋਈ ਗੱਲ ਹੈਗੀ ਐਡਾ ਕਿ ਮੈਂ ਮੂੰਹ ਤੇ ਪਾਣੀ ਪਾਉਣ ਲੱਗਿਆ, ਵੱਡਾ ਹੋ ਕੇ ਤਾਂ ਸਿਰ ਚ ਘੜੀਆਂ ਕਰੂਗਾ ਉਹ। ਦੀਦੀ ਜੀ ਇਹਨੂੰ ਪਿਆਰ ਨਾਲ ਸਮਝਾਉਣ, ਆਪੇ ਹਟ ਜਾਊਗਾ ਜੇ ਥੱਪੜ ਮਾਰਦੇ ਨਾ ਜ਼ਿਆਦਾ ਵੀ। ਬਸ ਕਰ ਭਾਬੀ, ਤੂੰ ਨਾ ਆਪਦੇ ਜਵਾਕ ਦੀ ਗਲਤੀ ਤੇ ਪਰਦੇ ਨਾ ਪਾ, ਮੈਂ ਹੁਣ ਸਰ ਕਰਤੂਤ ਵੇਖ ਲਈ ਸੀ ਉਹਦੀ। ਦੁੱਖ ਦੇਊਗਾ ਤੈਨੂੰ ਇਹ ਦੁੱਖ? ਜਵਾਕ ਹੋਊਗਾ ਆਪਦੀ ਥਾਂ ਤੇ ਹੋਊਗਾ, ਉਹ ਮੱਤ ਵੀ ਚੰਗੀ ਦੋ ਵਾਰੀ ਦੀਦੀ। ਐ ਤਾਂ ਕੁੱਟ ਕੁੱਟ ਕੇ ਮਾਰ ਦੇਣਗੇ ਜਵਾਕ ਨੂੰ ਇਹ। ਮਾਰਨੂੰ ਭਾਬੀ ਅਸੀਂ ਜਲਾ ਦਾਂ, ਤੂੰ ਤਾਂ ਇੱਕੋ ਗੱਲ ਫੜ ਰੱਖੀ ਹੈ। ਕੀ ਹੋ ਗਿਆ? ਗੱਲ ਤਾਂ ਉਹੀ ਆ, ਆ ਦੇਖ ਲੈ ਪਾਪਾ ਜੀ ਪਾਪਾ ਜੀ ਆ ਗਏ, ਮੇਰੇ ਘਰ ਚੋਂ ਤਾਂ ਰਹਿੰਦੇ ਨਹੀਂ ਹੈਗੇ ਇੱਥੇ। ਅੱਛਾ ਲੈ ਫਿਰ ਤਾਂ ਜੱਸੀ ਭਾਈ ਬਾਈ ਬੜੀ ਗੱਲ ਹੈ ਕਿ ਜਵਾਨ ਨੂੰ ਮੰਮੀ ਮੈਂ ਥੋੜੀ ਸਿਖਾਇਆ ਉਹਨੂੰ, ਮੈਨੂੰ ਤਾਂ ਪਾਣੀ ਪਾ ਕੇ ਜਾ ਕੇ ਤੇ ਮੈਂ ਥੋੜੀ ਕਹਿੰਦੇ ਵੀ ਤੂੰ ਨਹੀਂ, ਤੂੰ ਨਹੀਂ ਉਹਨੂੰ ਕੁਛ ਮੱਤ ਦਿੰਦੀ, ਇਹਨਾਂ ਨੂੰ ਤਾਂ ਦੇਣ ਦੇ ਦੇ, ਜੇ ਦਿੰਦੇ ਨੇ ਤਾਂ ਗੁੱਟਗੁੱਟ ਮਾਰ ਦੋਗੇ। ਦਿੰਦੇ ਨੇ ਪਿਆਰ ਨਾਲ ਤਾਂ ਸਮਝਾਉਂਦੇ ਨਹੀਂ, ਜਦ ਥਾਪੜਾ ਜੜ ਦਿੰਦੇ ਨੇ ਚੱਕ ਕੇ। ਚੱਲ ਹੁਣ ਤਾਂ ਥਾਪੜਾ ਜੇ ਬਾਹਰ ਕਿਸੇ ਨਾਲ ਹਰਕਤ ਕਰੀ ਹੁੰਦੀ ਇਹ ਜੀ ਫੇਰ। ਮੈਂ ਤਾਂ ਪਿਛਲੇ ਮਹੀਨੇ ਆਈ ਤੇ ਉਦੋਂ ਵੀ ਆਹੀ ਕੁਸ਼ਤੀ ਇਹਦਾ, ਉਦੋਂ ਵੀ ਮੇਰੇ ਸਿਆਣੇ ਕੰਦੇ ਬੈਠੇ ਹੁੰਦੇ ਕੀ ਕਹਿੰਦੇ, ਵਿਆਹ ਕੁਛ ਸਿਖਾਇਆ ਜਵਾਕ ਨੂੰ ਮੂੰਹ ਤੇ ਪਾਣੀ ਪਾਉਣਾ? ਭਾਬੀ ਅਸੀਂ ਤੈਨੂੰ ਐਂ ਥੋੜੀ ਮੰਮੀ ਫੇਰ ਮਾਰ ਲਿਆ ਕਰ, ਤੁਸੀਂ ਵੀ ਨਾਲੇ ਲੱਗ ਜਾਓ ਇਹਨਾਂ ਦੇ, ਤੁਸੀਂ ਰਹਿ ਗਏ ਹੁਣ ਇਕੱਲੇ। ਸਾ ਨਾ ਕਰ ਇਸ ਗੱਲ ਦਾ, ਅਤਾ ਤੈਨੂੰ ਉਹ ਕਹਿੰਦੇ ਸੀ ਬੈਠ ਕੇ ਗੱਲ ਕਰ। ਅਸੀਂ ਤਾਂ ਤੈਨੂੰ ਇਹ ਗੱਲ ਕਹਿੰਦੇ ਵੀ ਜਦੋਂ ਉਹਨੂੰ ਘੂਰਦੇ ਹੁੰਦੇ ਆ ਤੂੰ ਉਹਦੀ ਸਾਈਡ ਨਾ ਲਿਆ ਕਰ। ਉਹ ਇੱਕ ਜਵਾਕ ਨੇ ਸਾਰਿਆਂ ਦੀ ਮਿੱਟੀ ਪਲੀਤ ਕਰ, ਮੈਂ ਤਾਂ ਉਹਦੇ ਜਵਾਕ ਦੀ ਸਾਈਡ ਲਊਂਗੀ, ਇਹ ਮੈਂ ਕਿਵੇਂ ਮਰਵਾ ਦਾਂ? ਉਹ ਯਾਰ ਅਸੀਂ ਮਾਰਦੇ ਥੋੜੀ ਫਿਰਦੇ ਆ ਭਾਬੀ, ਤੂੰ ਤਾਂ ਐਂ ਕਹਿਣੀ ਆ ਜਿਵੇਂ ਪਤਾ ਨਹੀਂ ਉਹ ਹੋਊਗਾ ਨਹੀਂ ਹੁੰਦਾ। ਤੁਸੀਂ ਸਾਰੇ ਇੱਕ ਪਾਸੇ ਹੋ ਰਹੇ ਜੇ ਮੈਂ ਵੀ ਉਹਨੂੰ ਕੁੱਟਣ ਲੱਗ ਜਾਵਾਂ, ਮੈਂ ਕੁੱਟ ਦੂੰਗਾ ਅੰਦਰੋਂ, ਮੈਨੂੰ ਕੀ ਪਤਾ ਕੁੱਟਣ ਦੀ ਲੋੜ ਹੀ ਨਾ ਪਵੇ, ਕੁੱਟਣ ਦੀ ਲੋੜ ਹੀ ਨਾ ਪਵੇ ਜੇ ਉਹਨੂੰ ਪਿਆਰ ਨਾਲ ਸਮਝਾਇਆ ਜਾਵੇ। ਸਮਝਾ ਕੇ ਦੇਖੋ ਉਹਨੂੰ।
ਬਥੇਰੇ ਬਾਰੇ ਸਮਝਾ ਕੇ ਦੇਖ ਲਿਆ ਪਤਾ ਨਹੀਂ ਕਿਵੇਂ। ਮੈਂ ਕਦੀ ਪਿਆਰ ਨਾਲ ਸਮਝਾਈ ਜਾਂ ਮੈਂ ਤੁਸੀਂ ਥੱਪੜ ਮਾਰੀ ਜਾਓ ਤੁਸੀਂ ਵੀ ਤਾਂ ਪਿਆਰ ਨਾਲ ਸਮਝਾਓ ਉਹਨੂੰ। ਸਮਝਾਉਂਦੀ ਕਿਉਂ ਨਹੀਂ ਲਵਪ੍ਰੀਤ, ਤਾਂ ਬਥੇਰਾ ਸਮਝਾਉਂਦੀ ਆ ਭਾਈ। ਜਵਾਕਾਂ ਨੂੰ ਹਟਦੇ ਹੁੰਦੇ ਨੇ, ਜੇ ਜਵਾਕ ਹਟਦੇ ਨਹੀਂ ਫਿਰ ਜਵਾਕਾਂ ਦੇ ਛਿੱਤਰ ਵੀ ਪੈਣਗੇ, ਉਹਨਾਂ ਦੀ ਮਾਮਾ ਫਿਰ ਇਹ ਮੂੰਹ ਨਾ ਬਣਾਇਆ ਕਰਨ। ਚੱਲ ਭਾਈ ਮੇਰਾ ਖੜਾ ਛੱਡੋ, ਮੈਥੋਂ ਗਲਤੀ ਹੋ ਗਈ, ਪਾ ਲੈਣ ਦੇ ਪਾਣੀ ਜੀ ਤੇ ਪਾਉਂਦਾ ਗਾ, ਗਾਂ ਨੂੰ ਪਤਾ ਲੱਗ ਜੂ ਕਿਹੋ ਜਿਹੀਆਂ ਹਰਕਤਾਂ ਕਰਦਾ ਜਦੋਂ ਕਿਸੇ ਬਾਹਰਲੇ ਤੇ ਪਾਇਆ। ਨਾ ਮੇਰੀ ਗੱਲ ਸੁਣ, ਆਪਾਂ ਕਿਤੋਂ ਸਿਆਣੇ ਬਣੇ ਗਲਤੀ ਮੰਨੀਏ? ਗਲਤੀ ਇਹ ਮੰਨਣ ਵੀ ਜਿਨ੍ਹਾਂ ਦੇ ਜਵਾਕ ਸ਼ਰਾਰਤ ਕਰਦੇ ਨੇ ਗੇ, ਹੱਦੀ ਟਪਾ ਰੱਖੀ ਆ। ਨਾ ਚੱਲ ਇੱਕ ਮਿੰਟ ਆ ਗੱਲ ਤਾਂ ਛੱਡੋ, ਪਹਿਲਾਂ ਤਾਂ ਮੈਂ ਚੁੱਪ ਕਰ ਗਈ, ਚੱਲ ਵੀ ਕਿਉਂ ਬੋਲਣਾ। ਨਾ ਮੇਰੀ ਗੱਲ ਸੁਣ ਭਾਬੀ, ਤੂੰ ਅਸੀਂ ਜੇ ਨਿਕਲੇਗੀ ਘਟੀਆ, ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਤਾਂ ਨੋਰਮਲ ਕਹਿਣਾ ਸੀ ਭਾਬੀ ਤੁਹਾਨੂੰ, ਮੇਰੀ ਗੱਲ ਦੱਸੀ ਮੈਂ ਕਦ ਕਿੰਨਾ ਗੁੱਸੇ ਨਾਲ ਬੋਲੀ ਸੀ। ਨੋਰਮਲ ਕਿਹਾ ਸੀ ਨਾ ਵੀ ਭਾਬੀ ਗੱਲੀ ਤੋਂ ਪਚਰੋਟੀਆਂ ਲੱਗ ਰਹੀ ਹੈ, ਤੂੰ ਪਕਵਾ ਦੇ ਨਾਲ ਆਪ ਜਾ ਕੇ ਮਾਂ ਕੋਲੇ ਉਂਗਲ ਲਾਇਆ ਹੀ ਕਹਿੰਦੇ ਦੀ ਲਾਪਰੀ ਤਾਂ ਮੈਨੂੰ ਪੁੱਠਾ ਬੋਲੀ ਲੈ। ਨਹੀਂ ਉਂਗਲ ਕਦੇ ਲਾਈ ਹੈ, ਮੈਂ ਤਾਂ ਇਹ ਕਿਹਾ ਸੀ ਪਹਿਲਾਂ 5 ਸਾਲ ਕਰੇ ਨੇ ਮੈਂ ਕੰਮ, ਉਹ ਤਾਂ ਤੁਹਾਡੇ ਯਾਦ ਨਹੀਂ ਹੈ ਦਿੰਦੇ ਸੀ। ਕੀ ਹੋ ਗਿਆ ਹੁਣ 2 ਹੋ ਗਈਆਂ, ਪਹਿਲਾਂ ਗੱਲੀ ਸੀ ਫਿਰ ਬਿਮਾਰ ਹੋ ਰਹੀ ਆ, ਪਕਾ ਦੂ ਇੱਕ ਦਿਨ ਕੋਈ ਲੋੜ ਆ ਜੂਗਾ। ਜੇ ਭਾਬੀ ਤੂੰ ਬਿਮਾਰ ਹੋ ਰਹੀ ਸੀ ਤੂੰ ਦੱਸਦੀ ਵੀ ਭਾਈ ਮੈਂ ਬਿਮਾਰ ਹੋ ਰਹੀ ਆ, ਮੈਂ ਦਵਾਈ ਖਾ ਰਿਹਾ ਸੀ ਇਹਨੂੰ। ਇੱਕ ਮਿੰਟ ਮੇਰੀ ਗੱਲ ਸੁਣੋ ਭਾਈ, ਅੱਜ ਜਦੋਂ ਮੇਰੀ ਦੀਦੀ ਕੋਲ ਹੁੰਦੀ ਉਹਦੀ ਬਿਮਾਰ ਹੁੰਦੇ ਨੇ। ਨਹੀਂ ਤੁਹਾਨੂੰ ਕਿਸੇ ਨੇ ਕਿਹਾ ਸੀ ਫਿਰ? ਪਹਿਲਾਂ ਮੈਂ ਹੀ ਪਕਾਉਂਦੀ ਸੀ ਤੇਰੀਆਂ ਰੋਟੀਆਂ। ਇਹ ਕਿਹੜਾ ਰੋਜ਼ ਖਾਂਦੀਆਂ ਰੋਟੀਆਂ ਤੁਹਾਡੇ ਕੋਲ ਇੱਥੋਂ ਆ ਕੇ? ਫਿਰ ਐਵੇਂ ਕਿਹੜਾ ਭਾਬੀ ਤੁਸੀਂ ਕਹਿ ਰਹੇ ਹੋ? ਮੈਂ ਤਾਂ ਮੈਂ ਹਟਦੀ ਨਹੀਂ ਫਿਰ ਉਰੇ ਆਉਣੋਂ, ਜੇ ਇਹਨਾਂ ਨੂੰ ਐ ਲੱਗੇ ਵੀ ਐ ਹਟ ਜੂਗੀ ਮੈਂ ਕਦੇ ਹਟਾਇਆ ਤੈਨੂੰ, ਮੈਂ ਹਟਾਉਂਦੀ ਵੀ ਨਹੀਂ, ਹਟਾਉਂਦੀ ਵੀ ਨਹੀਂ। ਫਿਰ ਉਹ ਵੀ ਤਾਂ ਕਹਿ ਸਕਦੀ ਸੀ ਵੀ ਲਾਪਰੀ ਤੇ ਮੇਰੀ ਤਬੀਅਤ ਨਹੀਂ ਠੀਕ ਬਈ, ਮੈਂ ਜੇ ਤੂੰ ਬਿਮਾਰ ਤੀ ਤੂੰ ਉਰੋ ਹੀ ਨਾ ਜਾਂਦੀ, ਉਰੀ ਕਹਿ ਜਾਂਦੀ ਜਬ ਮੁੱਕਦਾ ਉੱਥੇ ਜਾ ਕੇ ਬਹਿ ਗਈ, ਨਾਲੇ ਤਾਂ ਦੂਜੀ ਬਿਮਾਰ ਨਹੀਂ ਤੀ। ਹੋਰ ਕੀ ਕਰਦੀ ਫਿਰ ਬਈ? ਤੁਸੀਂ ਕਲੇਸ਼ ਨਾ ਪਾਓ ਮੇਰੀ ਕੁੜੀ ਤੇ, ਠੀਕ ਹੈ ਨਾ? ਤੁਸੀਂ ਉਹਦਾ ਕੋਈ ਨਾ ਕਰੋ, ਮੈਂ ਪਕਾ ਕੇ। ਮੈਨੂੰ ਸਮਝ ਨਹੀਂ ਆਉਂਦੀ ਵੀ ਅੱਗੇ ਗੱਲ ਕਰਨ ਦੀ ਕੀ ਲੋੜ ਸੀ ਦੀਦੀ। ਅੱਗੇ ਮਾਂ ਮੈਨੂੰ ਆ ਕੇ ਕਹੇ ਤੂੰ ਸਿੱਧਾ ਬੋਲਿਆ ਕਰ ਆਪਣੀ ਭਰਜਾਈਆਂ ਨੂੰ ਲੈ। ਨਾ ਅੱਗੇ ਕਿਹਨੂੰ ਕਰੀ, ਉਹਦੀ ਮਾਂ ਨੂੰ ਕਰੀ ਆ ਭਾਈ, ਤੇਰੀ ਤਾਂ ਇਹ ਦੇਖ ਉਹਨੂੰ ਸਮਝਾ ਮਾੜਾ ਮੋਟਾ। ਓਹੋ ਮੈਂ ਤਾਂ ਅੱਗੇ ਰੋਣ ਨਾ ਕਰਦੀ ਬੋਲੀਆਂ ਬੋਲੀ ਤੁਰੀ ਫਿਰਦੀਆਂ ਮੈਂ। ਨਹੀਂ ਮੈਂ ਕਦੋਂ ਕਿਹਾ ਤੈਨੂੰ ਬੋਲੀਆਂ? ਤੂੰ ਸਮਝਾਉਣ ਨੂੰ ਉਹਨਾਂ ਨੇ ਕਿਹੜਾ ਤੁਹਾਨੂੰ ਰੁੱਖਾ ਬੋਲਿਆ ਹੈਗਾ, ਤਾਂ ਪਿਆਰ ਨਾਲ ਕਿਹਾ ਤੁਸੀਂ ਮੱਤ ਦਿੰਦੇ ਹੋ ਵੀ ਗਾਹ ਦਾਦੇ ਤੇ ਪਾਣੀ ਪਾ ਦੇ। ਮੈਂ ਕਦੋਂ ਕਿਹਾ ਮੰਮੀ ਇਹਨਾਂ ਦਾਦੇ ਤੇ ਪਾਣੀ ਪਾ ਦੇ? ਭਰਜਾਈਆਂ ਨੇ ਲੈ ਥੋੜੀ ਹੁੰਦਾ ਹੁੰਦਾ ਉਧਰੋਂ ਮੁੰਡੇ ਨੂੰ ਇਹੋ ਜਿਹਾ ਕੁਛ ਖਿਆਲ ਕੇ ਜਵਾਬ ਝੂਠ ਨਹੀਂ ਬੋਲਦੇ ਹੁੰਦੇ, ਤੂੰ ਹੀ ਸਿਖਾਉਂਦੀ ਆ। ਅਸੀਂ ਬੈਠੇ ਆ ਨਾ ਲੋ ਆ ਚੱਲੋ ਸਿਖਾਉਂਦੀ ਆ, ਫਿਰ ਤੁਸੀਂ ਚੱਡੇ ਮਾਰ ਦੋ ਨਾ ਕੁੱਟ ਕੁੱਟ ਕੇ, ਮੈਂ ਸਿਖਾਉਂਦੀ ਆ। ਉਹ ਭਾਬੀ ਸੁਣ ਲਓ, ਕੀ ਫਾਇਦਾ ਨਹੀਂ ਮੇਰੀ ਗੱਲ ਸੁਣੀ ਤੂੰ ਨਾ, ਜੇ ਕੋਈ ਗੱਲ ਹੁੰਦੀ ਹੈ ਤੂੰ ਨਾ ਕਿਹਾ ਕਰ, ਤੈਨੂੰ ਪਤਾ ਉਹ ਤਾਂ ਪਹਿਲੀ ਨਹੀਂ ਪੈਰ ਤੇ ਪਾਣੀ ਪੈਣ ਦਿੰਦੀ। ਮੈਂ ਪੁੱਤ ਮੈਂ ਤਾਂ ਕੁਛ ਨਹੀਂ ਕਹਿੰਦੀ, ਮੈਂ ਤਾਂ ਦੋਨਾਂ ਨੂੰ ਕਹਿੰਦੀ ਆ ਵੀ ਰੱਖ ਕੇ ਰੱਖੋ। ਮੈਂ ਕੀ ਕਹਿੰਦੀ ਹੈਗੀ, ਰੱਖ ਕੇ ਕਰੀਆਂ ਕਰੀਆਂ ਰੋਟੀਆਂ ਦੀਆਂ ਗੱਲਾਂ, ਇਹਨਾਂ ਨੇ ਤਾਂ ਪੀਂਗ ਪਾ ਰੱਖੀ ਆ ਗੱਲਾਂ ਦੀ। ਪੀਂਗੇ ਪਾਉਣ ਵਾਲੀ ਗੱਲ ਹੋ ਗਈ, ਰਸ ਫੇਰ ਕੀ ਹੁੰਦਾ? ਜੇ ਮੇਰੀ ਗੱਲ ਸੁਣੀ ਭਾਬੀ ਐਂ ਤਾਂ ਕਹਿ ਦਿੰਦੀ ਅੱਛਾ ਤੁਸੀਂ ਜਵਾਕ ਦੀ ਉਹ ਜਵਾਕ ਮਾਂ ਫੇਰ ਤੁਸੀਂ, ਮੈਂ ਜਵਾਕ ਦਾ ਕਸੂਰ ਨਹੀਂ ਮੰਨਦਾ, ਮੈਂ ਤਾਂ ਭਾਬੀ ਦਾ ਕਸੂਰ ਇਹ ਮੰਨਦਾ ਵੀ ਜਦੋਂ ਉਹਨੂੰ ਝਿੜਕਦੇ ਆ ਉਹਦੀ ਸਾਈਡ ਕਾਹਤੋਂ ਲੈਂਦੀ ਆ। ਹਰੇਕ ਜਵਾਕ ਨੂੰ ਕੌਣ ਸਿਖਾਉਂਦੀ ਨੀ, ਉਹ ਰੋਕਦੀ ਨੀ ਹੈਗੀ ਉਹਨੂੰ ਗਲਤੀ। ਨੀ ਕਹਿੰਦੀ ਹੈਗੀ ਵੀ ਬਈ ਤੇਰੇ ਚਾਚਾ ਚਾਚੀ ਨੇ ਜਾਂ ਤੇਰਾ ਦਾਦਾ ਹੈ ਕੁੱਟਣਗੇ ਤੈਨੂੰ ਮਾਰਨਗੇ, ਅਸਾਂ ਕਾਹਨੂੰ ਇਹ ਗੱਲ ਕਹਿੰਦੀ ਆ ਐਂ ਕਿਵੇਂ ਤੇਰੇ ਹੱਥ ਲਾ ਲੈਣਗੇ ਕਿਤੇ ਪਾਣੀ ਪਾਤਾ ਐਂ ਕਿਵੇਂ ਉਹਨੇ ਸ਼ਰਾਰਤ ਕਰਤੀ ਲਾਪਰੀਤ ਨੂੰ ਐਂ ਕਹਿਦੀ ਉਹ 2 ਦਿਨ ਆਈ ਐ ਐਵੀਂ ਕਾਹਦੇ ਵਾਸਤੇ ਐਵੀਂ ਦੰਦਾ ਧਰਾਉਣਾ ਉਹਦਾ ਹਨਾ, ਉਹਨੂੰ ਕਹਿ ਦੇ ਤੂੰ ਚੁੱਪ ਰਹਿ। ਮੈਂ ਕਿੱਥੇ ਬੋਲਦੀ ਆ ਮੰਮੀ, ਮੈਂ ਤਾਂ ਚੁੱਪ ਬੈਠੀ ਹਾਂ ਬਸ। ਚੱਲ ਚੰਗਾ ਚੱਲ ਕਰ ਲੋ ਕੰਮ ਯਾਰ,
ਮੈਂ ਲਿਆ ਦਿੰਦੀ ਹਾਂ ਪਾਣੀ ਤਬਾਕੂ। ਬਸ ਕੋਈ ਨਾ, ਚੱਲ ਕੋਈ ਨਾ। ਜਮੀ ਸ਼ਰਮ ਲਾ ਰੱਖੀ ਹੈ। ਹੈਲੋ, ਹਾਂਜੀ, ਕਿਵੇਂ ਹੋ? ਮੈਂ ਨਹੀਂ ਵਧੀਆ, ਤਾਂ ਹੀ ਤਾਂ ਤੁਹਾਨੂੰ ਫੋਨ ਲਾਇਆ। ਸਾਡਾ ਤਾਂ ਇਹਨਾਂ ਨੇ ਜੀਣਾ ਹਰਾਮ ਕਰਿਆ ਪਿਆ ਜਮਾਂ। ਜੂਬੀ ਦੇ ਕਦੇ ਤਾਂ ਕੋਈ ਥੱਪੜ ਮਾਰਦਾ, ਕਦੇ ਕੋਈ ਥੱਪੜ ਮਾਰਦਾ, ਨਾ ਉਹ ਵੇਚਿਆ ਹੋਇਆ ਜਵਾਕ ਆ। ਆਹੋ, ਕਦੇ ਕੋਈ ਥੱਪੜ ਮਾਰੂ, ਅੱਜ ਹੁਣ ਡੈਡੀ ਨੇ ਮਾਰਿਆ, ਪਹਿਲਾਂ ਪ੍ਰੀਤ ਨੇ ਮਾਰਿਆ, ਫਿਰ ਇਸ਼ੂ ਨੇ ਮਾਰਿਆ। ਨਾ ਜੇ ਕੋਈ ਗੱਲ ਹੈ ਐਵੇਂ ਦੀ, ਫਿਰ ਉਹਨੂੰ ਸਮਝਾਉਣ ਪਿਆਰ ਨਾਲ ਥੱਪੜ ਕਿਉਂ ਮਾਰਦੇ ਨੇ ਵਿਚਾਰੇ ਦੇ? ਥੱਪੜ ਮਾਰ ਮਾਰ ਹੀ ਮਾਰ ਦੇਣਗੇ ਉਹਨੂੰ ਤਾਂ। ਮੇਰੀ ਗੱਲ ਸੁਣ ਲਓ, ਜਾਂ ਤਾਂ ਉਹਨਾਂ ਨੂੰ ਸਮਝਾ ਦਿਓ, ਨਹੀਂ ਮੈਂ ਤਾਂ ਆਪਦੇ ਪੁੱਤ ਨੂੰ ਲੈ ਕੇ ਪੇਕੇ ਬਹਿ ਜੂੰਗੀ ਭਾਈ। ਮੈਥੋਂ ਨਹੀਂ ਦੇਖਿਆ ਜਾਂਦਾ ਕੰਜਰ ਕਲੇਸ਼ ਉਰੇ ਰੋਜ਼ ਦਾ। ਇੱਕ ਦਿਨ 'ਚ ਤਿੰਨ ਤਿੰਨ ਵਾਰ ਕੁੱਟਦੇ ਹੁੰਦੇ ਨੇ ਜਵਾਕ ਨੂੰ, ਐ ਵਿਗੜੂਗਾ ਉਹ, ਹਾਲੇ ਉਲਟਾ ਮੇਰੇ 'ਤੇ ਪੈਂਦੇ ਨੇ ਕਿ ਤੂੰ ਸਿਖਾਉਂਦੀ ਆ ਉਹਨੂੰ। ਨਾ ਮੈਂ ਕੀ ਸਿਖਾਉਂਦੀ ਆ ਉਹਨੂੰ ਗਲਤ, ਆਪਦੇ ਜਵਾਕ ਨੂੰ ਕੋਈ ਗਲਤ ਸਿਖਾਉਂਦਾ ਹੁੰਦਾ? ਐਂ ਜਵਾਕ ਚੌੜ ਤਾਂ ਕਰਦੇ ਹੁੰਦੇ ਨੇ ਦੱਸ। ਆਹੋ, ਜੇ ਤਾਂ ਸਮਝਾਉਣਾ ਉਹਨਾਂ ਨੂੰ ਸਮਝਾ ਲਓ, ਨਹੀਂ ਮੈਂ ਤਾਂ ਜਾਂਦੀ ਹਾਂ ਭਾਈ ਫਿਰ। ਹਾਂ, ਉਹ ਵਿਚਾਰਾ ਇੰਨਾ ਰੋਂਦਾ ਸੀ, ਚੌੜ ਤਾਂ ਕਰੂਗਾ ਹੀ ਜਵਾਕ ਹੋਣਾ, ਤੁਸੀਂ ਵੀ ਉਹ ਬੋਲੀ ਜਾਂਦੇ ਹੋ ਉਹਨੂੰ। ਜਵਾਕ ਨੇ ਚੌੜ ਤਾਂ ਕਰਨੀ ਹੁੰਦੀ ਹੈ, ਹੁਣ ਹੋਰ ਛੁੱਟੀਆਂ ਹੋ ਰਹੀਆਂ ਨੇ ਉਹਨੂੰ, ਪਹਿਲਾਂ ਸਕੂਲ ਸਮਝ ਆਉਂਦਾ ਸੀ, ਚੱਲ ਵਿਚਾਰਾ ਹੁਣ ਘਰੇ ਰਹਿੰਦਾ, ਚੌੜ ਤਾਂ ਕਰਨੀ ਆ, ਹੋਰ ਕਿਹਦੇ ਨਾਲ ਚੌੜ ਕਰੂਗਾ ਉਹ। ਚੱਲ ਦੇਖ ਲਓ ਤੁਸੀਂ, ਜਾਂ ਤਾਂ ਆ ਜਿਓ, ਇਹਨੂੰ ਸਮਝਾ ਦਿਓ, ਨਹੀਂ ਮੈਂ ਵਗ ਜੂੰਗੀ ਫਿਰ ਆਪਦੇ ਪੁੱਤ ਨੂੰ ਲੈ ਕੇ ਪੇਕੇ। ਦੇਖ, ਫਿਰ ਤਾਂ ਕੋਈ ਹੱਲ ਨਹੀਂ ਬਣਦਾ ਹੈਗਾ, ਮੈਂ ਨਹੀਂ ਮੁੜ ਕੇ ਆਉਂਦੀ ਹੈਗੀ ਇੱਥੇ। ਹਾਂ ਠੀਕ ਹੈ, ਠੀਕ ਹੈ ਜੀ। ਅੱਛਾ ਬਾਈ, ਠੀਕ ਹੈ ਬਾਈ। ਹੁਣ ਬਾਈ ਮੈਂ ਬੋਲਾਂ, ਤੂੰ ਆਪਦੀਆਂ ਤਾਂ ਸੁਣਾਤੀਆਂ। ਭਾਬੀ ਨੇ ਜਿਹੜਾ ਕੁਛ ਵੀ ਤੈਨੂੰ ਦੱਸਿਆ ਉਹ ਸਾਰਾ ਕੁਛ ਝੂਠ ਹੈ, ਪੂਰਾ ਝੂਠ ਵੀ ਨਹੀਂ ਹੈਗਾ, ਅੱਧਾ ਝੂਠ ਹੈ। ਹਾਂ, ਇਹ ਹੈ ਨਹੀਂ ਗਾ ਵੀ ਅਸੀਂ ਜਵਾਕ ਦੇ ਮਾਰਦੇ ਨਹੀਂ, ਜਾਂ ਇਹ ਵੀ ਨਹੀਂ ਹੈਗਾ ਵੀ ਅਸੀਂ ਜਵਾਕ ਦੇ ਕਦੇ ਮਾਰਿਆ ਨਹੀਂ। ਭਾਈ ਜਿੱਥੇ ਗਲਤੀ ਕਰਦਾ ਉੱਥੇ ਕਈ ਵਾਰੀ ਮਾਰਨਾ ਵੀ ਪੈਂਦਾ, ਪਰ ਐਂ ਜਲਾਦਾਂ ਵਾਂਗੂ ਥੋੜ੍ਹੀ ਕੁੱਟਦੇ ਹਾਂ ਬਾਈ, ਸਾਨੂੰ ਵੀ ਪਿਆਰ ਹੈ ਵੀਰੇ। ਹੁਣ ਬਾਈ ਜੇ ਕਈ ਵਾਰੀ ਹੁਣ ਬਾਪੂ ਦੇ ਮੂੰਹ 'ਤੇ ਪਾਣੀ ਦਾ ਗਲਾਸ ਮਾਰਿਆ, ਹੁਣ ਬਾਪੂ ਨੇ ਮਾੜਾ ਜਿਹਾ ਲਾਤਾ ਬਾਈ ਉਹਦੇ, ਫਿਰ ਭਾਬੀ ਨੇ ਉਹ ਬਵਾਲ ਕਰਿਆ ਜਿਹੜਾ ਨਾ ਕਰਨਾ ਹੋਵੇ। ਬਾਈ ਫਿਰ ਭਾਬੀ ਲੈ ਵੀਰ, ਬਾਈ ਯਾਰ ਤੂੰ ਤਾਂ, ਹਾਂ ਹੁਣ ਭਾਬੀ ਪਤਾ ਕੀ ਹੈ, ਜੇ ਉਹਨੂੰ ਮਾੜਾ ਜਿਹਾ ਝਟਕ ਵੀ ਦਿੰਦੇ ਹਾਂ, ਜਾਂ ਉਹਦੀ ਚਾਚੀ ਝਟਕ ਦਿੰਦੀ ਹੈ, ਤਾਂ ਭਾਬੀ ਉਹਦੀ ਸਾਈਡ ਲੈ ਲੈਂਦੀ ਹੈ, ਤੁਸੀਂ ਮੇਰੇ ਜਵਾਕ ਨੂੰ ਮਾਰੋਗੇ, ਤੁਸੀਂ ਮੇਰੇ ਐਂ ਕਰੋਗੇ। ਬਾਈ ਹੁਣ ਘਰ 'ਚ ਇੱਕ ਇੱਕ ਦਾ ਜਵਾਕ ਹੈ ਹੁਣ, ਹਾਂ ਐਡੇ ਪਾਗਲ ਤਾਂ ਬਾਈ ਅਸੀਂ ਵੀ ਨਹੀਂ ਹੈਗੇ। ਬਾਈ ਜਵਾਕ ਦਾ ਤਾਂ ਕੋਈ ਕਸੂਰ ਹੀ ਨਹੀਂ, ਆਪਾਂ ਤਾਂ ਜਵਾਕ ਨੂੰ ਕਹਿੰਦੇ ਨਹੀਂ, ਕੋਈ ਗੱਲ ਨਹੀਂ ਜਵਾਕ ਤਾਂ ਚੌੜ ਕਰਦਾ ਹੀ ਹੈ, ਪਰ
ਫਿਰ ਜੇ ਇੱਕ ਟਾਈਮ ਉਹਨੂੰ ਘੂਰਤਾ ਇਹਦਾ ਮਤਲਬ ਇਹ ਥੋੜੀ ਆ ਬਾਈ ਵੀ ਅਸੀਂ ਉਹਦੇ ਦੁਸ਼ਮਣ ਆ। ਸਾਡੇ ਨਾਲ ਤਾਂ ਬਾਈ ਹੁਣ ਭਾਬੀ ਬੋਲਣੀ ਨਹੀਂ ਕਹਿੰਦੀ ਨਾ ਆਪ ਬੋਲੇ ਅੱਗੇ ਤੁਸੀਂ ਮੇਰੇ ਜਵਾਕ ਨੂੰ ਕੁੱਟਦੇ ਹੋ। ਹੋਰ ਫਿਰ ਬਾਈ ਮੈਂ ਪ੍ਰੀਤ ਨੂੰ ਕਹਿ ਤਾ ਮੈਂ ਚੱਲ ਭਾਈ ਨਾ ਬੋਲਿਆ ਕਰ ਹੁਣ ਬਾਈ ਜਵਾਕ ਆ ਜਾਂਦਾ ਸਾਡੇ ਕਮਰੇ 'ਚ ਹੁਣ ਨਾ ਬੁਲਾਈਏ ਉਹਨੂੰ ਐਂ ਦੱਸ ਜਾਂ ਹੁਣ ਮੇਰੇ ਲਵੇ ਆ ਜਾਂਦਾ ਬਾਈ ਹੁਣ ਨਾ ਬੁਲਾਈਏ ਜਵਾਕ ਤਾਂ ਜਵਾਕ ਹੈ ਬਾਈ। ਬਾਈ ਦੇਖ ਆਪਾਂ ਤਾਂ ਕੁਛ ਬੋਲਦੇ ਨਹੀਂ ਹੈਗੇ ਫਿਰ ਗੱਲ ਹੋਰ ਬਣ ਜਾਂਦੀ ਹੈ ਹੈ ਨਾ ਗੱਲ ਵੱਧ ਜਾਂਦੀ ਹੈ। ਮੈਂ ਤਾਂ ਪ੍ਰੀਤ ਨੂੰ ਵੀ ਕਹਿਤਾ ਬਾਈ ਤੂੰ ਹੀ ਦੇਖ ਲਈ ਸਮਝਾ ਕੇ ਜੇ ਭਾਬੀ ਸਮਝੂਗੀ ਐਂ ਤਾਂ ਬਾਈ ਉਹ ਜਵਾਕ ਨੂੰ ਹੱਥਾਂ 'ਚੋਂ ਕੱਢ ਲੂਗੀ ਫਿਰ ਆਪ ਹੀ ਤੁਹਾਨੂੰ ਦੁੱਖ ਦੇਊਗਾ ਗੱਲ ਨੂੰ। ਚੱਲ ਠੀਕ ਆ ਬਾਈ ਹਾਂ ਬਾਈ ਠੀਕ ਆ ਓਕੇ ਕੀ ਹਾਲ ਹੈ ਬਾਈ ਓ ਕਿਵੇਂ ਨੰਨੂ ਵਧੀਆ ਬਾਈ ਕੀ ਹਾਲ ਨੇ ਠੀਕ ਹੈ ਬਾਈ ਤੂੰ ਦੱਸ ਵਧੀਆ ਬਾਈ ਤੂੰ ਪਤੰਦਰਾ ਨਾ ਕੋਈ ਸੁੱਖ ਨਾ ਸੁਨੇਹਾ ਨਾ ਫੋਨ ਹੈ ਉਹ ਤਾਂ ਬਾਈ ਭੈਣ ਨੇ ਫੋਨ ਕੀਤਾ ਜੀ ਕਹਿੰਦੀ ਮੈਨੂੰ ਆ ਕੇ ਲੈ ਜਾ ਪਰ ਮੈਂ ਆਏ ਗਿਆ ਅੱਜ ਫ੍ਰੀ ਸੀਗਾ। ਅੱਛਾ ਭਾਬੀ ਨੇ ਫੋਨ ਕਰਿਆ ਸੀ ਹਾਂ ਬਾਈ ਚੱਲ ਵਧੀਆ ਕਰਿਆ ਹੁਣ ਤਾਂ ਤੂੰ ਚੋਬਰ ਹੋ ਗਿਆ ਲੈਣ ਆ ਜਾਇਆ ਕਰ ਹਾਂ ਬਾਈ ਚੱਲ ਵਧੀਆ ਕਰਿਆ ਹੋਰ ਬਾਈ ਮਾਸੀ ਜੀ ਠੀਕ ਨੇ ਹਾਂ ਵਧੀਆ ਸਾਰੇ ਠੀਕ ਠਾਕ ਪੂਰੀ ਹੋਣੇ ਕਿਤੇ ਤੂੰ ਹੋਰ ਸੁਣਾ ਹੋਰ ਵਧੀਆ ਬਾਈ ਫਸਲਬਾੜੀ ਕਿਵੇਂ ਹੈ ਫਸਲਬਾੜੀ ਵਧੀਆ ਪਰਨਾ ਸੋਹਣਾ ਲੱਗਦਾ ਓਏ ਤੇਰੇ ਬੰਨੇ ਬਸ ਉਹੀ ਬੰਨ ਲੈਣੇ ਕਦੇ ਕਦੇ ਨਾ ਵਧੀਆ ਕਰਿਆ ਲੈ ਲੈ ਮਾਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਦੋਂ ਆਇਆ ਸੀ ਕੋਈ ਫੋਨ ਫਾਨੇ ਨਹੀਂ ਕੀਤਾ ਸਾਨੂੰ ਹੁਣੇ ਆਇਆ ਸੀ ਮਾਸੀ ਉਹ ਭੈਣ ਨੇ ਫੋਨ ਕੀਤਾ ਜੀ ਕਹਿੰਦੀ ਮੈਨੂੰ ਆ ਕੇ ਲੈ ਜਾ ਆ ਕੇ ਲੈ ਜਾ ਹਾਂ ਉਹ ਮਹਾ ਚਲਾ ਜੇ ਫ੍ਰੀ ਆਂਗਾ ਮੈਂ ਆਇਆ ਗਿਆ ਨਾਲ ਉਹ ਕਹਿਤਾ ਹੁਣ ਵੀ ਦੋ ਦਿਨ ਪੇਕੇ ਲਾਇਆ ਹੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਆਇਆ ਤੇਰੇ ਮਾਮੇ ਕੋਲ ਬਹਿ ਜਾ ਲੈ ਬਈ ਚੱਲੀਏ ਫਿਰ ਚੱਲ ਪਿਆ ਹੈ ਮਾਮਾ ਆਇਆ ਤੇਰਾ ਨਾਨਕੇ ਚੱਲ ਪਿਆ ਆਇਆ ਚੱਲੀਏ ਫਿਰ ਕਿਉਂ ਲੈ ਭਾਬੀ ਹੁਣ ਤਾਂ ਆਇਆ ਹਲੇ ਕੋਈ ਨਾ ਉੱਥੇ ਜਾ ਕੇ ਪੀ ਲਾਂਗੇ ਚਾਹ ਪਾਣੀ ਚਾਹ ਨਾ ਪਾਣੀ ਨਾ ਤਾਂ ਪਾਣੀ ਦੇ ਗਲਾਸ ਵੀ ਨਹੀਂ ਪੀਤਾ ਕੋਈ ਗੱਲ ਨਹੀਂ ਪਾਣੀ ਤਾਂ ਲਿਆ ਦੇ ਜਦੋਂ ਸਾਨੂੰ ਮੇਰੀ ਕਦਰ ਨਹੀਂ ਹੈਗੀ ਇਹਦੀ ਕਿੱਥੋਂ ਹੋਊਗੀ ਲੈ ਉਹਦੇ ਕਾਦੀ ਕਦਰ ਲੈ ਭਾਬੀ ਤੂੰ ਤਾਂ ਹੋਰ ਹੀ ਗੱਲਾਂ ਲਾ ਗਈ ਕਰ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਹਾਂ ਬਈ ਵਧੀਆ ਪਾਣੀ ਦਿੱਤਾ ਬਾਈ ਨੂੰ ਕਿਸੇ ਨੇ ਲੋੜ ਨਹੀਂ ਹੈਗੀ ਪਾਣੀ ਦੇ ਉੱਥੇ ਜਾ ਕੇ ਲਿਆ ਦੇ ਪ੍ਰੀਤ ਪਾਣੀ ਲਿਆ ਦੇ ਬਈ ਤੂੰ ਐ ਕਿਉਂ ਬੋਲੀ ਜਾਂਦੀ ਆ ਕਾਹਨੂੰ ਬੋਲਦੀ ਆ ਥੱਪੜ ਮਾਰੀ ਜਾਂਦੇ ਨੇ ਸਵੇਰ ਦੇ ਵਿਚਾਰੇ ਦੇ ਕਿਉਂ ਕੀ ਗੱਲ ਹੋ ਗਈ ਤਾਂ ਕਦੇ ਕੋਈ ਮਾਰਦਾ ਯਾਰ ਨੰਨੂ ਗੱਲ ਦੱਸ ਦੇ ਮਾਂ ਤੂੰ ਕੀ ਹੋ ਗਿਆ ਅੱਛਾ ਕਿਵੇਂ ਮੰਨੂ ਸਤਿ ਸ਼੍ਰੀ ਅਕਾਲ ਮਸੜੀ ਹੁਣ ਪੁੱਛਣ ਵਾਲੇ ਆ ਗਏ ਹਾਲ ਚਾਲ ਠੀਕ ਹੈ ਹਾਂ ਜੀ ਵਧੀਆ ਜੀ ਨਿੱਕੀ ਜੀ ਗੱਲ ਨਹੀਂ ਵਧਾਉਣੀ ਤੇ ਨਿੱਕੀ ਜੀ ਗੱਲ ਹੈ ਮੰਮੀ ਇਹ ਹੋਰ ਹੁਣ ਕੀ ਹੋ ਗਿਆ ਤੇ ਬਸ ਨਿੱਕੀ ਹੈ ਮੇਰੇ ਵਾਸਤੇ ਤਾਂ ਪੂਰੀ ਵੱਡੀ ਗੱਲ ਹੈ ਇੱਕ ਮਿੰਟ ਬਾਈ ਹਾਂ ਜੀ ਮਸੀ ਦੱਸੋ ਕੀ ਗੱਲ ਹੋ ਗਈ ਗੱਲ ਇਹ ਗੱਲ ਨਹੀਂ ਹੋਈ ਪੁੱਤਾ ਇਹਨੂੰ ਪੁੱਛ ਲਾਂ ਗੱਲ ਕੁਝ ਨਹੀਂ ਹੋਈ ਗੱਲ ਮੈਂ ਤੈਨੂੰ ਦੱਸ ਦਿੰਨਾ ਲੋ ਬਾਈ ਪਾਣੀ ਪੀਓ ਪਹਿਲਾਂ ਮੈਨੂੰ ਪੁੱਛੀ ਮੈਂ ਦੱਸਤੀ ਗੱਲ ਕੁਛ ਨੀ ਯਾਰ ਨਾਨੂ ਮੈਂ ਤੈਨੂੰ ਦੱਸ ਦਿੰਦਾ ਤੂੰ ਆ ਗਿਆ ਚੱਲ ਗੱਲ ਤਾਂ ਇਹ ਹੋਈ ਹੈ ਵੀ ਭਾਈ ਇਹ ਜਵਾਕ ਹੈ ਚੱਲ ਚੌੜ ਚਿੱਤ ਕਰਦਾ ਕਈ ਵਾਰੀ ਹੈ ਨਾ ਬੰਦੇ ਦਾ ਚਿੱਤ ਨਹੀਂ ਰਾਜੀ ਹੁੰਦਾ ਚੱਲ ਕਈ ਵਾਰੀ ਝਿੜਕਿਆ ਜਾਂਦਾ ਜਵਾਕ ਨੂੰ ਚੱਲ ਕੀ ਪਤਾ ਚੱਲ ਹੁਣ ਭਾਪੇ ਨੇ ਲਾਤੀਆਂ ਹੋਣੀਆਂ ਦੋ ਉਂਗਲਾਂ ਗੱਲ ਤੇ ਇਹ ਰੋਣ ਲੱਗ ਗਿਆ ਆ ਕੇ ਭਾਬੀ ਭਾਈ ਉਈ ਤੈਨੂੰ ਕਹਾ ਬੋਲੀ ਹੈਨਾ ਜਿਹੜਾ ਕੁਛ ਆਉਂਦਾ ਸੀ ਭਾਬੀ ਦੇ ਮੂੰਹ ਚ ਉਹ ਬੋਲੀ ਕਹਿੰਦੀ ਤੁਸੀਂ ਮੇਰੇ ਜਵਾਕ ਨੂੰ ਕੁੱਟਦੇ ਹੋ ਭਾਈ ਜੇ ਪਿਆਰ ਕਰਦੇ ਇਹਨਾਂ ਨੂੰ ਦੇਖ
ਬਿਨਾ ਕਦਰ ਤੂੰ ਰਹਿ ਗਈ ਮੈਨੂੰ ਇਹ ਗੱਲ ਦੱਸੀ ਤੂੰ ਪਹਿਲਾਂ ਤਾਂ ਹੈਗੀ ਸੀ ਪਰ ਹੁਣ ਨੀ ਹੈਗੀ ਉਹ ਕੋਈ ਤੈਨੂੰ ਬੰਦਾ ਨੀ ਬੋਲਦਾ ਭਾਈ ਨਾ ਤੈਨੂੰ ਕੋਈ ਕੁਛ ਹੋਰ ਕਹਿੰਦਾ ਗੱਲਾਂ ਨਾਲ ਘਰ ਪੱਟਿਆ ਜਾਂਦਾ ਬਾਈ ਦੇਖ ਲੈ ਤਾਂ ਗਲਤ ਗੱਲ ਹੈ ਵੀ ਉਹਨੇ ਪਾਣੀ ਪਾਇਆ ਮੂੰਹ ਤੇ ਤੂੰ ਉਹਨੂੰ ਸਮਝਾਉਣਾ ਚਾਹੀਦਾ ਤੈਨੂੰ ਸਿਖਾਉਣੀ ਥੋੜੀ ਆ ਵੀ ਤੂੰ ਮੂੰਹ ਤੇ ਪਾਣੀ ਪਾ ਦੇ ਜਾ ਕੇ ਅਸੀਂ ਭਾਬੀ ਤੈਨੂੰ ਐਂ ਥੋੜੀ ਕਹਿੰਦੇ ਆ ਵੀ ਤੂੰ ਇਹਨੂੰ ਸਿਖਾਉਣੀ ਹੈ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਜਦੋਂ ਇਹ ਗਲਤੀ ਕਰਦਾ ਅਸੀਂ ਮਾੜਾ ਮੋਟਾ ਝਿੜਕ ਦਿੰਦੇ ਆ ਵੀ ਤੂੰ ਇਹਨੂੰ ਸਹਿ ਦਿੰਦੀ ਹੈ ਪਰਦਾ ਪਾਉਣੀ ਹੈ ਇਹਦੀ ਗੱਲ ਤੇ ਪਰਦਾ ਪੁਰਦਾ ਕੋਈ ਨੀ ਪਾਉਂਦੀ ਬਿੰਦੇ ਬਿੰਦੇ ਥੋੜੀ ਨਾ ਜਵਾਕ ਦੇ ਮਾਰਦੇ ਹੁੰਦੇ ਨੇ ਮੇਰੀ ਗੱਲ ਸੁਣ ਲੈ ਪੁੱਤ ਇਹ ਜਵਾਕ ਆਪਦੀ ਭੂਆ ਨੂੰ ਕਹਿੰਦਾ ਕਹਿੰਦਾ ਮੈਨੂੰ ਮੰਮੀ ਨੇ ਕਿਹਾ ਗਾ ਵੀ ਪਾਣੀ ਪਾ ਦਿਆ ਘਰ ਸ਼ਰਾਰਤਾ ਫਿਰ ਭਾਬੀ ਫਿਰ ਇਸ ਹਿਸਾਬ ਨਾਲ ਤਾਂ ਫਿਰ ਅਸੀਂ ਮੰਨ ਲਈਏ ਵੀ ਤੂੰ ਕਿਹਾ ਜੇ ਕਈ ਵਾਰੀ ਇਹ ਤੇਰੇ ਕੋਲ ਆ ਕੇ ਕਹਿੰਦਾ ਮੇਰੀ ਚਾਚੀ ਨੇ ਮੇਰੇ ਮਾਰਿਆ ਉਹ ਕਹਿੰਦੇ ਵੀ ਮੈਂ ਤਾਂ ਮਾਰਿਆ ਨੀ ਫਿਰ ਤੂੰ ਸੱਚ ਮੰਨ ਲੈਣੀ ਆ ਫਿਰ ਜਿਵੇਂ ਇਹਨੇ ਕਿਹਾ ਵੀ ਮੇਰੀ ਮੰਮੀ ਸਿਖਾਉਂਦੀ ਹੈ ਸਾਰਾ ਕੁਝ ਫਿਰ ਅਸੀਂ ਸੱਚ ਮੰਨ ਲਈਏ ਉਹ ਤਾਂ ਮੈਂ ਕੁਛ ਕਿਹਾ ਵੀ ਜਦੋਂ ਪ੍ਰੀਤ ਨੇ ਮਾਰਿਆ ਮੈਂ ਚੱਲ ਕੋਈ ਨਾ ਇਹ ਵੀ ਲੱਗਦਾ ਉਹਨੇ ਤਾਂ ਮਾਰਿਆ ਹੀ ਨੀ ਭਾਬੀ ਉਹਨੇ ਤਾਂ ਸਿਰਫ ਇੰਨੀ ਗੱਲ ਕਹੀ ਤੀ ਵੀ ਤੇਰੀ ਭੂਆ ਦੀ ਤਰਫ ਫੜ ਆਉਣਗੇ ਵੀ ਭਾਈ ਤੂੰ ਚਾਦਰ ਨਾ ਇਕੱਠੀ ਕਰ ਨਾਲੇ ਤੈਨੂੰ ਕਦੇ ਝਿੜਕਿਆ ਨੀ 5 ਸਾਲ ਹੋ ਗਏ ਤੈਨੂੰ ਵਿਆਹੀ ਨੂੰ ਹੁਣ ਤੂੰ ਆਹ ਫਰਕ ਕਰਨ ਲੱਗ ਗਈ ਜਵਾਬ ਨੂੰ ਬੁਲਾ ਲਿਆ ਕੀ ਪਤਾ ਜਵਾਬ ਨੂੰ ਉਮਰ ਵਾਲੇ ਕੱਚੀ ਆ ਉਹ ਲੈਣ ਆਇਆ ਤੈਨੂੰ ਮਾਂ ਪਿਓ ਨੂੰ ਬੁਲਾਉਂਦੀ ਕਿਸੇ ਨੂੰ ਬਾਈ ਤੂੰ ਥੋੜਾ ਬਹੁਤਾ ਕੂੜਾ ਕਰ ਫਿਰ ਗਲਤ ਗੱਲ ਹੈ ਜੀ ਕੂੜਦੀਆਂ ਬਥੇਰਾ ਤੈਨੂੰ ਕੋਈ ਨੀ ਜਾਣ ਨੀ ਦਿੰਦੇ ਹੁਣ ਬਾਈ ਹੈ ਨੀ ਗਾ ਔਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੂੰ ਚੱਕਿਆ ਝੋਲਾ ਰੁੱਸ ਕੇ ਵਗ ਜਾਏਗੀ ਉਰੋਂ ਲੈ ਐਮ ਤਾਂ ਕਿਵੇਂ ਨੀ ਜਾਣ ਦਿੰਦੇ ਤੁਸੀਂ ਮੈਂ ਤਾਂ ਜਾਊਂਗੀ ਤੂੰ ਤਾਂ ਸਾਰੇ ਇੱਕ ਸਾਈਡ ਤੇ ਹੋ ਰਹੋਗੇ ਆ ਮੇਰੇ ਭਾਈ ਵੀ ਪਿੱਛੇ ਲਾ ਲਿਆ ਤੁਸੀਂ ਨੇ ਹੁਣ ਤੂੰ ਤਾਂ ਕਮਲੇ ਦੀਆਂ ਗੱਲਾਂ ਕਰਦੀਆਂ ਕੁੜੀਏ ਹੈ ਤੈਨੂੰ ਸ਼ਰਮ ਨੀ ਆਉਂਦੀ ਜਾਂਦੀ ਨੂੰ ਬੰਦਾ ਤੇਰਾ ਤਾਂ ਹੈ ਨੀ ਚੱਕਿਆ ਝੋਲਾ ਟੋਪੀ ਕਿਸੇ ਨੇ ਕੁਛ ਕਿਹਾ ਤੈਨੂੰ ਅਸੀਂ ਤਾਂ ਜਵਾਬ ਨੂੰ ਝਿੜਕਿਆ ਜਾਂਦਾ ਹੁੰਦਾ ਦੇ ਗੱਲ ਸੁਣ ਪੁੱਤ ਕਿਤੇ ਨੀ ਲੈ ਕੇ ਜਾਣਾ ਇਹਨੂੰ ਤੂੰ ਵੀ ਸਮਾਂ ਦੋ ਦਿਨ ਰਹਿਣਾ ਰਹਿ ਪੈ ਮੈਨੂੰ ਕਿਹੜਾ ਪਤਾ ਨੀ ਮਾਸੀ ਜੀ ਉਰੇ ਇਹ ਕੁਛ ਹੋ ਰਿਹਾ ਜੇ ਮੈਨੂੰ ਪਤਾ ਹੁੰਦਾ ਮੈਂ ਆਉਂਦੀ ਨੀ ਹੈਗਾ ਜੀ ਉਰੇ ਤਾਂ ਚੱਲ ਕੋਈ ਨਾ ਹੁਣ ਤੂੰ ਆ ਗਿਆ ਮੰਮੀ ਤੁਸੀਂ ਕਹਿੰਦੇ ਹੋ ਬੰਦਾ ਘਰੇ ਨਹੀਂ ਉਹ ਵੀ ਪਿੱਛੇ ਲਾ ਲਿਆ ਤੁਸੀਂ ਤਾਂ ਹੁਣ ਉਹ ਭਾਈ ਹੁਣ ਤੂੰ ਕੰਨੀ ਜਾ ਰਹੀ ਹੋ ਗਈ ਵੀ ਆਹ ਕੰਮ ਨਹੀਂ ਆ ਸੀ ਮੈਂ ਤਾਂ ਕੱਲੀ ਆ ਲੈ ਆ ਕੀ ਗੱਲ ਬਣੀ ਗੱਲ ਤਾਂ ਇਹੀ ਹੈ ਜਿਹਦੀ ਪਰ ਤੁਸੀਂ ਕੱਲੇ ਚੰਗੇ ਹੋ ਗਏ ਬਾਕੀ ਤਾਂ ਸਾਰੇ ਡੱਬਰ ਮਾੜੇ ਮੈਨੂੰ ਤਾਂ ਇਹ ਸਮਝ ਆਉਂਦੀ ਵੀ ਪਿੱਛੇ ਲਾਉਂਦੇ ਕਿਵੇਂ ਹੁੰਦੇ ਨੇ ਹਰੇਕ ਨੂੰ ਕਹਿੰਦੀ ਪਿੱਛੇ ਲਾ ਲਿਆ ਹੋਰ ਗੱਲ ਸੁਣ ਲੈ ਦੋ ਦਿਨ ਕੁੜੀ ਆਈ ਆ ਤਾਂ ਇਸ ਕਦੇ ਵਾਸਤੇ ਕੀਤਾ ਗਾ ਦੋ ਦਿਨ ਲਿਆਂਦੀ ਆ ਪੁੱਤ ਕੁੜੀ ਹਾਂਜੀ ਇਹ ਥੋੜੇ ਵੀ ਕਿਹਾ ਸੀ ਕਰਕੇ ਰਹਿ ਜਾ ਨਾਲੇ ਉਹ ਵੀ ਤਾਂ ਉਹਨਾਂ ਦਾ ਆਪਦਾ ਗਾ ਮੁੱਦਾ ਵੀ ਨਹੀਂ ਹੈਗਾ ਇਹ ਤਾਂ ਕੋਈ ਮੁੱਦਾ ਵੀ ਨਹੀਂ ਇਹਨਾਂ ਦੇ ਮੈਂ ਕਲੇਸ਼ ਕੀਤਾ ਮੈਂ ਕਲੇਸ਼ ਕੀਤਾ ਮੈਨੂੰ ਮੇਰੇ ਮਗਰ ਪੈ ਜਾਂਦੇ ਆ ਸਾਰੇ ਅਸੀਂ ਤਾਂ ਪਰ ਜਾਣ ਨਹੀਂ ਮੈਨੂੰ ਐਂ ਦੱਸ ਭਾਬੀ ਕੀ ਕੀ ਕਰੀਏ ਫਿਰ ਚਲ ਐ ਕਰੋ ਭਾਬੀ ਨੂੰ ਵਗ ਜਾਂਦਾ ਜੂਬੀ ਤਾਂ ਕੋਈ ਨਹੀਂ ਜਾਂਦਾ ਫਿਰ ਉਰੇ ਲੈ ਜੂਬੀ ਨੂੰ ਵੀ ਨਾਲ ਲੈ ਕੇ ਜਾਊਂਗੀ ਕਿਉਂ ਇਹ ਤਾਂ ਕੋਈ ਨਹੀਂ ਜਾਂਦਾ ਇਹਦੇ ਪਿੱਛੇ ਤਾਂ ਮੈਂ ਕਰਦੀ ਆ ਸਾਰਾ ਵੀ ਇਹਦਾ ਸਾਰਾ ਦਾ ਵੀ ਕਰਨਾ ਹੋਇਆ ਆਉਂਦੇ ਕੋਲੇ ਉਹਨੇ ਮੁੰਡਾ ਸੱਦਣਗੇ ਇਹਨੂੰ ਹਾਂ ਪਾਗਲਾ ਸੀ ਭਾਬੀ ਮਾਰਨ ਨੂੰ ਜੇ ਅਸੀਂ ਇੱਕ ਟਾਈਮ ਇਹਦੇ ਮੰਨ ਲੈ ਇਹਨੂੰ ਝਿੜਕਦਾ ਜਾਂ ਇਹਦੇ ਥਾਪੜਾ ਮਾਰਿਆ ਉਹ ਤਾਂ ਤੈਨੂੰ ਦਿਸ ਗਿਆ ਅੱਛਾ ਜਿਹੜੀਆਂ ਅਸੀਂ ਇਹਦਾ ਲਾਡ ਕਰਦੇ ਆ ਪਿਆਰ ਕਰਦੇ ਆ ਵੀ ਬਾਪੂ ਲਿਆ ਲਿਆ ਚੀਜ਼ਾਂ ਦਿੰਦਾ ਜਦੋਂ ਵੀ ਬਾਹਰੋਂ ਆਉਂਦਾ ਉਹ ਤਾਂ ਤੈਨੂੰ ਭਾਬੀ ਕਦੇ ਦਿਸਿਆ ਨਹੀਂ ਬੋਲ ਜੂ ਵੀ ਜਾਣੇਗਾ ਕਿ ਨਹੀਂ ਜਵਾਕ ਹੈ ਉਧਰ ਲੱਗ ਜੂ ਜਿੱਧਰ ਲਾ ਲਓਗੇ ਇਹਨੂੰ ਕੀ ਪਤਾ ਹੋਣਾ
ਗੱਲ ਤਾਂ ਉਹੀ ਹੈ ਭਾਬੀ, ਜਵਾਕ ਨੂੰ ਤਾਂ ਜਿੱਧਰ ਲਾ ਲਈਏ ਉੱਧਰ ਹੀ ਲੱਗ ਜਾਂਦਾ। ਹੁਣ ਜੇ ਤੂੰ ਇਹਨੂੰ ਸਮਝਾਵੇਂ ਸਿਖਾਵੇਂ ਵੀ ਭਾਈ ਤੇਰੇ ਚਾਚਾ ਚਾਚੀ ਨੇ, ਤੇਰਾ ਦਾਦਾ ਦਾਦੀ ਨੇ, ਜੇ ਤੈਨੂੰ ਘੂਰਨ ਉਹਨਾਂ ਦੀ ਗੱਲ ਮੰਨ ਲਿਆ ਕਰ, ਫਿਰ ਇਹ ਮੰਨੂਗਾ ਨਹੀਂ ਭਾਬੀ ਭਲਾ। ਮਾੜਾ ਮੋਟਾ ਸਮਝਾ ਦੇਣਾ ਕੀ ਸਮਝਾਈਏ ਭਾਈ, ਹੁਣ ਸਮਝਾਈ ਤਾਂ ਜਾਂਦੇ ਹਾਂ ਪੁੱਤ, ਤੈਨੂੰ ਮੇਰੀ ਗੱਲ ਸੁਣ ਲਾ, ਕੋਈ ਜਵਾਕ ਦੇ ਸੀ ਬੈਰੀ ਨਹੀਂ ਹੈਗੇ, ਕੋਈ ਚੀਜ਼ ਕੰਨਿਓ ਘਾਟੇ ਨੂੰ ਨਹੀਂ ਰੱਖੀ, ਕੋਈ ਲੀੜੇ ਕੱਪੜੇ ਕੰਨਿਓ ਨਹੀਂ ਰੱਖੀ, ਜੇ ਮਾੜਾ ਮੋਟਾ ਘੂਰਿਆ ਵੀ ਜਾਂਦਾ ਨਹੀਂ ਤਾਂ ਫਿਰ ਜਵਾਕ ਉਹ ਵੀ ਵਿਗੜ ਜਾਣਗੇ। ਮੇਰੀ ਗੱਲ ਸੁਣੋ ਡੇੜੀ, ਮੈਥੋਂ ਜ਼ਿਆਦਾ ਤੁਹਾਡੇ ਨਾਲ ਜੁਲਿਆ ਨਹੀਂ ਜਾਂਦਾ, ਦੇਖ ਮੈਨੂੰ ਤਾਂ ਭਾਈ ਅੱਡ ਕਰ ਦੋ। ਕੋਈ ਨਾ, ਅੱਡ ਕਰ ਦਾਂਗੇ, ਆ ਜਾਂਦੇ ਹੈਪੀ ਨੂੰ ਅੱਡ ਕਰ ਦਾਂਗੇ ਤੈਨੂੰ। ਮੈਨੂੰ ਨਹੀਂ ਪਤਾ ਉਹਦਾ ਠੇਕਾ ਨਹੀਂ ਲਿਆ ਹੈਗਾ, ਤਾਂ ਤੁਹਾਡੇ ਮਗਰ ਹੈ, ਮੈਂ ਤਾਂ ਇਕੱਲੀ ਰਹਿ ਲੂੰਗੀ। ਫਿਰ ਭਾਬੀ ਜਵਾਕ ਜਵਾਕ ਵੀ ਸਾਡੇ ਮਗਰ ਹੈ, ਜਵਾਕ ਮੇਰੇ ਨਾਲ ਰਹੂਗਾ ਤੁਹਾਡੇ ਨਾਲ ਕਿਵੇਂ ਰਹੂਗਾ, ਜਿੱਧਰ ਮਰਜ਼ੀ ਲਾ ਲਓ ਉੱਧਰ ਲੱਗ ਜੂਗਾ। ਫਿਰ ਚੰਗੇ ਪਾਸੇ ਤਾਂ ਕੋਈ ਨੀ ਲਾਇਆ ਭਾਬੀ ਇਹਨੂੰ, ਮੈਂ ਆਪੇ ਲਾ ਲੂ ਚੰਗੇ ਪਾਸੇ, ਉਹ ਤਾਂ ਆਇਆ ਨੀ ਸੀ, ਜੇ ਤੂੰ ਕੱਠ ਜਿੱਦੀ ਅੱਡ ਹੋ ਕੇ ਲਾ ਲੇਗੀ ਲਾ ਲੂੰਗੀ। ਬਈ ਇਹ ਕੋਈ ਗੱਲਾਂ ਥੋੜੀ ਨੇ, ਤੂੰ ਆਇਆ ਜੇ ਭਾਈ ਇਹਨਾਂ ਮਗਰ ਲੱਗਣਾ ਜੇ ਮੇਰੇ ਮਗਰ ਲੱਗਣਾ ਨੀ, ਮੈਂ ਤਾਂ ਜਾਨੀ ਉਹਦੇ ਤੇ ਮਗਰ ਲੱਗਣਾ, ਇਹ ਗੱਲ ਥੋੜੀ ਹੈ ਬਾਈ, ਚੰਗੇ ਵਾਸਤੇ ਕਹਿੰਦੇ ਨੇ ਭਾਬੀ, ਸੱਚੀ ਗੱਲ ਤਾਂ ਕਹੀ ਜਾਊਗੀ, ਜਿਹੜੀ ਸੱਚੀ ਗੱਲ ਹੋਊ ਉਹ ਤਾਂ ਸੌਰੀ ਦੇ ਦਿਮਾਗ ਨੂੰ ਪਤਾ ਨਹੀਂ ਹੋਇਆ ਕੀ ਹੈਗਾ, ਕੀ ਪਤਾ ਹੁਣ ਤੱਕ ਇਹਨੇ ਮੇਰਾ ਕਰਦੀ ਰਹੀ ਆ ਮੈਂ ਦਿਮਾਗ, ਤੂੰ ਹੀ ਕਰਦੀ ਦੀ ਆ ਸਾਈ ਮੇਰੇ ਲਵੇ ਕੱਲ ਨਹੀਂ, ਉਹ ਛੋਟੀ ਚਲਾ ਕੇ ਵੱਡੀ ਭੋਲੀ ਹੈ, ਦੇਖ ਲੈ ਵੱਡੀ ਭੋਲੀ ਤੇਰੀ, ਮੈਨੂੰ ਕੀ ਪਤਾ ਹੈ ਕਿ ਮੈਂ ਨਿਕਲੂਗੀ ਵਿੱਚੋਂ, ਅੱਛਾ ਮੇਰੇ ਦਿਲ ਚ ਪਾਪ ਹੈ ਵੀ ਕੁਛ ਨੀ ਹੁੰਦਾ, ਪਿਆਰ ਨਾਲ ਸਮਝਾ ਲੈ ਜਵਾਕ ਨੂੰ, ਤੇਰੇ ਜਵਾਕ ਨੂੰ ਕੁਛ ਨੀ ਕਹਿੰਦਾ, ਇਹ ਸਾਡਾ ਵੀ ਲੱਗਦਾ। ਚਾਹ ਕੁੜੀਏ ਤੂੰ ਉੱਠ ਕੇ ਚਾਹ ਪਾਣੀ ਕਰਕੇ ਦੇ ਉਹਨੂੰ, ਤੇਰਾ ਹੋਰ ਕੰਮ ਲਈ ਨਹੀਂ ਬਣੀਦਾ ਹੁੰਦਾ, ਘਰ ਖਰਾਬ ਹੋ ਜਾਂਦਾ ਪੁੱਤ, ਇਹਦੇ ਇੱਕੇ ਸ਼ਬਦ ਥਿਆਰਿਆ ਮਗਰ ਲੱਗ, ਹੋਰ ਵਾਹੀ ਗੱਲ ਹੈ, ਸਾਰਾ ਪਿੰਡੇ ਲਾ ਲਾਂਗੇ ਤਾਂ ਅਸੀਂ, ਫਿਰ ਵੋਟਾਂ ਸਾਨੂੰ ਥੱਪੜ ਥੱਪੜ ਪਤਾ ਨਹੀਂ ਕੀ ਡਾਂਗ ਮਾਰੀ ਥੱਪੜ, ਕੱਲ ਦੀ ਗੱਲ ਤੂੰ ਉਂਗਲ ਲਾ ਕੇ ਮੇਰੀ ਮਾਂ ਨੂੰ ਉਹ ਕਰਤਾ, ਹੁਣ ਸਾਡੇ ਮਾਵਾਂ ਦੀ ਫਰਕ ਪਵਾਏਗੀ, ਉਂਗਲ ਕਿਦੋਂ ਲਾਈ ਹੈ, ਦਿਮਾਗ ਹੀ ਹੈ ਜਾਗਾ, ਚੁੱਪ ਕਰ ਜੂ ਬਸ, ਹੋਰ ਚੱਲ ਇਹ ਤਾਂ ਬੋਲੀ ਨਹੀਂ ਪੁੱਤ, ਤੂੰ ਕੁਛ ਨੀ ਬੋਲੀ, ਅਸੀਂ ਬੋਲੇ ਬਸ, ਚੁੱਪ ਕਰ ਜੂ, ਅਗਲੇ ਦਾ ਦਿਮਾਗ ਖਰਾਬ ਕਰਨਾ, ਮੈਂ ਤਾਂ ਉੱਥੇ ਠੀਕ ਸੀਗੀ, ਚੱਲ ਕੋਈ ਨਾ ਪੁੱਤ ਚੁੱਪ ਕਰ ਜਾ, ਤੂੰ ਨਾ ਬੋਲਦੀ, ਜਵਾਕ ਆਇਆ ਦੱਸ ਉਹਦਾ ਵੀ ਮਨ, ਤੁਸੀਂ ਚਾਹ ਕਾ ਪਾਣੀ ਕਰਕੇ ਦਿਓ ਉਹਨੂੰ, ਜਾ ਜਿਹੜੀਆਂ ਤੂੰ ਗੱਲਾਂ ਕਹੀਆਂ ਮੈਂ ਉਹਨੂੰ ਕਹਿਤੀਆਂ ਵੀ ਭਾਈ ਉਹਨੂੰ ਕੁਛ ਨਾ ਕਿਹਾ ਕਰ, ਮੈਂ ਖੋ ਭੋਲੀ ਆ, ਉਹ ਕਹਿੰਦੀ ਭੋਲੀ ਨੀ ਹੈਗੀ, ਕਾਹਨੂੰ ਹੜਦੀਆਂ ਨੇ ਇਹ, ਚੰਗਾ ਪੁੱਤ ਝੱਜੂ ਪਾਇਆ ਗਾ, ਚੱਲ ਪੁੱਤ ਉੱਠ ਖੜੀ ਹੋ, ਚਾਹ ਪਾਣੀ ਕਰਕੇ ਫੜਾ ਮੁੰਡੇ ਨੂੰ, ਫੜਾਉਣੀ ਆ, ਸਾਰਾ ਦਿਨ ਅਨਪੜ੍ਹ ਵਾਲੀਆਂ ਗੱਲਾਂ ਕਰੀ ਜਾਊਗੀ, ਗੱਲਾਂ ਕੋਈ ਇਹ ਤੁਸੀਂ ਸਾਰਾ ਦਿਨ ਕਲੇਸ਼ ਕਰ ਦੋ, ਕੋਈ ਕੰਮ ਚੱਜ ਦਾ ਕਰ ਲਿਆ ਕਰੋ, ਉਹ ਤੂੰ ਰਹਿੰਦਾ ਦੋ ਤਿੰਨ ਦਿਨ ਨਾ ਬਾਈ, ਪਾਣੀ ਦੀ ਵਾਰੀ ਆਇਆ,
ਚਲੋ ਠੀਕ ਹੈ ਮਾਸਾ ਜੀ ਫਿਰ ਚੱਲ ਚੰਗਾ ਸਿਰਾ ਠੀਕ ਹੈ ਬਾਈ ਦੇਖ ਕੇ ਜਾਈ ਹੌਲੀ ਚੰਗਾ ਠੀਕ ਹੈ ਜੀ ਹੌਲੀ ਜਾਈ ਬਾਕੀ ਦੱਸੀ ਨਾ ਆਪਦੇ ਮਾਂ ਪਿਓ ਨੂੰ ਉੱਥੇ ਵੀ ਆਇਆ ਹੋ ਗਿਆ ਸੀ ਆਇਆ ਹੋ ਗਿਆ ਸੀ ਚੰਗਾ ਕਰੇ ਨਾ ਅਸੀਂ ਕੋਈ ਤਾਂ ਕੋਈ ਕੰਮ ਹੋ ਗਿਆ ਖੰਡ ਪਾ ਕੇ ਕਿਸੇ ਦੇ ਭੋਗ ਪਊਗਾ ਤਾਂ ਕਰਕੇ ਨਹੀਂ ਆਇਓ ਦੋ ਤਿੰਨ ਦਿਨਾਂ ਨੂੰ ਜਾਂ ਤਾਂ ਭਾਪੇ ਨੂੰ ਛੱਡ ਜਾਣਗੇ ਜਾਂ ਫਿਰ ਮੈਂ ਤੈਨੂੰ ਫੋਨ ਕਰ ਦੂੰ ਤੂੰ ਆ ਕੇ ਲੈ ਜੀ ਹਾਂ ਕੋਈ ਨਾ ਵੀ ਫੋਨ ਕਰ ਦੇ ਮੈਂ ਆ ਕੇ ਲੈ ਜੂੰਗਾ ਕੋਈ ਨਾ ਕੋਈ ਠੀਕ ਹੈ ਓਕੇ ਚਲ ਜਵਾਕ ਨੂੰ ਗ੍ਰਿਫਤਾਰ ਪਾਈ ਦੱਸ ਜਵਾਕ ਹੀ ਸਿਆਣਾ ਕੁੜੀ ਜੀ ਜਵਾਕ ਨਹੀਂ ਉਹਦੇ ਮੈਂ ਲਾ ਲਿਆ ਹਿਸਾਬ ਕੋਈ ਨਾ ਆ ਜਾ ਕਰੇ ਚਲ ਆ ਜਾ ਕੀ ਕਰਦੇ ਹੋ ਦੀਦੀ ਕੁਛ ਨੀ ਰੋਟੀ ਬਣਾਉਂਦੀ ਸੀ ਆਪਦੀ ਓਹੋ ਰੋਟੀ ਤਾਂ ਬਣੀ ਪਈ ਹੈ ਡੱਬੇ ਚ ਪਈਆਂ ਰੋਟੀਆਂ ਮੈਂ ਨੀ ਉਹ ਖਾਣੀ ਆ ਮੈਂ ਤਾਂ ਆਪਦੀ ਅੱਡੇ ਬਣਾ ਲੂੰਗੀ ਨਾਲੇ ਮੇਰੇ ਪੁੱਤ ਦੀ ਲੈ ਅੱਡ ਕਿਉਂ ਬਣਾ ਲੂੰਗੀ ਚੰਗੀ ਭਲੀ ਬਣੀ ਪਈ ਹੈ ਰੋਟੀ ਘਰੇ ਜਦੋਂ ਮੈਂ ਇੱਕ ਵਾਰੀ ਕਹਿਤਾ ਪ੍ਰੀ ਤੈਨੂੰ ਮੈਂ ਆਪਦੀ ਅੱਡ ਬਣਾਇਆ ਕਰੂੰਗੀ ਦੀਦੀ ਇਹ ਜਿਹੀ ਗੱਲਾਂ ਕਿਉਂ ਕਰਦੇ ਹੋ ਮੈਂ ਤੁਹਾਡੇ ਤੋਂ ਸੋਰੀ ਫੀਲ ਕਰ ਲੈਂਦੀ ਹਾਂ ਤੁਹਾਨੂੰ ਕਿਸੇ ਵੀ ਗੱਲ ਦਾ ਗੁੱਸਾ ਹੈਗਾ ਕੋਈ ਨਾ ਮੈਂ ਆਪਦੀ ਅੱਡ ਲਾ ਲੂੰਗੀ ਤੁਹਾਨੂੰ ਕੀ ਭਾਜੜ ਪਾਈ ਜਾਂਦੀ ਹੈ ਇੱਕ ਘਰ ਚ ਆਪਾਂ ਅੱਡ ਪਕਾਉਂਦੇ ਸੋਹਣੇ ਲੱਗਦੇ ਆ ਜਦੋਂ ਮੈਂ ਤੁਹਾਨੂੰ ਕਹੀ ਜਾਂਦੀ ਹਾਂ ਵੀ ਮੈਨੂੰ ਮਾਫ਼ ਕਰ ਦਿਓ ਜੇ ਮੇਰੇ ਕਰਕੇ ਤੁਹਾਨੂੰ ਦੁੱਖ ਹੋਇਆ ਕੋਈ ਮੈਨੂੰ ਕੋਈ ਦੁੱਖ ਨਹੀਂ ਹੋਇਆ ਹੈਗਾ ਮੈਂ ਆਪਦੀ ਅੱਡ ਬਣਾ ਲੂੰਗੀ ਰੋਟੀ ਤੇਰਾ ਕਿਹੜਾ ਬਈ ਜ਼ੋਰ ਲੱਗਦਾ ਜਦੋਂ ਮੈਂ ਕਹਿਤਾ ਸੀ ਤੁਹਾਨੂੰ ਮੈਂ ਆਪਦੀ ਅੱਡ ਬਣਾਇਆ ਕਰੂੰਗੀ ਹੁਣ ਦੀਦੀ ਚੰਗਾ ਥੋੜੀ ਲੱਗਦਾ ਹੁਣ ਤੁਸੀਂ ਅੱਡ ਬਣਾਓਗੇ ਤੈਨੂੰ ਨਹੀਂ ਚੰਗਾ ਲੱਗਦਾ ਮੈਨੂੰ ਤਾਂ ਲੱਗਦਾ ਤੈਨੂੰ ਨਾ ਲੱਗੇ ਤੈਨੂੰ ਤਾਂ ਕੁਛ ਵੀ ਨਹੀਂ ਚੰਗਾ ਲੱਗਦਾ ਕੋਈ ਨੀ ਤੁਸੀਂ ਜਿਹੜਾ ਕੁਛ ਬੋਲਣਾ ਬੋਲ ਲਓ ਤੁਸੀਂ ਮੇਰੇ ਤੋਂ ਵੱਡੇ ਤੁਹਾਡਾ ਹੱਕ ਬਣਦਾ ਪਰ ਮੈਂ ਰੋਟੀ ਨੀ ਤੁਹਾਨੂੰ ਅੱਡ ਪਕਾਉਣ ਦਿੰਦੀ ਰੋਟੀਆਂ ਬਣੀਆਂ ਪਈਆਂ ਉਹ ਖਾ ਲਓ ਤੁਸੀਂ ਮੈਂ ਤਾਂ ਖਾਂਦੀ ਨੀ ਬਈ ਉਹ ਜੋ ਵੀ ਨੂੰ ਖਵਾ ਦੋ ਜੀ ਖਵਾਉਣੀ ਹੈ ਇੰਨਾ ਗੁੱਸਾ ਨਹੀਂ ਹੁੰਦੀ ਕਰੀਦਾ ਹੁੰਦਾ ਹੈਗਾ ਨਾਲੇ ਤੁਹਾਨੂੰ ਪਤਾ ਆਪਾਂ ਇਕੱਠੇ ਰਹਿਣਾ ਜੇ ਐਵੇਂ ਲੈ ਲੜ ਕੇ ਰਹਾਂਗੇ ਫਿਰ ਕਿਵੇਂ ਚੱਲੂਗਾ ਅੱਗੇ ਤੂੰ ਮੇਰਾ ਬਾਲਾ ਦਿਮਾਗ ਨਾ ਖਾ ਪ੍ਰੀਤ ਜਾ ਭੱਗ ਜਾ ਮੈਂ ਤਾਂ ਆਪਦੀ ਅੱਡ ਲਾ ਲੂੰਗੀ ਰੋਟੀ ਦੀਦੀ ਮੰਨ ਲਿਆ ਕਰੋ ਗੱਲ ਜੇ ਮੰਮੀ ਫਿਰ ਉਹਨੂੰ ਪਤਾ ਲੱਗ ਗਿਆ ਵਾਧੂ ਤੇ ਲੜਾਈ ਪਊਗੀ ਐਵੇਂ ਲੈ ਮੰਮੀ ਨੂੰ ਲੱਗੀ ਜਾਵੇ ਪਤਾ ਕਿਸੇ ਮਰਜ਼ੀ ਨੂੰ ਲੱਗੀ ਜਾਵੇ ਪਹਿਲਾਂ ਮੇਰਾ ਤੁਸੀਂ ਘੱਟ ਕੀਤੀ ਹੈ ਘੱਟ ਨੂੰ ਅਸੀਂ ਕੀ ਕੀਤੀ ਹੈ ਤੁਸੀਂ ਸਮਝਦੇ ਹੀ ਨਹੀਂ ਗੱਲ ਹੁਣ ਸਾਡਾ ਕੀ ਕਸੂਰ ਇਹਦੇ ਚ ਜਾਂ ਤੂੰ ਵਗ ਜਾ ਅੰਦਰ ਭੈਣ ਬਣ ਕੇ ਦਿਮਾਗ ਖਾਈ ਜਾਂਦੀ ਹੈ ਖੜੀ ਮੇਰਾ ਮੈਂ ਤੁਹਾਡੀ ਰੋਟੀਆਂ ਪਕਾਈਆਂ ਸੀਗੀਆਂ ਹੁਣ ਡੇਗਾਂਗੇ ਉਹਨਾਂ ਨੂੰ ਕੁੱਤੇ ਨੂੰ ਪਾ ਲਾਂਗੇ ਫਿਰ ਕਿੱਡੀ ਗੱਲ ਹੈ ਕੁੱਤੇ ਨੂੰ ਹੁਣ ਆਪਾਂ ਕੁੱਤੇ ਨੂੰ ਤਾਂ ਉੱਦਾਂ ਵੀ ਆਪਣੇ ਰੋਟੀਆਂ ਵਾਧੂ ਪਾ ਤੁਹਾਨੂੰ ਪਤਾ ਬਚ ਜਾਂਦੀਆਂ ਹੁੰਦੀਆਂ ਕੋਈ ਨਾ ਅੱਜ ਵੱਧ ਪਾ ਲਾਂਗੇ ਫਿਰ ਕਿੱਡੀ ਗੱਲ ਹੈ ਅੱਗੇ ਤਾਂ ਮੇਰੀ ਨਾ ਬਣਾਈ ਫਿਰ ਇਸ ਹਿਸਾਬ ਨਾਲ ਤਾਂ ਤੁਸੀਂ ਸਿੱਧਾ ਹੀ ਕਹੀ ਜਾਂਦੇ ਹੋ ਵੀ ਆਪਾਂ ਅੱਡੇ ਹਾਂ ਜਦੋਂ ਹਨਾ ਮੈਂ ਤਾਂ ਉਦੋਂ ਵੀ ਕਿਹਾ ਸੀ ਮੈਂ ਤਾਂ ਆਪਦੀ ਅੱਡ ਬਣਾਇਆ ਕਰੂੰ ਬਈ ਰੋਟੀ ਮੈਨੂੰ ਤਾਂ ਅੱਡ ਕਰ ਦਿਓ ਐਵੇਂ ਥੋੜੀ ਅੱਡ ਹੁੰਦੇ ਨੇ ਤੁਸੀਂ ਇਹ ਦੇਖ ਲਓ ਆਪਾਂ ਤਾਂ ਅੱਡ ਹੋ ਜਾਵਾਂਗੇ ਉਹ ਤਾਂ ਸਕੇ ਭਰਾ ਨਹੀਂ ਸਕੇ ਭਰਾਵਾਂ ਦਾ ਅੱਡ ਹੋਣਾ ਪਤਾ ਕਿੰਨੇ ਦੁੱਖ ਦੀ ਗੱਲ ਹੈ ਆਪਾਂ ਨੂੰ ਤਾਂ ਨਹੀਂ ਫੀਲ ਹੁੰਦਾ ਉਹਨਾਂ ਨੂੰ ਤਾਂ ਫੀਲ ਹੋਊ ਹੁਣ ਤੱਕ ਤੁਹਾਨੂੰ ਪਤਾ ਇਕੱਠੇ ਜੰਮੇ ਨੇ ਉਹ ਇਕੱਠੇ ਖਾਧਾ ਉਹਨਾਂ ਨੇ ਐਵੇਂ ਨਹੀਂ ਕਰਨਾ ਚਾਹੀਦਾ ਦੀਦੀ ਕਿਸੇ ਨਾਲ ਨਹੀਂ ਤੂੰ ਮੈਨੂੰ ਬਾਲੀਆਂ ਮੱਤਾਂਗੀਆਂ ਨਾ ਦੇ ਆਹ ਸਾਰਾ ਕੁਛ ਤੇਰੇ ਕਰਕੇ ਹੋਇਆ ਜਿਹੜਾ ਹੋਇਆ ਹੋਣਾ ਨਹੀਂ ਮੈਨੂੰ ਕੀ ਲੋੜ ਪੈਂਦੀ ਸੀ ਦੀਦੀ ਮੇਰੇ ਕਰਕੇ ਤਾਂ ਕਾਹਨੂੰ ਕੁਛ ਹੋਇਆ ਇਹ ਤਾਂ ਤੁਹਾਡੇ ਦਿਲ ਚ ਵਹਿਮ ਆ ਲੈ ਹਲੇ ਮੇਰੇ ਦਿਲ ਚ ਵਹਿਮ ਹੈ ਸਾਰਾ ਕੁਛ ਤਾਂ ਹੋ ਹੀ ਜਾਂਦਾ ਅੱਜ ਕਿੰਨਾ ਕੁਛ ਹੋ ਕੇ ਹਟ ਗਿਆ ਮੇਰੇ ਪੁੱਤ ਦੇ ਛਿੱਤਰ ਮਾਰੇ ਚਲੋ ਬਾਕੀ ਮਰਜ਼ੀ ਆ ਮੈਂ ਤਾਂ ਤੁਹਾਨੂੰ ਸਮਝਾਉਣਾ ਸੀ ਮੈਂ ਤਾਂ ਅੱਡੇ ਬਣਾ ਕੇ ਖਾਇਆ ਕਰੂੰ ਰੋਟੀਆਂ ਹੀ ਨਹੀਂ ਪਤਾ ਤੂੰ ਕੁਛ ਪਾ ਕੇ ਦੇ ਦੇ ਭੈਣੇ ਮੈਨੂੰ ਦੀਦੀ ਐਵੇਂ ਵੀ ਨਹੀਂ ਮੈਂ ਮਾੜੀ ਹੈਗੀ ਨਾਲੇ ਮੈਂ ਤੁਹਾਨੂੰ ਕੁਛ ਪਾ ਕੇ ਮੈਂ ਆਪ ਕਿੱਥੇ ਜਾਊਂਗੀ ਤੇ ਨਾਲੇ ਮੈਨੂੰ ਮੇਰੇ ਮੰਮੀ ਡੈਡੀ ਨੇ ਇਹ ਕੁਛ ਸਿਖਾਇਆ ਨਹੀਂ ਮੇਰੇ ਤਾਂ ਜੋ ਦਿਲ ਚ ਹੁੰਦਾ ਨਾ
ਉਹੀ ਜ਼ਬਾਨ ਤੇ ਹੁੰਦਾ। ਨੀ ਜਾ ਜਾ ਬਾਲੀ ਭੋਲੀ ਜੀ ਨਾ ਬਣ, ਹੋਣਾ ਚੰਗੀ ਤਰ੍ਹਾਂ ਜਾਣਦੀ ਆ ਮੈਂ ਤੇਰੇ ਵਰਗੀਆਂ ਨੂੰ। ਕੋਈ ਨਾ, ਮੈਂ ਤਾਂ ਸਮਝਾਉਣਾ ਫਰਜ਼ ਸੀਗਾ, ਬਾਕੀ ਮਰਜ਼ੀ ਹੈ ਤੁਹਾਡੀ। ਆਹੋ ਤੇ ਮੈਨੂੰ ਸਮਝਾਤਾ ਤੇ ਮੈਂ ਸਮਝਦੀ ਨੀ, ਜਾ ਭੱਗ ਜਾ ਹੁਣਾ, ਬਣਾ ਲੂੰਗੀ ਮੈਂ ਰੋਟੀ। ਦੀਦੀ, ਮੰਮੀ। ਹਾਂ ਪੁੱਤ। ਦੀਦੀ ਕੀ ਹੋਇਆ? ਮੇਰੀ ਗੱਲ ਸੁਣੋ, ਉਹ ਜੱਸੀ ਨੂੰ ਸਮਝਾ ਦੋ ਨਾ ਮਾੜਾ ਮੋਟਾ। ਕੀ ਹੋ ਗਿਆ ਪੁੱਤ? ਹੁਣ ਉਹ ਲੱਗ ਰਹੀ ਆ ਬੈਡ ਰੋਟੀ ਬਣਾਉਣ, ਨਾਲੇ ਚੰਗੀਆਂ ਭਲੀਆਂ ਸਾਰੀ ਰਾਤ ਮੈਂ ਦੁਪਹਿਰ ਦੀ ਰੋਟੀ ਬਣਾ ਕੇ ਰੱਖੀ ਪਈ ਆ। ਹਾਏ ਮੈਂ ਮਰ ਜਾ। ਕਹਿੰਦੀ ਮੈਂ ਤਾਂ ਆਪਦੀ ਰੋਟੀ ਅੱਡੇ ਬਣਾਇਆ ਕਰੂੰਗੀ। ਜੇ ਬਣਾਉਂਦੀ ਬਣਾਈ ਜਾਣਦੇ, ਤੁਸੀਂ ਕੀ ਲੈਣਾ ਉਤੋਂ? ਤੁਸੀਂ ਆਪਦੀ ਪਕਾ ਲਈ ਖਾ ਲਓ। ਦੀਦੀ ਲੈਣਾ ਕਿਉਂ ਨਹੀਂ, ਇਹਦੇ ਚੰਗੇ ਥੋੜੀ ਲੱਗਦੇ ਨੇ, ਲੋਕ ਕੀ ਕਹਿਣਗੇ ਇੱਕ ਘਰ ਚ ਅੱਡੇ ਅੱਡੇ ਰੋਟੀ ਪਕਾਉਂਦੀ ਆ। ਲਵਪ੍ਰੀਤ, ਜ਼ਰੂਰੀ ਆਟਾ ਖਰਾਬ ਕਰਨਾ ਜਦੋਂ ਪੱਕੀਆਂ ਪਈਆਂ ਨੇ ਰੋਟੀਆਂ ਨਾ? ਜਦੋਂ ਮਾਂ ਉਹਦੀ ਨੀਂਦ ਤੇ ਅੱਡ ਹੋਣ ਦੀ ਹੈ, ਉਹ ਚਾਹੁੰਦੀ ਇਹੀ ਹੈ ਮੈਂ ਅੱਡ ਹੋਣਾ। ਅੱਡ ਕਿਵੇਂ ਹੋ ਜੂ ਉਹਦੀ ਇਹ ਹਿੰਮਤ? ਜਿੰਨਾ ਟਾਈਮ ਮੁੰਡਾ ਨਹੀਂ ਹੁੰਦਾ ਮੈਂ ਨੀ ਅੱਡ ਹੋਣ ਦਿੰਦੀ। ਮੈਂ ਤਾਂ ਉਹਦੇ ਤੋਂ ਮਾਫ਼ੀ ਵੀ ਮੰਗ ਲਈ, ਮੈਂ ਕਿਹਾ ਜੀ ਮੇਰੇ ਕਰਕੇ ਤੁਹਾਨੂੰ ਕੋਈ ਤਕਲੀਫ਼ ਹੈਗੀ ਮਾਂ ਮੈਨੂੰ ਮਾਫ਼ ਕਰ ਦਿਓ, ਮੈਥੋਂ ਵੱਡੇ ਹੋਗੇ ਫਿਰ ਵੀ ਸਮਝਦਾਰ ਹੋ। ਪਰ ਨਹੀਂ, ਕਹਿੰਦੀ ਮੈਂ ਨੀ, ਮੈਂ ਤਾਂ ਅੱਡੇ ਪਕਾਉਣੀ ਆ। ਅਸਲੀ ਤਾਂ ਨਾ ਮਈ ਚੰਬਲਾ ਦੀ ਉਹਨੂੰ ਜ਼ਿਆਦਾ ਲੜ ਲੜਾ ਕੇ, ਹੈਂ ਚੰਗੀ ਚੰਗੀ ਕਹੀ ਗਈ ਉਹ ਜ਼ਿਆਦਾ ਚੰਬਲ ਗਈ। ਮੈਨੂੰ ਤਾਂ ਸੱਚੀ ਜਮਾਂ ਚੰਗਾ ਨੀ ਲੱਗ ਰਿਹਾ, ਅੱਡ ਰੋਟੀ ਪਕਾ ਰਹੇ ਨੇ ਉਹ। ਕੋਈ ਗੱਲ ਨੀ, ਕਿੰਨੇ ਕੁ ਦਿਨ ਪਕਾਊਗੀ ਭਾਬੀ? ਇੱਕ ਨੱਦੇ ਦਿਨ ਪਕਾਊਗੀ, ਮੈਨੂੰ ਪਤਾ ਉਹ ਤਾਂ ਇਹੋ ਜਿਹਾ ਕੁਛ ਨੀ ਬਣਦਾ, ਆਪੇ ਪੈ ਜਾਇਆ ਕਰੂਗੀ ਭੁੱਖੀ, ਵੱਡਿਆਂ ਦੀਆਂ ਖਾਇਆ ਕਰੂਗੀ ਉਹ। ਨਾ ਨਾ, ਉਹਨੂੰ ਦਿਨੀਅਤ ਨੇ ਸਰੀ ਆਪੀ ਆ ਜੀ, ਉਹਦੀ ਅਕਲ ਟਿਕਾਣੇ ਨਾ, ਉਹਨੂੰ ਐ ਨੀ ਆਉਂਦਾ ਵੀ ਮੁੰਡੇ ਤੇ ਕੀ ਪ੍ਰਭਾਵ ਪਊਗਾ, ਮੁੰਡੇ ਨੂੰ ਇਹੀ ਸਿਖਾਉਗੇ ਪੱਡ ਹੋਵਾਂਗੇ। ਹੋਰ ਕੀ ਪਤਾ ਮੁੰਡੇ ਨੂੰ ਸਮਝਾਉਣਾ ਤਾਂ ਕੀ ਸੀਗਾ, ਉਹਨਾਂ ਨੂੰ ਕਰ ਕਰਕੇ ਦਿਖਾਉਂਦੇ ਨੇ ਵੀ ਐ ਕੁਛ ਕਰੀਦਾ ਹੁੰਦਾ ਘਰਾਂ ਚ, ਉਹੋ ਜਿਹੇ ਬੱਚੇ ਤੇ ਅਸਰ ਹੁੰਦੇ ਆ ਜਿਹੋ ਜਿਹਾ ਮਾਂ ਪਿਓ ਹੁੰਦਾ। ਭਾਬੀ ਤੂੰ ਟੈਨਸ਼ਨ ਨਾ ਲੈ, ਕੋਈ ਇਹਨਾਂ ਨੂੰ ਖਾ ਲੈਣ ਦੇ ਰੋਟੀਆਂ ਆਪਦੀਆਂ ਅੱਡ ਪਕਾ ਕੇ, ਹਟਾ ਨਾ ਤੂੰ ਉਹਨੂੰ ਬਾਹਰ ਸਿਰ ਤੇ ਚੰਬੜਾਉ ਨਾ। ਮੈਂ ਕਹਾਂ ਉਹਨੂੰ ਚੰਬਲਾਉਣ ਦੀ ਗੱਲ ਨੀ ਲਪ੍ਰੀਤ, ਤੂੰ ਮਾਂ ਕੇਰਾ ਕਹਿ ਕੇ ਦੇਖ ਲੈ ਤੇਰੀ ਮੈਨੂੰ। ਹਾਂ ਮੈਂ ਕਹਿੰਦੀ ਹਾਂ ਅਗਲੇ ਮਿੰਟਾ ਲੱਗਣ ਦੀ ਲੋੜ ਨਹੀਂ। ਨਾ ਨਾ, ਮੈਂ ਤਾਂ ਡੰਡਾ ਖਿੱਚੂਗੀ, ਬਹੁਤ ਚੰਬਲਾ ਦੀ ਗੱਲ ਸੁਣ। ਹਾਂ ਕੱਲ ਨੂੰ ਜੇ ਬਾਹਰ ਕਿਸੇ ਨੂੰ ਪਤਾ ਲੱਗ ਗਿਆ ਕਹਿਣਗੇ ਤਾਂ ਵੀ ਛੋਟੀ ਆਈ ਹੈ, ਜਦੋਂ ਉਦੋਂ ਇਹਨਾਂ ਦੇ ਘਰ ਚ ਇਹੋ ਜਿਹਾ ਕੁਛ ਹੋਇਆ। ਉਹਦੇ ਭਰਾ ਨੇ ਵੀ ਕਹਿਤਾ ਵੀ ਮੈਂ ਨੀ ਲੈ ਕੇ ਜਾਂਦਾ, ਸਿੱਧੀ ਗੱਲ ਨਿਬੇੜ ਗਿਆ। ਹੁਣ ਮੈਂ ਕਰ ਦੇਖ ਲੈ ਜਾ ਕੇ ਜੇ ਮੈਂ ਜਾਨੀ, ਮੈਂ ਕਰਦੀ ਆਂ ਸਿੱਧੀ ਉਹਨੂੰ। ਤੁਹਾਨੂੰ ਨੀ ਪਤਾ ਸਾਰਾ ਇਲਜ਼ਾਮ ਫਿਰ ਛੋਟੀਆਂ ਤੇ ਆਉਂਦਾ ਹੁੰਦਾ ਵੀ ਇਹਨਾਂ ਕਰਕੇ ਘਰ ਚ ਵਿਗਾੜ ਪਿਆਗਾ। ਚੱਲ ਕੋਈ ਨਾ ਭਾਬੀ, ਹੁਣ ਮਾਂ ਗਈ ਤੇ ਹੈਗੀ ਗੱਲ ਕਰਨਾ, ਦੇਖਦੇ ਆ ਕੀ ਬਣਦਾ। ਤੂੰ ਨਾ ਇਹ ਬੋਦੀ ਪਹਿਲੇ ਟੈਨਸ਼ਨ ਨਾ ਲਿਆ ਕਰ, ਕੀ ਨਾ ਤਾਂ ਦੁਪਹਿਰ ਤੋਂ ਬਾਅਦ ਤੂੰ ਆਪ ਆਰਾਮ ਕਰੇ ਨਾ ਕਿਸੇ ਨੂੰ ਕਰਨ ਦੇ ਵੀ, ਜਿਹਨੂੰ ਰੋਟੀ ਦੀ ਭੁੱਖ ਹੋ ਗਈ ਆਪੇ ਬਣਾ ਕੇ ਖਾ ਲੂਗਾ, ਤੂੰ ਆਰਾਮ ਕਰ ਲੈ ਜਾ ਕੇ। ਮੈਨੂੰ ਆਪਦਾ ਨਹੀਂ ਹੈਗਾ ਲੱਪੀ ਤਾਂ, ਮੈਨੂੰ ਟੈਨਸ਼ਨ ਇਹ ਹੈ ਵੀ ਬੇਬੇ ਦੇ ਬਾਪੂ ਨੂੰ ਵੀ ਸਹੀ ਨਹੀਂ ਬੋਲਦੀ ਉਹ, ਬੇਬੇ ਬਾਪੂ ਤੇ ਕੀ ਬੀਤਦੀ ਆ ਵਿਚਾਰਿਆਂ ਦੇ। ਤੁਸੀਂ
ਤੂੰ ਕੱਲੇ ਹੀ ਆ ਗਈ ਵੱਡੀ ਮਹਾਰਾਣੀ ਕੀ ਗੱਲ ਆ ਫਿਰ ਮੈਂ ਤਾਂ ਖਾਂਦੀ ਨਹੀਂ ਮੈਂ ਤਾਂ ਖਾਣੀ ਹੈ ਕਿ ਮੈਂ ਤਾਂ ਅੱਡ ਹੋਊਂਗੀ ਬਈ ਅੱਡ ਕੇ ਤਾਂ ਆਉਂਦੇ ਰੋਟੀ ਮੁੰਡਾ ਤਾਂ ਹੈ ਨਹੀਂ ਇੱਥੇ ਕੱਲੀ ਹੋ ਜਾਊਂਗੀ ਮੇਰਾ ਜਵਾਕ ਹੈਗਾ ਆ ਜਾਊਗਾ ਉਹ ਵੀ ਅੱਛਾ ਜਵਾਕ ਹੈਗਾ ਕੱਲੀ ਹੋ ਜਾਏਗੀ ਬਹਿ ਜਾਓਗੀ ਉਰੇ ਆ ਨਾ ਉਹਨੂੰ ਕੀ ਬੁਲਾਉਂਦੇ ਤੁਸੀਂ ਉਰੇ ਆ ਗੱਲ ਸੁਣ ਬਈ ਇਹ ਵੀ ਤਿਆਰੇ ਬੈਠਾ ਦਾਦਾ ਦਾਦੀ ਨਾਲ ਰਹੇਗਾ ਤਾਂ ਮੰਮੀ ਨਾਲ ਦਾਦਾ ਦਾਦੀ ਚੱਲ ਨੈਣੀ ਸ਼ਾਬਾਸ਼ ਉਰੇ ਆ ਉਰੇ ਆ ਕਮਾਲ ਯਾਰ ਇਹ ਤੇਰੇ ਪਿੱਛੇ ਲੱਗ ਰਹੀਆਂ ਸਾਰਾ ਕੁਛ ਕਰਨਾ ਜੇ ਤੇਰੇ ਛਿੱਤਰ ਲਾਈਆਂ ਤਾਂ ਹੋਈਆਂ ਅੱਡਾ ਇਹਦੇ ਨਾਲ ਹੀ ਫੜ ਗਿਆ ਤੂੰ ਇਹ ਚੱਜ ਦੀ ਮੱਤ ਦੇ ਰਿਹਾ ਕੋਈ ਚਾਚਾ ਦੀ ਗੱਲ ਇਹ ਮੰਮੀ ਚੱਜ ਸੁਣਨੀਆਂ ਤੇਰੇ ਵੀ ਆਈ ਹੋ ਵੱਡੇ ਲੱਛਣ ਨੂੰ ਦੇਖੇ ਹੋਏ ਨੇ ਕਹੇ ਜੋ ਤੁਸੀਂ ਮੇਰੀ ਗੱਲ ਸੁਣ ਲੈ ਨੀ ਤੇਰੇ ਨਾਲ ਵੀ ਆਈ ਹੋ ਵੱਡੇ ਹੋਏ ਜਦੋਂ ਇਹ ਵਿਆਹਿਆ ਗਿਆ ਤੇਰੇ ਨਾਲ ਵੀ ਤੇਰੀ ਨੂੰ ਆਈ ਕਰਿਆ ਕਰੂਗੀ ਨਾ ਉਹ ਬਾਅਦ ਹੀ ਬਾਅਦ ਚ ਦੇਖੀ ਜਾਊਗੀ ਜਵਾਕ ਨੂੰ ਆਏ ਨੀ ਕਹਿੰਦੀ ਵੀ ਕੋਈ ਚੱਜ ਦੀ ਗੱਲ ਸਿਖਾਦਾ ਚੰਬਲੀ ਆ ਜਾਰੇ ਜਵਾਕ ਤੇ ਮੇਰੀ ਕੋਈ ਚੰਬਲੀ ਨਹੀਂ ਹੈਗੀ ਮੰਮੀ ਬਸ ਕਰੋ ਲੜਾਈ ਕਰਨ ਦੀ ਕੋਈ ਲੋੜ ਨਹੀਂ ਰੋਟੀਆਂ ਦਾ ਡੱਬਾ ਭਰਿਆ ਤੇ ਚੁੱਪ ਕਰਕੇ ਰੋਟੀ ਖਾ ਲਵਾਂਗੀ ਹੁਣ ਤਾਂ ਬਣਾ ਲਈ ਨਹੀਂ ਬਸ ਕਰ ਟਿਕ ਜਾ ਨਹੀਂ ਟਿਕ ਜਾ ਕਿਉਂ ਬੋਲ ਰਹੀ ਹੈ ਮੰਮੀ ਨਾ ਕਿੰਨੀ ਦੇਰ ਪਕਾਏਗੀ ਡੇਲੀ ਪਕਾਇਆ ਕਰੂੰਗੀ ਅੱਛਾ ਫਿਰ ਕੰਧ ਵੀ ਕੱਢ ਲਓ ਮਿਸਤਰੀ ਕੱਢ ਲਓ ਮੈਂ ਹੁਣ ਕਿਹਾ ਸੀ ਕੱਢ ਦੋ ਮੈਨੂੰ ਤੁਹਾਡਾ ਕਰ ਦੋ ਫਿਰ ਆਹੀ ਗੱਲ ਕਰਨੀ ਹੈ ਤੂੰ ਉਦੋਂ ਜੀ ਤਾਂ ਹੋਈ ਨਹੀਂ ਹੈਗੀ ਇਹਨਾਂ ਨਾਲ ਤਾਂ ਪ੍ਰੀਤ ਨਾਲ ਸਰੀਕਾ ਹੋ ਗਿਆ ਤੈਨੂੰ ਪ੍ਰੀਤ ਨਾਲ ਕੋਈ ਸਰੀਕਾ ਨਹੀਂ ਹਾਂ ਹੋਰ ਕਿਹਦੇ ਨਾਲ ਹੈ ਮੇਰੇ ਜਵਾਬ ਦੇ ਛਿੱਤਰ ਮਾਰਦੇ ਨੇ ਬਈ ਮੈਂ ਤਾਂ ਹੋਊਂਗੀ ਦੇਖਿਆ ਹਾਂ ਆਏ ਆ ਜੱਸੀ ਮੇਰੀ ਗੱਲ ਸੁਣ ਲੈ ਕੱਲਾ ਕੱਲਾ ਹੁੰਦਾ ਦੋ ਦੋ ਹੁੰਦੇ ਨੇ ਉਹ ਤੇਰੇ ਨਾਲ ਖੜੀ ਹੈ ਕਿਸੇ ਦੇ ਹੋਏ ਨਹੀਂ ਤੈਨੂੰ ਕੁਛ ਕਹਿ ਜੂ ਜੇ ਕੱਲਾ ਹੁੰਦਾ ਨਾ ਉਹਦੀ ਅਗਲਾ ਦਾਤ ਕਰ ਲੈਂਦਾ ਸੌ ਚੁਗਲੀ ਕਰਦਾ ਤੇਰੇ ਨਾਲ ਕੋਈ ਨਹੀਂ ਵਰਤਦਾ ਜਿਹੜੀ ਹੋਣਗੇ ਨਾ ਉਹਨਾਂ ਨਾਲ ਵਰਤਣਗੇ ਵੰਡੀ ਵੀ ਵਰਤ ਜਾਣ ਬਈ ਕੋਈ ਤਾਂ ਮਰਜ਼ੀ ਨਾਲ ਵਰਤ ਤੇਰੇ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਨਾ ਆਵੇ ਨਾ ਮੈਂ ਆਵਾਂ ਤੇਰੇ ਜਦੋਂ 5 ਸਾਲ ਕੱਟ ਲੈ ਬਦਨਾਮੀ ਨਾਲ ਹੈ ਕਿਉਂ ਬੁਰੇ ਮੂੰਹ ਕਹਾਉਣੀ ਆ ਚੱਲ ਮਾਂ ਤੂੰ ਅੰਦਰ ਚੱਲ ਕੋਈ ਨਾ ਹੁਣ ਇਹ ਵੀ ਉਹਨਾਂ ਨਾਲ ਰਲ ਗਈ ਸਾਰੀ ਰਲ ਗਏ ਬਸ ਤੂੰ ਗੱਲੀਏ ਰਹਿ ਦੇਖਦਾ ਕਿੰਨੇ ਦਿਨ ਖਾਣੀ ਹੈ ਪਕਾ ਕੇ ਰੋਟੀਆਂ ਚੰਗਾ ਰੋਟੀ ਵੀ ਨਹੀਂ ਪਕਾਉਣ ਦਿੰਦੀ ਹੈਗੀ ਆ ਗਈ ਚੜ ਕੇ ਉਧਰ ਉਹ ਆ ਜਾਂਦੀ ਹੈ ਜਿਹੜੀ ਆ ਰਹੀ ਹੈਗੀ ਜੇ ਉਹਦੀ ਬੇਇੱਜ਼ਤੀ ਨਾ ਕਰਦੇ ਤੇ ਟਿਕਾਣੇ ਤੇ ਨਹੀਂ ਸੀ ਆਉਂਦੇ ਕੀ ਹੋਏ ਮੰਮੀ ਕੀ ਕਹਿੰਦੇ ਹੋ ਹਟ ਗਈ ਰੋਟੀ ਪਕਾਉਣੋਂ ਹਟ ਗਈ ਮੇਰੇ ਤਾਂ ਕਰੀ ਆ ਜਿਹੜੀ ਕਰੀ ਆ ਉਹਨੇ ਤਾਂ ਹੁਣ ਇੱਕ ਚੀਜ਼ ਤਾਂ ਰੱਖੀ ਆ ਅੱਡ ਹੋਣੇ ਅਗਲੀ ਨੇ ਅੱਡ ਕੀ ਹੋ ਗਿਆ ਹੁਣ ਕਹਿੰਦੇ ਮੈਂ ਅੱਡ ਹੋਣਾ ਰੋਟੀ ਨਾਲ ਅੱਡ ਪਕਾਈ ਜਾਂਦੀ ਸੀ ਉਹ ਸੌਣ ਲੱਗੇ ਮਸਾਂ ਦੁਪਹਿਰੇ ਇੱਕ ਟਾਈਮ ਅੱਖ ਲੱਗਦੀ ਆ ਲੱਗਣ ਦਿੰਦੇ ਇਹ ਪੁੱਤਾਂ ਇਹਦਾ ਕਰਗੇ ਤਾਂ ਕਰਗੇ ਕੀ ਉਹ ਮੁੰਡੇ ਨਾਲ ਗੱਲ ਕਰ ਲੈਂਦਾ ਵੀ ਤੁਹਾਡੇ ਹੁਣ ਨੂੰ ਫਿਰਦੀ ਜਿਹੜਾ ਮਰਜ਼ੀ ਕਰੋ ਮੈਨੂੰ ਛੱਡਿਓ ਮੇਰੇ ਸੌਰੀ ਮੈਂ ਇੱਥੇ ਨਹੀਂ ਰਹਿਣਾ ਹੁਣ ਆਖਰੀ ਛੱਡਿਓ ਤੈਨੂੰ ਆ ਦੇਖ ਲੈ ਉਹਦੀ ਕਹਿ ਤਾਂ ਛੱਡਿਓਗਾ ਐ ਨਹੀਂ ਕਹਿੰਦਾ ਵੀ ਚੱਲ ਪੈਣੇ ਕੋਈ ਨਾ ਤੂੰ ਤਾਂ ਰਹਿ ਜਾ
ਹੱਲ ਵੀ ਕਰ ਲੋ ਕੋਈ ਯਾਰ ਹੁਣ ਕੀ ਕਰੀਏ ਫਿਰ ਮੈਨੂੰ ਐਂ ਦੱਸੋ ਵੀ ਹੁਣ ਇਹਦਾ ਹੱਲ ਤੇ ਇਹੀ ਹੈ ਬਾਈ ਨੂੰ ਬੁਲਾ ਲੋ ਵੱਡੇ ਨੂੰ ਬਾਈ ਉਹ ਤਾਂ ਉਹ ਵਿਚਾਰੇ ਏਡੀ ਦੂਰ ਕਿਵੇਂ ਕੰਮ ਛੱਡ ਕੇ ਆਉਂਦਾ ਸੀ ਉਹ ਤਾਂ ਨਹੀਂ ਆ ਸਕਦਾ ਇਸੇ ਨੂੰ ਪੇਕੇ ਭੇਜ ਦੋ ਜਾਂ ਤਾਂ ਪੇਕੇ ਭੇਜ ਦੋ ਜਲੂਸ ਕਢਾਉਣ ਨੂੰ ਵੀ ਮੁੜ ਕੇ ਆਵੇ ਨਾ ਜਿਹੜੀ ਨਾ ਹੋਰ ਫਿਰ ਹੁਣ ਚਾਰ ਗੱਲਾਂ ਕਰੂਗਾ ਕਿ ਮੈਂ ਇਹ ਨਹੀਂ ਮੈਂ ਇਹ ਨਹੀਂ ਤੇ ਮੇਰੀ ਗੈਰ ਹਜੇ ਚ ਭੇਜਤੀ ਕਿ ਉਹ ਕੁਦ ਨਹੀਂ ਤੇਰੀ ਇਹ ਪੱਟੂਗਾ ਜਵਾਕ ਜਾਂਦਾ ਕਹਿੰਦਾ ਮੈਂ ਤਾਂ ਜਾਂਦਾ ਨਹੀਂ ਤੇਰੇ ਨਾਲ ਉਹ ਤਾਂ ਕਹਿੰਦਾ ਮੈਂ ਤਾਂ ਰੋਟੀ ਨਹੀਂ ਖਾਂਦਾ ਉਹਦਾ ਜਵਾਕ ਹੈ ਉਹ ਤਾਂ ਕੁਛ ਕਿੱਧਰ ਮਰਜ਼ੀ ਉਹੀ ਗੱਲ ਲਾ ਲਈ ਉਹ ਤਾਂ ਆਪਣਾ ਮੂੰਹ ਕਰਦਾ ਮੰਮੀ ਬਹੁਤ ਮੂੰਹ ਕਰਦਾ ਆਪਣਾ ਫਿਰ ਹੁਣ ਤੁਸੀਂ ਸੋਚੋ ਭਾਈ ਕੀ ਕਰਨਾ ਗਾ ਮੇਰਾ ਤਾਂ ਦਿਮਾਗ ਕੰਮ ਕਰਨੋਂ ਹਟ ਗਿਆ ਉਹੀ ਜੇ ਨਾ ਉਹੀ ਜੇ ਹਿੰਡ ਜੀ ਕਰੀ ਬੈਠੀ ਹੈ ਬਿਨਾ ਗੱਲ ਤੋਂ ਮੈਨੂੰ ਤਾਂ ਸਮਝ ਆ ਜਾਂਦੀ ਜਦੋਂ ਦਾ ਮੇਰਾ ਵਿਆਹ ਹੋਇਆ ਨਾ ਉਦੋਂ ਦੇ ਦੀਦੀ ਐਵੇਂ ਇਹਦੇ ਸਰੀਕਾ ਕਰੀ ਜਾਂਦੀ ਆ ਹੁਣ ਮੈਂ ਤਾਂ ਕਹਿਤਾ ਵੀ ਤੂੰ 5 ਸਾਲ ਕਦੇ ਕਦੇ ਤਾਂ ਮੈਨੂੰ ਵੀ ਇਹ ਲੱਗਦਾ ਵੀ ਮੈਂ ਕਿਉਂ ਵਿਆਹ ਕਰਵਾ ਲਿਆ ਸਰੀਕਾ ਤਾਂ ਕੋਈ ਵੀ ਆਉਂਦੀ ਭਾਬੀ ਤੇਰੀ ਥਾਂ ਤੇ ਉਹ ਤਾਂ ਹਰੇਕ ਨਾਲ ਹੀ ਕਰਨਾ ਸੀ ਉਹਨੇ ਤਾਂ ਐਵੇਂ ਬਥੇਰੀ ਸਮਝਾਈ ਆ ਸਮਝਦੀ ਨੀ ਵੀ ਇਕੱਲਾ ਇਕੱਲਾ ਹੁੰਦਾ ਦੋ ਦੋ ਹੁੰਦੇ ਨੇ ਮੈਂ ਤਾਂ ਕਹਿੰਦੀ ਆ 2-4 ਦਿਨ ਰੋਟੀ ਅੱਡ ਪਕਾਊਗੀ ਪਕਾ ਲੈਣ ਦੋ ਅਸੀਂ ਜਿਹਨੂੰ ਪਤਾ ਲੱਗ ਜਾਂਦਾ ਹੁੰਦਾ ਕੱਲੀ ਰੋਟੀ ਨੀ ਫਿਰ ਆਪਦੇ ਕੱਪੜੇ ਵੀ ਅੱਡ ਧੋਵੇ ਉਹ ਜਿਹੜੇ ਕਮਰੇ ਚ ਰਹਿੰਦੀ ਆ ਉਹਦੀ ਸਫਾਈ ਵੀ ਅੱਡ ਕਰੇ ਹਲੇ ਮੈਨੂੰ ਕਹਿੰਦੀ ਕੰਧ ਖੜਾ ਕਰ ਦੋ ਕਹਿੰਦੀ ਮੈਂ ਤਾਂ ਇਹੀ ਚਾਹੁੰਦੀ ਆ ਕੰਧ ਕੱਢੋ ਲੈ ਨਾ ਤੈਨੂੰ ਤਾਂ ਕਿਤੇ ਹੋਰ ਹੀ ਨਾ ਕੰਧਾ ਕੱਢਦੀ ਤਾਂ ਕਰਨੂੰ ਕੁਝ ਹੋਰ ਕਹੇਗੀ ਨਾਲੇ ਜੇ ਬਾਈ ਹੁੰਦਾ ਨਾ ਦੋ ਗੁੱਤਰੀ ਚ ਲਾਉਂਦਾ ਇਹਦੇ ਫਿਰ ਲੱਗਦਾ ਇਹਨੂੰ ਪਤਾ ਉਹ ਜੇ ਉਹ ਹੁੰਦਾ ਉਹਦੇ ਸਾਹਮਣੇ ਤਾਂ ਕੋਈ ਵੀ ਨਹੀਂ ਸਾਹ ਕੱਢਦਾ ਹਾਂ ਉਹਨੇ ਦਾ ਸੁਭਾਅ ਤਾਂ ਵਿਚਾਰੇ ਦਾ ਇੰਨਾ ਵਧੀਆ ਇੰਨਾ ਭੋਲ ਹੈਗਾ ਉਹ ਚੱਲ ਹੁਣ ਤੁਸੀਂ ਦੱਸੋ ਹੁਣ ਕਰਨਾ ਤਾਂ ਕਰਨਾ ਕੀ ਆ ਕਰਨ ਨੂੰ ਬੇਬੇ ਕੀ ਕਰਨਾ ਜਿਵੇਂ ਚੱਲਦਾ ਫਿਰ ਚੱਲੀ ਜਾਣ ਦੇ ਹੋਰ ਦੱਸ ਲਾ ਪ੍ਰੀਤ ਤੂੰ ਤਾਂ ਛਿੱਤਰ ਵੀ ਨਹੀਂ ਨਾਲੇ ਤੂੰ ਬਾਲਾ ਇਹ ਜੇ ਨਾ ਕਰਿਆ ਕਰ ਤੇਰੇ ਮਾਰੂ ਮੈਂ ਹੋਰ ਫਿਰ ਗੁੱਸੇ ਚ ਕੀ ਕਰਾਂ ਗੁੱਸੇ ਚ ਕੀ ਕਰਾਂ ਮੈਂ ਉਰੇ ਆਪਣੇ ਜਲੂਸ ਨਿਕਲੂਗਾ ਕੋਈ ਫਾਇਦਾ ਨਹੀਂ ਹੈਗਾ ਲੜਾਈ ਵਧਾਉਣ ਦਾ ਗੱਲ ਉੱਥੇ ਖਤਮ ਕਰਤੀ ਬਸ ਜਿੱਥੇ ਸ਼ੁਰੂ ਹੈ ਚੱਲ ਠੀਕ ਹੈ ਫਿਰ ਪਕਾਉਂਦੀ ਆ ਪਕਾਈ ਜਾਣ ਦੇ ਚੁੱਪ ਕਰ ਜਾ ਪ੍ਰੀਤ ਤੂੰ ਕੁਛ ਨਾ ਬੋਲੀ ਉਹਨੂੰ ਮੈਂ ਤਾਂ ਪਹਿਲਾਂ ਵੀ ਨਹੀਂ ਬੋਲੀ ਮੰਮੀ ਕਿੰਨਾ ਕੁ ਬੋਲੀ ਸੀ ਭਾਬੀ ਨੇ ਰੋਟੀ ਪਕਾ ਰੱਖੀ ਆ ਸੱਸ ਨੂੰ ਖਾ ਨਾਲੇ ਤੈਨੂੰ ਫੜਾ ਦੋ ਇਸ਼ੂ ਨੂੰ ਨਾਲੇ ਭਾਪੇ ਨੂੰ ਰੋਟੀ ਫੜਾ ਦੋ ਆਪ ਖਾ ਲਓ ਨਾਲੇ ਉਹ ਜਵਾਬ ਜਾਂ ਵੀ ਇੱਥੇ ਬੈਠੇ ਆਹ ਨਾਲੇ ਉਹਨੂੰ ਖਵਾ ਦੋ ਆ ਚੱਲ ਗਿਆ ਹੁਣ ਤਾਂ ਆਪਦੀ ਦੋਏ ਲਾਈਆਂ ਨੇ ਰਕਾਨ ਨੇ ਮੁੰਡੇ ਨੂੰ ਪਤਾ ਨਹੀਂ ਕੀ ਚੱਕਰ ਹੈ ਰੋਜ਼ ਦੁਪਹਿਰ ਦੀ ਰੋਟੀ ਹੁੰਦੀ ਹੈ ਨਾ ਜਦੋਂ ਰੋਜ਼ ਦੁਪਹਿਰ ਦੀ ਰੋਟੀ ਮੇਰੇ ਕੰਜਰ ਕਲੇਸ਼ ਹੁੰਦਾ ਆ ਜਾ ਕਰਕੇ ਤੁਸੀਂ ਦੁਪਹਿਰ ਨਾ ਬਿੱਟ ਪਤਾ ਨਹੀਂ ਕਿਉਂ ਬਿੜਦੀ ਹੋ ਤੜਕੀ ਪਕਾ ਕੇ ਧਰ ਦੋ ਦੁਪਹਿਰੇ ਦਿੱਤੀਆਂ ਕਰ ਕਰ ਖਾ ਲਓ ਡੈਡੀ ਕਰਕੇ ਪਕਾਉਂਦੀ ਹੁੰਦੀ ਸੀ ਡੈਡੀ ਤਾਂ ਤੈਨੂੰ ਪਤਾ ਇਹੀ ਗੱਲ ਡੈਡੀ ਵੀ ਵਿਆਹ ਤੋਂ ਇਹਨਾਂ ਦੇ ਵਿਆਹ ਤੁਹਾਡੇ ਵਿਆਹ ਤੋਂ ਬਾਅਦ ਹੀ ਲੱਗਿਆ ਨਖਰੇ ਕਰਨ ਜਦੋਂ ਮੈਂ ਕੁਆਰੀ ਹੁੰਦੀ ਸੀ ਉਦੋਂ ਤਾਂ ਤੱਤੀਆਂ ਕਰ ਕਰ ਖਾ ਲੈਂਦੀ ਨਖਰੇ ਕਰਨੀ ਦੀਦੀ ਹਾਂ ਮੂਰੀ ਨਖਰੇ ਜਾੜ ਦੁਖਦੀ ਡੈਡੀ ਦੀ ਫਿਰ ਮੈਂ ਸਾਲ ਲੱਗਦੇ ਹੱਥ ਸਾਰੇ ਨੇ ਪਕਾ ਦਿੰਦੀ ਹਾਂ ਮਾਂ ਚੱਲ ਕਿਉਂ ਕੋਲ ਕਰਨੀ ਆ ਚੱਲ ਕੋਈ ਨਾ ਤੂੰ ਕਰੂੰ ਟੈਨਸ਼ਨ ਲਈ ਯਾਰ ਲੱਪੀ 2 ਦਿਨ ਹੋ ਗਏ ਓਹ ਟੈਨਸ਼ਨ ਤਾਂ ਹੁੰਦੀ ਹੈ ਉਰੇ ਮੈਨੂੰ ਉੱਥੇ ਬੈਠੀ ਨੂੰ ਟੈਨਸ਼ਨ ਰਹੂਗੀ ਹੁਣ ਤੁਹਾਡਾ ਲੜਾਈ ਝਗੜਾ ਮੁੱਕੂਗਾ ਪਤਾ ਨਹੀਂ ਨਾ ਚੱਲ ਕੋਈ ਹੋਰ ਕੀ ਖਾਂਗੀ ਅੱਜ ਤੁਸੀਂ ਬੱਲ ਲੈ ਬਸ ਬਥੇਰੇ ਖਵਾਤੇ ਉਹਨੇ ਮੈਨੂੰ ਪੀਜੇ ਚੱਲ ਮੈਂ ਰੋਟੀ ਲਿਆਉਣੀ ਆ ਆਹੋ ਤੂੰ ਕੋਕ ਪਿਆ ਦੀ ਉਹਦੇ ਵਾਲਾ ਖਵਾਇਆ ਹੈ ਵੀ ਜਾਜ ਮੋਜੂ ਮੇਰੇ ਉਹ ਬਾਈ ਗੱਲ ਐ ਨਹੀਂ ਹੈਗੀ ਆ ਸਰਜਣਾ ਜੀ ਕਹਿੰਦੇ ਆ ਫਿਰ ਗੱਲ ਦੂਰ ਬਾਈ ਜਾਂਦੀ ਐ ਘਾਟਾ ਮਾਂ ਚ ਵੀ ਨੇ ਘਾਟਾ ਤਾਂ ਤੁਹਾਡੇ ਸਾਰੇ ਡੱਬਰ ਚ ਨੇ ਬਾਈ ਇੱਕ ਤੋਂ ਇੱਕ ਚੜਦਾ ਜੇ ਇੱਕ ਜਣਾ ਬੋਲੇ ਦੂਜੇ ਤੇ ਚੁੱਪ ਕਰ ਜਾ ਘੱਟੋ ਘੱਟ ਲੜਾਈ ਚ ਤਾਂ ਇਹ ਲੜਦੇ ਨੇ ਜਿਵੇਂ ਹਾਂ ਮੈਂ ਤੁਹਾਡਾ ਤਾਂ ਗਾ ਕੇ ਸੁਣਾਉਂਦੀ ਹੀ ਨਹੀਂ ਚੁੱਪ ਹੀ ਰਹਿਣੇ ਯਾਰ ਲਾਪਰੀ ਤਾਂ ਹੋਰ ਕਿੰਨਾ ਚੁੱਪ ਰਹੀ ਹੈ ਜਦੋਂ ਸਾਰਾ ਸਿਰ ਦੇ ਉੱਤੋਂ ਦੀ ਪਾਣੀ ਲੰਘ ਜਾਂਦਾ ਫਿਰ ਬੋਲਦੇ ਆ ਬਈ ਪਾਣੀ ਤਾਂ ਹੁਣ ਲੰਘ ਗਿਆ ਬਈ ਇਦੋਂ ਬਾਅਦ ਹੁਣ ਮੁੜ ਕੇ ਥੋੜੀ ਆਉਂਦਾ ਪੁਲਾ ਹੇਠਾਂ ਦੀ ਲੰਘੇ ਹੋਏ ਪਾਣੀ ਮੁੜ ਕੇ ਥੋੜੀ ਆਉਂਦੇ ਹੁੰਦੇ ਨੇ ਫਿਰ ਹੁਣ ਜੇ ਉਹਨੂੰ ਉੱਥੇ ਬੈਠੇ ਨੂੰ ਦੱਸਦੇ ਆ ਅਗਲੇ ਨੂੰ ਸੋਚ ਲੱਗ ਜਾਂਦੀ ਹੈ
ਉਹਨੂੰ ਤਾਂ ਚੱਲ ਕਾਹਦੇ ਵਾਸਤੇ ਦੱਸਣਾ ਹੈ ਬਾਈ ਨੂੰ ਤਾਂ ਦੇਖ ਲਓ ਕਿਵੇਂ ਕਰਦੀ ਹੈ ਤੂੰ ਜਾ ਕੇ ਪਵਾ ਕੇ ਰੋਟੀ ਖਾ ਲੈ ਬਾਈ ਤੂੰ ਨੀ ਖਾਂਦੀ ਰੋਟੀ ਆਪਾਂ ਤਾਂ ਭੁੱਖ ਨਹੀਂ ਹੈਗੀ ਹਾਏ ਪੇਕੇ ਜਾਵਾਂਗੇ ਮਹਾਂ ਦੋ ਦਿਨ ਆਰਾਮ ਕਰਾਂਗੇ ਕਰਾਤਾ ਆਰਾਮ ਦੀਦੀ ਹੱਥਾਂ ਨਾਲ ਕਾਹਨੂੰ ਧੋਈ ਜਾਂਦੇ ਇੰਨੀ ਗਰਮੀ ਚ ਉਹ ਮਸ਼ੀਨ ਪਈ ਆ ਮਸ਼ੀਨ ਚ ਪਾ ਲਓ ਕੱਪੜੇ ਲੈ ਰੱਬ ਨੇ ਮੈਨੂੰ ਹੱਥ ਨਹੀਂ ਦਿੱਤੇ ਮਸ਼ੀਨ ਚ ਧੋਊਂਗੀ ਹੱਥਾਂ ਨਾਲ ਧੋ ਲੂੰਗੀ ਓਹੋ ਮੈਂ ਥੋੜੀ ਦੇਰੀ ਆ ਗਿਆ ਉਹ ਤਾਂ ਮੰਗਵਾ ਲੂੰਗੀ ਮਸ਼ੀਨ ਆਪਦੀ ਅੱਡ ਤੁਸੀਂ ਤਾਂ ਨਾ ਹਰੇਕ ਗੱਲ ਦਾ ਮੇਰਾ ਪੁੱਠਾ ਮਤਲਬ ਕਰਦੇ ਹੋ ਮੈਂ ਤਾਂ ਕਹਿੰਦੀ ਹਾਂ ਧੁੱਪ ਤਾਂ ਦੇਖੋ ਬਾਹਰ ਕਿੰਨੀ ਹੈ ਮੈਂ ਬਿਮਾਰ ਹੋ ਜਾਊਂਗੀ ਕੋਈ ਨਾ ਉੱਧਰ ਧੁੱਪ ਹੈ ਇੱਥੇ ਤਾਂ ਧੁੱਪ ਹੈਗੀ ਸ਼ੌ ਆ ਰਹੀ ਹੈ ਇੱਥੇ ਤਾਂ ਸੇਕ ਤਾਂ ਦੀਦੀ ਹੁੰਦਾ ਹੀ ਆ ਕੋਈ ਨਾ ਕਿੱਧਰ ਨਹੀਂ ਸੇਕ ਆਉਂਦਾ ਹੁਣ ਤੈਨੂੰ ਜ਼ਿਆਦਾ ਸਲੱਗਾ ਮਾਰ ਗਿਆ ਮੇਰਾ ਤੁਸੀਂ ਤੁਸੀਂ ਕਿਸੇ ਨੇ ਕੁਛ ਕਿਹਾ ਤੁਸੀਂ ਬਿਨਾ ਗੱਲੋਂ ਵੀ ਜਿੱਦੀ ਜਾਂਦੇ ਹੋ ਇੰਨੇ ਸ਼ਰੀਕੇਬਾਜ਼ੀ ਨੀ ਕਰੀ ਦੀ ਹੁੰਦੇ ਇੱਕ ਘਰ ਚ ਰਹਿ ਕੇ ਤੈਨੂੰ ਦੱਸ ਮੈਂ ਤੈਨੂੰ ਹੁਣ ਬੁਲਾਇਆ ਸੀ ਮੈਂ ਤੈਨੂੰ ਸੱਦਿਆ ਸੀ ਮੈਨੂੰ ਕਹਿ ਕੇ ਜਾ ਤੂੰ ਮੈਨੂੰ ਆਰਡਰ ਦੇ ਕੇ ਜਾ ਮਸ਼ੀਨ ਚ ਧੋ ਲੈ ਮੈਂ ਤਾਂ ਵਾਸ਼ਰੂਮ ਜਾਂਦੀ ਸੀ ਮੈਂ ਤਾਂ ਅਚਾਨਕ ਤੁਹਾਨੂੰ ਵੇਖਿਆ ਬਸ ਫਿਰ ਮੇਰੀ ਗੱਲ ਚ ਬੋਲਿਆ ਨਾ ਕਰ ਪੈਣ ਬਣ ਕੇ ਮੈਂ ਚਾਹੇ ਕੁਛ ਮਰਜ਼ੀ ਕਰਾਂ ਕੱਪੜੇ ਮੈਂ ਤਾਂ ਹੱਥ ਨਾਲ ਧੋ ਲੂੰਗੀ ਜੇ ਮੈਨੂੰ ਤੁਹਾਡਾ ਮੋਹ ਆਉਂਦਾ ਤੁਹਾਡੇ ਤਰਸ ਆਉਂਦਾ ਮੈਂ ਤਾਂ ਹੀ ਕਹਿੰਦੀ ਹਾਂ ਨੀ ਮੈਨੂੰ ਕੀ ਲੋੜ ਸੀ ਕਹਿਣ ਦੀ ਅੱਛਾ ਲੈ ਤੈਨੂੰ ਵੀ ਮੋਹ ਆਉਂਦਾ ਮੇਰਾ ਲੈ ਦੀਦੀ ਆਉਂਦਾ ਹੀ ਹੈ ਮੋਹ ਜੇ ਆਉਂਦਾ ਮੈਂ ਤਾਂ ਹੀ ਕਹਿ ਰਹੀ ਹਾਂ ਨਾਲੇ ਮੈਂ ਕਿਹੜਾ ਬੰਦਾ ਨੀ ਵੀ ਮੈਨੂੰ ਮੋਹ ਨਹੀਂ ਆਉਂਦਾ ਮੇਰੇ ਤਾਂ ਤਰਸ ਤੁਰਸ ਕਰਨ ਦੀ ਕੋਈ ਲੋੜ ਨੀ ਆਪਦਾ ਕੰਮ ਕਰ ਲੈ ਜਾ ਕੇ ਜਿਹੜਾ ਕਰਨ ਆਈ ਸੀ ਨਾਲੇ ਮੈਂ ਨੀ ਮੇਹਣੇ ਮੂਹਣੇ ਵਾਲੇ ਚੱਲਦੀ ਹੁੰਦੀ ਬਾਬਰੋ ਸਰਾਈ ਜਾਂਦੀ ਹਾਂ ਫਿਰ ਮੈਨੂੰ ਵੀ ਹਾਂ ਆਹ ਕਰਦੀ ਆਹ ਕਰਦੀ ਹੈਗੀ ਕੋਈ ਨੀ ਸੁਣਾਉਂਦਾ ਤੁਹਾਨੂੰ ਅੱਜ ਤੱਕ ਸੁਣਾਇਆ ਕਿਸੇ ਨੇ ਤੇ ਮੇਰੀ ਗੱਲ ਐ ਸੁਣੋ ਤੁਸੀਂ ਤੁਸੀਂ ਸਮਝਦਾਰੀ ਤੋਂ ਕੰਮ ਕਿਉਂ ਨਹੀਂ ਲੈਂਦੇ ਜੇ ਕਿਸੇ ਨੂੰ ਬਾਹਰ ਪਤਾ ਲੱਗ ਗਿਆ ਵੀ ਆਪਾਂ ਇੱਕ ਘਰ ਚ ਅੱਡ ਹੋਈਆਂ ਬੈਠੇ ਆ ਕੀ ਮੰਮੀ ਡੈਡੀ ਦੀ ਇੱਜ਼ਤ ਰਹਿ ਜੂਗੀ ਅੱਛਾ ਸਾਨੂੰ ਜ਼ਿਆਦਾ ਹੁਣ ਇੱਜ਼ਤ ਦਾ ਖਿਆਲ ਹੋ ਗਿਆ ਮੈਨੂੰ ਨੀ ਪਤਾ ਹੈਗਾ ਬੰਨੇ ਹੱਥ ਪ੍ਰੀਤ ਆਪਦਾ ਕੰਮ ਕਰ ਲੈ ਜਾ ਕੇ ਮੈਂ ਆਪਦਾ ਕਰੀ ਜਾਂਦੀ ਹਾਂ ਨਾ ਮੈਂ ਸਾਨੂੰ ਛੇੜਦੀ ਹਾਂ ਬੁਲਾਉਂਦੀ ਹਾਂ ਮੈਂ ਸਾਨੂੰ ਪਰ ਮੈਨੂੰ ਨੀ ਨਾ ਚੰਗਾ ਲੱਗਦਾ ਹੈਗਾ ਇੱਕ ਘਰ ਚ ਰਹਿ ਕੇ ਬਈ ਨਾ ਲੱਗੇ ਚੰਗਾ ਤੈਨੂੰ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਮੇਰਾ ਕਰਿਆ ਹੋਇਆ ਓਹੋ ਸਾਰੇ ਮੇਰੇ ਬਾਅਦ ਪੈ ਜਾਂਦੇ ਹੋ ਤੁਸੀਂ ਮੇਰੀ ਗੱਲ ਨੂੰ ਪੁੱਠੇ ਕਿਉਂ ਲਿਜਾਉਂਦੇ ਹੋ ਹਰੇਕ ਵਾਰੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰਾ ਦਿਮਾਗ ਅੱਲਿਆ ਹੋਇਆ ਬਈ ਮੈਂ ਤਾਂ ਪੁੱਠੀ ਲੈ ਕੇ ਜਾਂਦੀ ਹਾਂ ਤੁਹਾਡੀ ਗੱਲ ਨੂੰ ਨਾਲੇ ਮੈਂ ਕਦੇ ਵੀ ਤੁਹਾਡੇ ਬਾਰੇ ਨਾ ਬੁਰਾ ਨਹੀਂ ਸੋਚਿਆ ਹੈਗਾ ਮੈਂ ਹਮੇਸ਼ਾ ਤੁਹਾਨੂੰ ਆਪਦੀ ਵੱਡੀ ਭੈਣ ਸਮਝਿਆ ਜਬ ਆ ਗਿਆ ਤੋ ਲਾਂਦੇ ਮੈਨੂੰ ਕੱਪੜੇ ਚਾਰ ਆ ਕਿ ਦਿਮਾਗ ਖਾਈ ਜਾਂਦੀ ਹੈ ਖੜੀ ਮਰਜ਼ੀ ਹੈ ਤੁਹਾਡੀ ਕਰਨ ਵੀ ਨਹੀਂ ਦਿੰਦੇ ਹੈਗੇ ਜੇ ਕਰਦੀ ਆ ਪਹਿਲਾਂ ਰੋਟੀ ਲਾਉਣ ਲੱਗੇ ਉਦੋਂ ਆ ਕੇ ਚੜ ਕੇ ਕੀ ਹੋ ਗਿਆ ਆਏ ਜੇ ਮੂੰਹ ਨਾ ਰੱਖਿਆ ਕੁਛ ਨੀ ਯਾਰ ਪੱਖਾ ਕਹਿੰਦਾ ਬੰਦ ਕਰਤਾ ਫਰੀਦ ਮੱਖੀਆਂ ਆਈ ਜਾਂਦੀਆਂ ਨੇ ਯਾਰ ਇੰਨੀ ਤਾਂ ਠੰਡ ਹੋਈ ਪਈ ਹੈ ਕੂਲਿੰਗ ਦੇਖੀ ਕਿੰਨੀ ਕਰਕੇ ਤੁਸੀਂ ਅੰਦਰ ਉਹ ਦੇਖ ਰਾਤ ਇੰਡੀਆ ਮੈਚ ਜਿੱਤ ਗਈ ਪਾਕਿਸਤਾਨ ਤੋਂ ਤੁਹਾਨੂੰ ਤਾਂ ਮੈਚ ਦੀ ਹੋਈ ਪਈ ਆ ਘਰੇ ਜਿਹੜੇ ਮੈਚ ਚੱਲਦਾ ਉਹ ਘਰੇ ਤਾਂ ਚੱਲਦੀ ਰਹਿੰਦੇ ਨੇ ਸਿਆਪੇ ਹੁਣ ਕੀ ਹੋ ਗਿਆ ਹੁਣ ਲੱਗ ਰਿਹਾ ਹੱਥਾਂ ਨਾਲ ਕੱਪੜੇ ਧੋਣ ਵੀ ਜਦੋਂ ਚੰਗੀ ਪਹਿਲੀ ਮਸ਼ੀਨ ਹੈਗੀ ਹੈ ਫਿਰ ਉਹਨੂੰ ਕੀ ਲੋੜ ਹੈ ਗਰਮੀ ਚ ਹੱਥਾਂ ਨਾਲ ਕੱਪੜੇ ਧੋਣ ਦੀ ਫਿਰ ਤੂੰ ਕਹਿ ਲੈਂਦੀ ਕਿਹਾ ਸੀਗਾ ਮੈਂ ਮੈਨੂੰ ਕਹਿੰਦੀ ਕੋਈ ਲੋੜ ਨੀ ਹੈਗੀ ਮੇਰੇ ਤੇ ਤਰਸ ਕਰਨ ਦੀ
ਉਹਦਾ ਪੁੱਠੀ ਇਹ ਦੱਸਦੀ ਹੈ, ਜਿੰਨਾ ਮਰਜ਼ੀ ਸਮਝਾ ਲਾ ਉਹਨੂੰ ਤਾਂ ਸਾਰਾ ਦਿਨ ਬਸ ਪੁੱਠੀਆਂ ਗੱਲਾਂ ਕਰਨੀਆਂ ਨੇ ਉਹਨੇ, ਪੁੱਠੀਆਂ ਨਹੀਂ ਕਰਨੀਆਂ। ਮੈਂ ਉਹਨੂੰ ਕਦੇ ਬਗਾਨੀ ਨਹੀਂ ਸਮਝਿਆ, ਮੈਨੂੰ ਹਮੇਸ਼ਾ ਉਹਦੀ ਵੱਡੀ ਭੈਣ ਵਾਂਗੂ ਸਮਝਿਆ। ਪਰ ਕਹਿੰਦੇ ਹੁੰਦੇ ਨਾ ਜਠਾਣੀ ਦਾ ਜਠਾਣੀ ਹੀ ਹੁੰਦੀ ਆ। ਸੁਣ ਲੱਗੇ ਮੈਨੂੰ ਕਦੇ ਕਦੇ ਨਾ ਬਾਈ ਤੇ ਬਹੁਤ ਤਰਸ ਆਉਂਦਾ ਵੀ ਯਾਰ ਬਾਈ ਦੀ ਕਿਸਮਤ ਕਹੀ ਜੀ ਲਿਖੀ ਪਈ ਹੈ। ਮੈਂ ਇਹ ਨਹੀਂ ਸਮਝ ਆਉਂਦਾ ਵੀ ਮਿਲਦਾ ਕੀ ਇਹਨਾਂ ਨੂੰ ਇਹੋ ਜਿਹਾ ਕੁਛ ਕਰਕੇ। ਜੇ ਇਹੋ ਜਿਹਾ ਕੁਛ ਇਹਨਾਂ ਦੇ ਆਪਦੇ ਘਰੇ ਹੋਵੇ ਨਾ ਫਿਰ ਲੱਗੇ ਪਤਾ ਵੀ ਦੂਜੇ ਦਾ ਘਰ ਕਿਵੇਂ ਬਰਬਾਦ ਕਰੀਦਾ ਹੁੰਦਾ। ਜਦੋਂ ਇਹਨਾਂ ਦੀ ਭਰਜਾਈ ਇਹਨਾਂ ਨਾਲ ਇਵੇਂ ਕਰਦੀ ਹੈ ਨਾ ਫਿਰ ਆਉਂਦਾ ਹੁੰਦਾ ਸਵਾਦ ਤਾਂ। ਔਖੀ ਹੋਈ ਜਾਂਦੀ ਹੋਊਗਾ ਨਾ। ਆਹੋ ਹੋਊਗੀ ਔਖੀ ਤਾਂ ਜਦੋਂ ਗੱਲ ਨੂੰ ਮੰਨਣੀ ਕਿਸੇ ਦੀ। ਉਹ ਜਵਾਕ ਜਾ ਕਿੱਧਰ ਫਿਰਦਾ? ਬਾਹਰ ਫਿਰਦਾ ਉਹ ਵੀ ਧੁੱਪ 'ਚ। ਆਏ ਵੀ ਨਹੀਂ ਉਹਨੂੰ ਕਹਿਣ ਜੋਗੇ ਭਾਈ ਅੰਦਰ ਆ ਜਾ, ਫਿਰ ਆਈ ਨਹੀਂ ਪਤਾ ਕਿੱਥੋਂ ਬੋਲੇ। ਆਪਾਂ ਕੀ ਕਹਿ ਸਕਦੇ ਹਾਂ, ਆਪਾਂ ਤਾਂ ਬਈ ਕੁਛ ਨਹੀਂ ਲੱਗਦਾ ਉਹ, ਆਪਾਂ ਨਹੀਂ ਕੁਛ ਕਹਿ ਸਕਦੇ ਉਹਨੂੰ। ਆਪਾਂ ਨੂੰ ਤਾਂ ਕੁਛ ਕਹਿਣ ਜੋਗਾ ਛੱਡਿਆ ਹੀ ਨਹੀਂ ਉਹਨੇ। ਚੱਲ ਕੋਈ ਨਾ, ਤੂੰ ਟੈਨਸ਼ਨ ਨਾ ਲੈ। ਚੱਲ ਕੋਈ ਨਾ ਕਹਿ ਕੇ ਤਾਂ ਹੁਣ ਸਾਰ ਦਿੰਦੇ ਹਾਂ, ਹੁਣ ਹੋਰ ਕਰ ਵੀ ਕੀ ਸਕਦੇ ਹਾਂ। ਜਦੋਂ ਅਗਲੀ ਨੇ ਆਪਦੇ ਭਾਈ ਦੀ ਗੱਲ ਨਹੀਂ ਮੰਨੀ ਆਪਣੀ ਕਿੱਥੋਂ ਮੰਨੂ ਆਪਾਂ ਉਹਦੇ ਫਿਰ ਕੀ ਲੱਗੇ। ਆਏ ਨਹੀਂ ਉਹਨੂੰ ਸ਼ਰਮ ਆਉਂਦੀ ਹੈ ਨਾ ਵੀ ਮੇਰਾ ਭਾਈ ਆਇਆ ਸੀ, ਉਹ ਵੀ ਮੈਨੂੰ ਦੋਸ਼ ਦੇ ਕੇ ਗਿਆ ਵੀ ਭਾਈ ਹਾਂ ਠੀਕ ਹੈ ਤੂੰ ਮਾੜਾ ਮੋਟਾ ਸੁਧਰ ਜਾ। ਕੀ ਵਿਚਾਰਾ ਸੋਚਦਾ ਹੋਊਗਾ ਦੱਸ ਉਹ। ਮੈਂ ਤਾਂ ਉਹ ਨਹੀਂ ਉਹਨੂੰ ਕਦੇ ਚੱਜ ਨਾਲ ਬੁਲਾ ਕੇ ਦੇਖਿਆ। ਤੈਨੂੰ 20 ਵਾਰੀ ਕਿਹਾ ਵੀ ਉਹਨੂੰ ਨਾ ਬੁਲਾਇਆ ਕਰ, ਤੂੰ ਤਾਂ ਆਪ ਜਾਣ ਜਾਣ ਪੰਗੇ ਲੈਣੀ ਆ। ਧੋਂਦੀ ਤੀ ਧੋਈ ਜਾਣ ਦਿੰਦੀ। ਧੋ ਤਾਂ ਲੈਂਦੀ ਪਰ ਸੱਚੀ ਨਾ ਮੇਰੇ ਅੰਦਰ ਇਨਸਾਨੀਅਤ ਹੈ, ਮੈਨੂੰ ਤਾਂ ਫਿਰ ਵੀ ਤਰਸ ਆ ਜਾਂਦਾ ਉਹ ਚਾਹੇ ਨਹੀਂ ਦਰਸ ਕਰਦੀ ਮੇਰੇ ਤੇ, ਪਰ ਮੈਂ ਨਹੀਂ ਐਵੇਂ ਵੇਖ ਸਕਦੀ ਬਈ। ਚੱਲ ਕੋਈ ਨਾ, ਉਹ ਹੈ ਕੀ ਕਹਿੰਦੇ ਹੁੰਦੇ ਨੇ ਯਾਰ, ਮੈਂ ਤੈਨੂੰ ਪਤਾ ਨਹੀਂ ਕੀ ਕਹਿੰਦਾ ਸੀ। ਹਾਂ ਨਿੰਬੂ ਪਾਣੀ ਬਣਾ ਲੈ। ਬਣਾ ਲੈਂਦੀ ਹਾਂ, ਮੈਂ ਤਾਂ ਕਹਿੰਦੀ ਸੀ ਥੋੜ੍ਹੇ ਦਿਨ ਨਾ ਮੈਂ ਆਪਦੇ ਪਿੰਡ ਲਾਇਆ ਵਾਂ, ਉਹ ਤਾਂ ਰਹਿ ਰਿਹਾ ਕਿ ਦਿਮਾਗ ਜਿਹਾ ਖਰਾਬ ਹੋਇਆ ਪਿਆ। ਅੱਛਾ ਹੁਣ ਦਿਮਾਗ ਖਰਾਬ ਹੁੰਦਾ ਤੇਰਾ? ਹੋਊਗਾ ਨਹੀਂ ਦਿਮਾਗ ਖਰਾਬ, 24 ਘੰਟੇ ਜਦੋਂ ਚੁਰ 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 ਕਰੀ ਜਾਣੀ। ਅੱਛਾ ਤੂੰ ਤਾਂ ਪਿੰਡ ਵੱਗ ਜਾਊਗੀ ਬਈ, ਫਿਰ ਮੈਂ ਕਿੱਥੇ ਜਾਵਾਂ? ਤੁਸੀਂ ਵੀ ਪਿੰਡ ਵੱਗ ਜਾਓ ਮੇਰੇ ਨਾਲ। ਆਹੋ ਅਗਲਾ ਕਿਹਾ ਤੂੰ ਪਹਿਲੇ ਦਿਨ ਪਰਾਉਣਾ, ਦੂਜੇ ਦਿਨ ਧਰਾਉਣਾ, ਤੀਜੇ ਦਿਨ ਦਾਦੇ ਮੰਗਾਉਣਾ, ਇੰਨੇ ਦਿਨ ਕਿਹੜਾ ਰਹੂ? ਕੋਈ ਨਹੀਂ ਕਹਿੰਦਾ। ਹਾਂ ਅਰੇ ਆਪਾਂ ਕਿਹੜੇ ਰੋਜ਼ ਹੀ ਜਾਂਦੇ ਹਾਂਗੇ, 4-5 ਮਹੀਨੇ ਹੋ ਗਏ ਆਪਾਂ ਨੂੰ ਗਏ ਨੂੰ। ਚੱਲ ਕੋਈ ਨਾ ਜਾਏ ਪਿੰਡ। ਚੱਲ ਮੈਂ ਲਿਆਉਂਦੀ ਹਾਂ ਬਣਾ ਕੇ ਨਿੰਬੂ ਪਾਣੀ। ਮੰਮੀ ਨੂੰ ਪੁੱਛ ਲੈ, ਸਾਰਿਆਂ ਦੀ ਬਣਾ ਲੂੰਗੀ, ਪੁੱਛਣਾ ਕੀ ਹੈ, ਉਹ ਵੀ ਪੀ ਲੈਣਗੇ ਗਰਮੀ ਇੰਨੀ। ਓਏ ਐਂ ਕਹਿਣਾ ਪਿੰਡ ਜਾਣ ਬਾਰੇ, ਮੰਮੀ ਕੀ ਮਨਾ ਕਰਦੀ ਵਿਚਾਰੀ। ਚੰਗਾ ਲੈ ਤੇਰਾ ਸਿਰ ਵਾਮਾ ਨਾ, ਥਾਪੜਾ ਕਾਹਦੇ ਵਾਸਤੇ ਤਰਿਆ ਤੂੰ ਮੇਰੇ? ਹੈ ਹੈ ਸ਼ਰਮ ਨਹੀਂ ਆਉਂਦੀ ਵੀ ਮਾਂ ਮੋਵੇ ਮਾਰਦੇ ਨੂੰ ਸ਼ਰਮ ਨਹੀਂ ਆਉਂਦੀ ਹੈਗੀ? ਕਿਹਨੇ ਸਿਖਾਇਆ ਤੈਨੂੰ? ਜਦੋਂ ਪਾਣੀ ਪਾਇਆ ਸੀ ਤੇਰੇ ਸੌੜੇ ਦੇ ਉੱਤੇ ਮੂੰਹ ਤੇ, ਉਦੋਂ ਤਾਂ ਤੂੰ ਕਿਹਾ ਨੀ ਵੀ ਤੂੰ ਐਂ ਕਿਉਂ ਕਰਦਾ ਨਾ? ਹੁਣ ਫਿਰ ਮਾਂ ਦੇ ਹੀ ਮਾਰੂਗਾ, ਅਸੀਂ ਮਾਰੂਗਾ, ਜਿਹੋ ਜਿਹਾ ਬੀਜੇਂਗੇ ਉਹ ਜਿਹਾ ਵੱਢੇਂਗੀ, ਠੀਕ ਆ ਨਾ? ਹੁਣ ਮਾਰੇਗਾ ਮੇਰੇ? ਸ਼ਰਮ ਨੀ ਆਉਂਦੀ ਹੈਗੀ ਮਾਂ ਦੇ ਮਾਰਦੇ ਨੂੰ? ਇਹੀ ਸਿਖਾਉਂਦੇ ਆ ਸਿਖਾਉਂਦੀ ਆ ਮੈਂ ਨਾ, ਮੇਰਾ ਧਰ ਦਿੰਦਾ ਸਿਖਾਉਂਦੀ ਆ ਕਿ ਨੀ ਤੇਰੀ ਕਰਤੂਤ ਆਈ ਹੋਊਗੀ ਤੇਰੇ ਨਾਲ, ਤੂੰ ਵਿੱਚ ਫਾਨੇ ਲੈਂਦੀ ਆ ਕੇ। ਹੁਣ ਸਾਡੇ ਮਾਂ ਪੁੱਤਾਂ ਦੀ ਗੱਲ ਹੈ। ਆਹੋ ਹਜੇ ਕੀ ਹੈ,
ਹਜੇ ਤਾਂ ਇਹਦਾ ਵਿਆਹ ਹੋ ਜਾਣ ਦੇ, ਵੱਡਾ ਹੋ ਗਿਆ ਜਦੋਂ ਉਦੋਂ ਜਿਵੇਂ ਤੂੰ ਮੇਰੇ ਨਾਲ ਕਰਦੀ ਆ। ਹਲੇ ਨਿਆਣਾ ਵੀ ਹੈ, ਕੋਈ ਨਾ ਸੁਧਰ ਜੂਗਾ, ਹਲੇ ਨਿਆਣੇ ਨੂੰ ਪਤਾ ਹੀ ਨਹੀਂ ਕਰਨਾ ਕੀ ਨਾ। ਆਈ ਕਰੇਗਾ ਨਾ, ਆ ਦੇਖ ਕਿਵੇਂ ਸਿਖਾਉਂਦੀ ਆਈ ਕਰੇਗਾ ਨਾ। ਤੂੰ ਸਿਖਾਈ ਜਾਂਦੀ ਆ ਹੁਣ, ਮੈਂ ਕਿਸ ਕਰਨੀ ਆ, ਪੁੱਛੇ ਤੇ ਮੂੰਹੋਂ ਦੱਸ ਭਾਈ, ਤੇ ਮੂੰਹੋਂ ਤੇਰੀ ਕਰਤੂਤ ਹੈਗੀ ਤਾਂ ਜਵਾਕ ਸਿੱਖਦਾ। ਜੇ ਪਹਿਲਾਂ ਤਾਂ ਤੂੰ ਮੱਤ ਦਿੰਦੀ ਵੀ ਚਾਚੀ ਨੂੰ ਵੀ ਆਏ ਪਿਆਰ ਨਾਲ ਰਹਿਣਾ, ਚਾਚੇ ਨੂੰ ਵੀ, ਦਾਦੇ ਨੂੰ ਵੀ, ਦਾਦੀ ਨੂੰ, ਭੂਆ ਨੂੰ, ਆ ਕੇ ਕਿਵੇਂ ਬੋਲਦਾ ਸੀ ਇਹ? ਉਦੋਂ ਕਹਿ ਨਹੀਂ ਸਕਦੀ ਸੀ, ਫਿਰ ਉਹ ਵੀ ਤਾਂ ਪਿਆਰ ਨਾਲ ਸਮਝਾ ਸਕਦੇ ਸੀ। ਲੈ ਉਹ ਸਮਝਾਇਆ ਤੂੰ ਨਾ ਸਮਝਾ, ਜੇ ਥੱਪੜ ਜਾਂਦੇ ਸੀ। ਨਹੀਂ ਬਸ ਕਰ, ਬਹਿ ਜਾ ਨਿਚਲੀ ਤੂੰ, ਮੈਂ ਤਾਂ ਨਿਚਲੀ ਬੈਠਾ ਹੁਣ। ਐਡੇ ਜਵਾਕਾਂ ਦੇ ਪਾੜ ਪਾਉਂਦੀ ਆ ਤੂੰ? ਸਾਡੇ ਮਾਂ ਪੁੱਤਾਂ ਦੀ ਗੱਲ ਹੈ, ਤੂੰ ਵਿੱਚ ਕਾਹਦੇ ਵਾਸਤੇ ਆਈ ਆ ਬਈ? ਕੋਈ ਗੱਲ ਨਹੀਂ, ਦੱਸ ਹੁਣ ਹੱਥ ਲਾਈ ਦੁਬਾਰੇ, ਫੇਰ ਆਉਂ ਹੱਥ ਲਾ, ਇਹ ਸੋਚ ਲਈ ਮੈਂ ਤਾਂ ਲਾਉਂਗੀ, ਮੇਰਾ ਪੁੱਤਾ ਹੈ। ਦੇਖ ਕੇ ਬਹਿ ਜਾ, ਤੂੰ ਮਾਰੂ ਨਹੀਂ, ਤੂੰ ਕਾਹਨੂੰ ਨਹੀਂ ਪੜ ਤੂੰ ਹਾਂ, ਦੇਖ ਦੇਖ ਕੇ ਮੈਂ ਕਚਿੱਚੀਆਂ ਲੈਂਦੀ ਹੈ, ਬਚਾਲੋ ਪੜ ਦੂੰ ਅਕੇ ਆ ਗਈ ਵੱਡੀ ਲੀਡਰ ਨੀ, ਬਚਾਲੋ ਪੜਨ ਵਾਲੀ ਤੂੰ ਵੇ। ਦੱਸ ਮੈਨੂੰ ਥਾਪੜਾ ਮਾਰੇਗਾ ਹੁਣ ਇਦੋਂ ਬਾਅਦ ਚ ਮੇਰੇ ਹੈ ਮਾਰੇਗਾ ਹੈ? ਇੱਕ ਹੋਰ ਮਾਰੂ ਮੈਂ, ਮਾਰੂਗਾ ਇਹ ਥਾਪੜਾ, ਹੁਣੇ ਤਾਂ ਚੰਬਲ ਆ ਜਾਂਦਾ ਇਹ, ਦੇ ਭੱਜ ਅੰਦਰ। ਅੱਛਾ ਨਾ ਮੈਂ ਕੀ ਚੰਬਲਾ ਤਵੇ ਤੈਨੂੰ, ਤੇਰੇ ਪਿੱਛੇ ਤਾਂ ਮੈਂ ਸਾਰੇ ਟੱਬਰ ਨਾਲ ਲੜਦੀ ਫਿਰਦੀ ਆ, ਤੂੰ ਮੇਰੇ ਬਾਅਦ ਪੈ ਗਿਆ ਹੁਣ। ਸਾਰੇ ਟੱਬਰ ਨਾਲ ਤਾਂ ਤੂੰ ਲੜਦਿਆ, ਤੇਰੇ ਪਿੱਛੇ ਲੜਦੀ ਫਿਰਦੀ ਆ, ਜੇ ਤੇਰੇ ਉਹਨਾਂ ਨੇ ਥੱਪੜ ਮਾਰਿਆ ਤਾਂ ਮੈਂ ਲੜੀ ਨਹੀਂ, ਮੈਨੂੰ ਕੀ ਲੋੜ ਸੀ ਉਹਨਾਂ ਨੇ ਪੰਗੇ ਲੈਣ ਦੀ? ਨਾਲੇ ਤੂੰ ਕੀ ਕਹਿੰਦਾ ਸੀ ਵੀ ਦਾਦੀ ਨੂੰ ਵੀ ਜੇ ਮੇਰਾ ਵਿਆਹ ਹੋ ਗਿਆ ਮੈਂ ਰੋਟੀ ਨਹੀਂ ਦਿੰਦਾ ਹੈਗਾ ਹੈ? ਹਾਂ ਕਹੂੰਗਾ ਮੈਂ ਤਾਂ, ਦੇਖ ਮੈਨੂੰ ਲੋੜ ਨੀ ਪੈਂਦੀ ਸੀ ਤੇਰੇ ਤੇਰੇ ਪਿੱਛੇ ਕਰਨ ਦੀ, ਤੇਰੇ ਪਿੱਛੇ ਲੜੀਆਂ ਨੇ ਉਹਨਾਂ ਨਾਲ, ਦੇਖ ਦੇਖ ਨੀ ਦੱਬੜ ਜਾ। ਹਾਂ ਮੈਂ ਇੱਕ ਗੱਲ ਸੁਣ ਲਓ ਬਈ, ਜੇ ਮੈਂ ਤੁਸੀਂ ਦਾਦੀ ਦਾਦੀ ਨਾਲ ਕਰਦੇ ਹੋ ਨਾ, ਆ ਸਾਡੇ ਨਾਲ ਵੀ ਕਰਿਆ ਕਰੂੰਗਾ, ਮੈਂ ਹੀ ਦੇ ਸਾਨੂੰ ਰਾਤੀ ਬੂ। ਦੇਖ ਲੈ ਇਹ ਤਾਂ ਹੁਣੇ ਤੋਂ ਐਂ ਕਰਦਾ ਐਡਾ ਕਾ, ਨਾ ਜੇ ਵੱਡਾ ਹੋ ਗਿਆ ਇਹਨੂੰ ਤਾਂ ਨੀ ਮੈਨੂੰ ਰੋਟੀ ਦੇਣੀ ਹੈਗੀ, ਫਿਰ ਮੈਨੂੰ ਵੀ ਕੀ ਲੋੜ ਪੈਂਦੀ ਇਹਦੇ ਪਿੱਛੇ ਲੜਨ ਦੀ ਪਈ, ਮੈਂ ਤਾਂ ਆਪ ਨੀ ਉਹ ਕਰਦੀ, ਜਿਹਾ ਜਿਹਾ ਮੈਂ ਬੀਜੂਗੀ ਹੋਇਆ ਵੱਡੂਗੀ। ਕਹਿੰਦੀ ਆ ਵੀ ਮੁੰਡੇ ਨੂੰ ਫੋਨ ਕਰਕੇ ਕਹਿ ਦੇ, ਹੁਣ ਤਾਂ ਬਾਹਲੀ ਗੱਲ ਵੱਧ ਗਈ। ਉਹ ਹੁਣ ਕਾਹਦੇ ਵਾਸਤੇ ਕਰਨਾ ਮੁੰਡੇ ਨੂੰ ਫੋਨ, ਤੂੰ ਪਾ ਦੇ ਹੁਣ ਬਲਦੀ ਤੇ ਤੇਲ, ਹੁਣ ਟਿਕਟ ਕਿਆ ਹੈਗਾ ਗਾ ਦੱਸ। ਕਾਹਦਾ ਟਿਕਟ ਕਿਆ, ਬਥੇਰਾ ਜਲੂਸ ਨਿਕਲ ਕੇ ਤੇ ਹੁਣ ਓਏ ਆਪ ਜਿਹਨੇ ਕਿਤੇ ਮਾਰਿਆ ਉਹਦੇ, ਮੈਂ ਕਹਤਾ ਮਾ ਤੂੰ ਕੇ ਮਾਰੇ ਪਾ ਇਹਦੇ। ਦੇਖ ਲਾ ਬਾਈ ਬਸ ਹੁਣ ਕੀ ਛੱਡ ਦਿਓ ਖੜਾ ਭਾਈ ਹੁਣ ਬੋਲਣਾ ਬਾਲਾ, ਹੁਣ ਤਾਂ ਮੈਨੂੰ ਵੀ ਪਤਾ ਲੱਗ ਗਿਆ ਭਾਈ ਉਹਦਾ ਕਹਿੰਦੀ ਆ ਹੁਣ ਲੱਗ ਰਹੀ ਸਮਝਾਉਣ ਉਹਨੂੰ।
ਹੁਣ ਸੁਣਾ ਦਾ ਕੋਈ ਫਾਇਦਾ ਨਹੀਂ, ਹੁਣ ਪਾਣੀ ਸਿਰ ਉੱਪਰ ਦੀ ਲੰਘ ਗਿਆ। ਹੁਣ ਦੱਸ ਭਾਈ ਕੁੜੀਏ ਕੀ ਕਰਗੇ? ਕਰਨਾ ਕੀ ਆ, ਟਿਕਟ ਕਿਆ ਭਾਈ, ਇਹ ਤੋਂ ਬਾਅਦ ਨਾ ਕੋਈ ਐਸੀ ਗਲਤੀ ਕਰੀ। ਨਹੀਂ ਮੈਂ ਕਹਿੰਦੀ ਬੱਬੇ ਭਾਈ ਨੂੰ ਫੋਨ ਕਰ ਦੋ, ਹੁਣ ਮੈਂ ਵੀ ਹਟਾਈ ਗਿਆ ਕਿ ਮੈਂ ਮਾਰੇ ਉਹਦੇ ਥੱਪੜਾ। ਮੈਂ ਬਣਾਉਂ ਬੰਦਾ ਉਹਨੂੰ, ਹੁਣ ਤੁਸੀਂ ਨਾ ਬੋਲਿਓ, ਮੈਂ ਮੂੰਹ ਜਿਹਾ ਬਿੰਗਾ ਨਾ ਕਰੀ, ਮੈਂ ਸੁਧਾਰੂ ਉਹਨੂੰ, ਉਹਨੂੰ ਕਾਹਦੇ ਵਾਸਤੇ ਭਾਈ ਕਰਨਾ, ਉਹਨੂੰ ਕਰ ਲੈਣ ਦਿਓ ਕੰਮ। ਜੇ ਉਹ ਬਾਪੂ ਆਪਾਂ ਫੋਨ ਕਰ ਹੀ ਦਿੰਨੇ ਆ, ਬਾਅਦ ਚੋਂ ਇਹ ਫੇਰ ਲੜਨਗੀਆਂ, ਕੋਈ ਫਾਇਦਾ ਨਹੀਂ। ਹਾਂ ਨਹੀਂ ਲੜਦੇ ਲਵਪ੍ਰੀਤ, ਐਨੀ ਵੀ ਮਾੜੀ ਨਹੀਂ ਹੈਗੀ। ਤੂੰ ਬਸ ਕਰ ਭਾਬੀ, ਤੂੰ ਤਾਂ ਅੱਡ ਹੋਣਾ ਚਾਹੁੰਦੀ ਆ ਨਾ, ਤੈਨੂੰ ਤਾਂ ਅੱਡੇ ਕਰ ਦਾਂਗੇ ਅਸੀਂ। ਮੈਂ ਤਾਂ ਹੁੰਦੀ ਨਹੀਂ ਅੱਡ। ਕਿਉਂ ਹੁਣ ਕੀ ਹੋ ਗਿਆ ਇੰਨੀ ਛੇਤੀ? ਹੁਣ ਕੀ ਹੋ ਗਿਆ? ਐ ਤਾਂ ਉਹ ਜਮੀ ਵਿਗੜ ਜੂਗਾ। ਫੇਰ ਉਹੀ ਕਹਿੰਦੇ ਭਾਈ, ਇਹਨੂੰ ਡਰ ਚੰਗਾ ਕਿਸੇ ਗੱਲ ਦਾ, ਵੀ ਡਰ ਰਹੇ ਕੋਈ ਡਰ ਲੱਗੀ ਨਾ ਟਿਕਾਣੇ ਤੇ। ਕਹਿੰਦੇ ਹੁੰਦੇ ਨਾ, ਜੇ ਆਪਾਂ ਆਪਣੇ ਜਵਾਕ ਨੂੰ ਪਹਿਲਾਂ ਹੀ ਸੰਭਾਲ ਲਈਏ ਤਾਂ ਫਿਰ ਵੱਡਾ ਹੋ ਕੇ ਵਿਗੜਦਾ ਨਹੀਂ। ਵੱਡੇ ਹੋ ਕੇ ਕਿਉਂ ਵਿਗੜਦੇ ਨੇ? ਪਹਿਲਾਂ ਆਪਾਂ ਉਹਨਾਂ ਦੀ ਦੇਖਭਾਲ ਨਹੀਂ ਚੰਗੀ ਕਰਦੇ। ਨਾਲੇ ਜਵਾਕਾਂ ਨੂੰ ਲਾਡ ਪਿਆਰ ਇੱਕ ਥਾਂ ਤੇ ਰਿਹਾ, ਉਹਨੂੰ ਘੂਰਨਾ ਵੀ ਚਾਹੀਦਾ ਮਾੜਾ ਮੋਟਾ। ਮਨਾਂ ਚ ਫਰਕ ਨਹੀਂ ਪਾਉਣਾ ਚਾਹੀਦਾ। ਜਦੋਂ ਬੱਚੇ ਦੇ ਆਪਾਂ ਘਰ ਵਿੱਚ ਮਨਾਂ ਚ ਫਰਕ ਪਾ ਦਿੰਦੇ ਨਾ, ਫਿਰ ਅੱਡੋ ਅੱਡੀ ਸਮਝਣ ਲੱਗ ਜਾਂਦਾ। ਕਿੱਥੇ ਕਹਿੰਦਾ ਤੇਰਾ ਚਾਚਾ ਆ ਗਿਆ, ਉਹ ਲੜੂਗਾ, ਉਹ ਇਹਦਾ ਵਾਰ ਹੈ। ਕਿੱਥੇ ਡਰ ਹੋ ਗਿਆ ਤੂੰ, ਹਾਲਾ ਫੇਰ ਨਾ ਦੇ ਮੇਰੇ ਭਾਈ। ਫੇਰ ਉੱਠ ਕੇ ਪੈਰੀ ਹੱਥ ਲਾਇਆ ਕਰ। ਕਿੱਥੇ ਦਾੜੀ ਚ ਪਾਣੀ ਪਵਾਉਂਦੀ ਆ? ਮੰਮੀ ਮੈਂ ਥੋੜੀ ਦਾੜੀ ਚ ਪਾਣੀ ਪਵਾਉਂਦੀ। ਉਰਿਆ ਸਾਰੇ ਮਾਫੀ ਮੰਗ, ਆਇਆ ਸਾਰੀ ਮਾਫੀ ਮੰਗ ਚਾਚੀ ਸਾਰਿਆਂ ਤੋਂ, ਦਾਦੀ ਤੋਂ। ਅੱਗੇ ਤੋਂ ਕਰੇਂਗਾ ਇਹ ਕੁਛ? ਚੱਲ ਅੱਗੇ ਤੋਂ ਨਾ ਕਰੀ, ਠੀਕ ਹੈ? ਐਵੇਂ ਤੂੰ ਘਰ ਚ ਨਾ ਲੜਾਈ ਪਵਾਏਗਾ ਨਾ ਪੁੱਤ, ਬੁਰਾ ਲੱਗਦਾ ਹੁੰਦਾ ਬੰਦਾ ਬਾਹਰ ਸਾਰੇ ਚੰਗੇ। ਇਹ ਦਾਦਾ ਦਾਦੀ ਦੇ ਪੈਰੀ ਹੱਥ ਆਉਣੇ ਆ, ਓਕੇ? ਕਿਸੇ ਦੇ ਵੀ ਅੱਗੇ ਨਹੀਂ ਬੋਲਣਾ, ਠੀਕ ਹੈ? ਮੈਨੂੰ ਸਾਰਿਆਂ ਨੂੰ ਜੀ ਜੀ ਕਹਿਣਾ, ਬਾਪੂ ਜੀ, ਦਾਦੀ ਜੀ, ਚਾਚਾ ਜੀ ਤੇ ਚਾਚੀ ਜੀ। ਜੇ ਉਦੋਂ ਬਾਅਦ ਤੇਰੀ ਮੰਮੀ ਤੈਨੂੰ ਕੁਝ ਵੀ ਸਿਖਾਊਗੀ ਨਾ, ਤਾਂ ਆ ਕੇ ਤੂੰ ਦਾਦਾ ਨੂੰ ਦੱਸ ਦੀ। ਮੈਨੂੰ ਦੱਸੀ ਪੁੱਤ, ਠੀਕ ਹੈ? ਕੋਈ ਵੀ ਸਿਖਾਵੇ, ਚਾਹੇ ਤੇਰੀ ਦਾਦੀ ਸਿਖਾਉਂਦੀ ਹੋਵੇ, ਤੈਨੂੰ ਕੋਈ ਗਲਤ। ਹੱਥ ਜੋੜ ਕੇ ਨਾ ਬੋਲ ਕੇ ਮਾਫੀ ਮੰਗ ਹੁਣ ਚਾਚੀ ਤੋਂ। ਕੋਈ ਗੱਲ ਨੀ ਪੁੱਤ, ਅੱਗੇ ਤੋਂ ਧਿਆਨ ਰੱਖੀ ਤੇ ਵੱਡਿਆਂ ਦਾ ਆਦਰ ਸਤਿਕਾਰ ਕਰੀਦਾ ਹੁੰਦਾ, ਮੂਹਰੇ ਨੀ ਬੋਲੀਦਾ ਹੁੰਦਾ, ਠੀਕ ਆ? ਜੇ ਹੁਣ ਗੁੱਤ ਪੱਟੀ ਹੈ ਨਾ ਚਾਚੀ ਦੀ, ਤਾਂ ਕੰਨ ਪੱਟ ਦੂ ਮੈਂ ਤੇਰੇ। ਅੱਜ ਤੋਂ ਬਾਅਦ ਮੈਂ ਵੀ ਇਹਨੂੰ ਰੋਕਦੀ, ਜੇ ਗਲਤ ਕੰਮ ਕਰੂਗਾ ਨਾ ਬਸ਼ੱਕ ਦੀ ਮਾਰੀ ਇਹਦੀ। ਚੱਲ ਹੁਣ ਤਾਂ ਮਾਰਨ ਦੀ ਲੋੜ ਹੀ ਨੀ ਪੈਣੀ ਭਾਈ। ਦੇਖੋ ਦੀਦੀ, ਕਿਤੇ ਤੁਹਾਡੇ ਸਿਰ ਮੂੰਹ ਬਣ ਜੇ। ਉਹ ਬੱਚਿਆਂ ਨੂੰ ਤਾਂ ਸਹੀ ਸਿਖਾਓਗੇ ਨਾ, ਬੱਚਾ ਸਹੀ ਸਿੱਖੂਗਾ, ਥੱਪੜੇ ਖਾਣ ਦੀ ਤਾਂ ਉਹਨੂੰ ਲੋੜ ਹੀ ਨਹੀਂ। ਹੋਰ ਨਾਲੇ ਬੱਚੇ ਨੂੰ ਨਾ ਅੱਖ ਦੀ ਕੂਰ ਰੱਖਣੀ ਚਾਹੀਦੀ ਹੈ, ਥੱਪੜ ਮਾਰਨ ਦੀ ਤਾਂ ਲੋੜ ਹੀ ਨਾ ਪਵੇ। ਨਾਲੇ ਹਰੇਕ ਮਾਂ ਪਿਓ ਦੇ ਮਨ 'ਚ ਇਹੀ ਵਹਿਮ ਹੁੰਦਾ ਵੀ ਜੇ ਅਸੀਂ ਬੱਚੇ ਨੂੰ ਕੁੱਟਾਂਗੇ ਮਾਰਾਂਗੇ, ਪਤਾ ਨਹੀਂ ਉਹਦੇ ਲਾੜ ਸ਼ੌਂਕ ਨਹੀਂ ਪੂਰੇ ਹੋਣੇ। ਲਾੜ ਸ਼ੌਂਕ ਇੱਕ ਪਾਸੇ ਰਹੇ, ਪਰ ਬੱਚੇ ਨੂੰ ਘੂਰਨਾ ਵੀ ਬਹੁਤ ਜ਼ਰੂਰੀ ਹੁੰਦਾ। ਸਹੀ ਗੱਲ ਹੈ ਜੀ ਪੁੱਤ ਤੇਰੀ। ਚੱਲ ਕੋਈ ਨਾ, ਮੈਨੂੰ ਵੀ ਮਾਫ਼ ਕਰ ਦਿਓ। ਚੱਲ ਕੋਈ ਨਾ ਭਾਈ, ਮਾਫ਼ ਹੁੰਦਾ ਕੀ ਆ, ਕਰ ਲੋ ਕੰਮ ਜਾ। ਅਸੀਂ ਤਾਂ ਤੁਹਾਡੇ ਨਾਲ ਪਹਿਲਾਂ ਹੀ ਨਹੀਂ ਸੀ ਰੁੱਸੇ ਦੀਦੀ, ਤੁਸੀਂ ਰੁੱਸੇ ਹੋਏ ਸੀ, ਕੁਝ ਕਹਿੰਦੇ ਨਹੀਂ ਸੀ। ਬਸ ਮੈਨੂੰ ਤਾਂ ਇਹਦੇ ਕਰਕੇ ਹੀ ਹੋ ਗਿਆ ਵੀ ਕੁੜੀ ਆਈ ਸੀ 4 ਦਿਨ, ਬਸ ਇਹਦੇ ਲੜਾਈ 'ਚ ਰਹਿ ਗਏ ਵਿਚਾਰੀ ਦੀ। ਲੈ ਐਂ ਕਿਵੇਂ ਰਹਿ ਗਈ, ਹੁਣ ਰਹਿ ਜੂਗੀ ਦਾਦੇ ਲਾ ਜੀ ਪਵਾਂ ਦੀ। ਹੁਣ ਤੁਸੀਂ ਐਂ ਕਰੋ, ਦੋਏ ਦਰਾਣੀਆਂ ਠਾਣੀਆਂ ਰਲ ਮਿਲ ਕੇ ਨਾ ਸਬਜ਼ੀ ਸੁਬਜ਼ੀ ਦਾ ਕਰ ਲਓ ਪ੍ਰਬੰਧ। ਨਾ ਬਈ, ਅੱਜ ਤਾਂ ਮੈਂ ਆਪਦੀ ਜਠਾਣੀ ਦੇ ਹੱਥ ਦੀ ਨਾ ਸੇਵੀਆਂ ਖਾਣੀਆਂ, ਪੁੱਛ ਲਓ ਬਣਾ ਕੇ ਖਵਾਉਗੀ ਜੇ ਨਹੀਂ। ਆਹੋ ਮੈਂ ਬਣਾਉਣੀ ਆ ਸੇਵੀਆਂ ਸਾਰਿਆਂ ਵਾਸਤੇ। ਠੀਕ ਹੈ, ਪ੍ਰੀਤ ਨੂੰ ਕਿੰਨੇ ਦਿਨ ਹੋ ਗਏ ਕੰਮ ਕਰਦੀ ਨੂੰ ਵਿਚਾਰੀ ਨੂੰ, ਅੱਜ ਤਾਂ ਸਾਰਾ ਕੰਮ ਮੈਂ ਕਰੂੰਗੀ। ਚੱਲ ਚੰਗਾ, ਜੇ ਰਲ ਕੇ ਰਹਿਆ ਕਰੋ, ਕਾਹਨੂੰ ਕਲੇਸ਼ ਪਵੇ। ਹਾਂ ਤਾਹਨੂੰ ਕਲੇਸ਼, ਸ਼ੁਕਰ ਹੈ ਵਾਹਿਗੁਰੂ ਦਾ। ਹਾਂ ਪ੍ਰਮਾਤਮਾ ਮੇਰਾ ਟੱਕਰ ਕੇ ਤੁਹਾਨੂੰ ਬਚਾਏ। ਅੱਜ ਦਾ ਸ਼ੁਕਰ ਕਰੋ, ਜੇ ਇਹਨੇ ਥਾਪੜਾ ਮਾਰਿਆ ਤਾਂ ਆਕ ਲਾਈਏ। ਹਾਂ ਹਾਂ, ਐਂ ਤਾਂ ਮੈਨੂੰ ਪਤਾ ਹੈ ਮੇਰੇ ਪੁੱਤ ਬਹੁਤ ਸਿਆਣੇ ਆ, ਹੈਨਾ? ਚੱਲ ਫੇਰ ਦਾ ਪੁੱਤ ਭੱਜ। ਚੱਲ ਚੰਗਾ ਪੁੱਤ, ਰਲ ਮਿਲ ਕੇ ਰਿਹਾ ਕਰੋ, ਠੀਕ ਹੈ? ਚਲੀ।